ਲਓ ਜੀ, ਅੱਜ ਨਹੀਂ ਗੋਲਫ ਖੇਡੀ ਜਾਣੀ। ਸਾਡਾ ਫੋਨ ਤਾਂ ਆਫਟਰਨੂਨ ਚ ਮੀਨ ਦੱਸੀ ਜਾਂਦਾ। ਫੇਰ ਕੀ ਕਰਾਂਗੇ? ਤੁਹਾਡੀ ਸੇਵਾ ਕਰਾਂਗੇ। ਚੁੱਪ ਕਰੋ ਜੀ, ਸਵੇਰੇ ਹੀ ਸ਼ੁਰੂ ਹੋ ਜਾਂਦੇ ਹੋ। ਚਾਚਾ ਜੀ, ਕਰੇਲੇ ਦਾ ਜੂਸ। ਆ ਟੈਸਟ ਜੇ ਕਰਾ ਕੇ ਮੈਂ ਤਾਂ ਪੰਗਾ ਹੀ ਲੈ ਲਿਆ, ਪਤਾ ਨੀ ਕੀ ਕੀ ਪਿਆਉਣਗੇ। ਚੁੱਪ ਕਰਕੇ ਪੀ ਲਓ। ਤੁਹਾਨੂੰ ਕਿੰਨੇ ਵਾਰੀ ਆਖਿਆ ਮੈਂ ਚੰਗਾ ਪਲਾ, ਭਾਵੇਂ ਮਿੱਟੀ ਦੀ ਟਰਾਲੀ ਲਵਾ ਕੇ ਵੇਖ ਲੋ ਕਈ ਨਾਲ। ਚਾਚਾ ਜੀ, ਹੁਣ ਤੁਹਾਡੀ ਨੀ ਡਾਕਟਰ ਦੀ ਚਲਣੀ ਹੈ, ਚੁੱਪ ਚਾਪ ਪੀ ਲੋ। ਚੰਗਾ ਭਾਈ, ਪੀ ਲੈਣੇ। ਔਰ ਨਾਲੇ ਰੁਪਿੰਦਰ ਨੂੰ ਆਵਾਜ਼ ਮਾਰਦੀ ਸਰਦਾਰਨੀ ਦੇ ਲਾਡਲੇ ਨੂੰ। ਗਰੇਵਾਲ ਸਾਹਿਬ, ਮੇਰੀ ਕੱਲੀ ਦਾ ਤਾਂ ਲਾਡਲਾ ਨੀ ਨਾ, ਉਹ ਕਾਲੀ ਕਾਦੀ ਹੈ, ਆਜੂਗਾ। ਓਏ ਆਹੋ, ਉਹਨੇ ਕਿਹੜਾ ਦਫ਼ਤਰ ਜਾਣਾ ਹੈ। ਗੁੱਡ ਮਾਰਨਿੰਗ ਮਾਮ। ਗੁੱਡ ਮਾਰਨਿੰਗ ਬੇਟਾ। ਹਾਂਜੀ ਡੈਡ, ਗੁੱਡ ਮਾਰਨਿੰਗ। ਲਿਆ ਵੀ ਚੰਨੋ ਪਰੌਂਠੇ ਛਾਂਡੇ ਲਿਆ, ਨਾਲੇ ਮੱਖਣ ਵੀ ਲਿਆਈ। ਡੈਡ, ਤੁਸੀਂ ਤਾਂ ਪਾਓ ਆਪਣੀ ਕੌਲੀ ਚ ਕੰਦ ਮੂਲ। ਸਵੇਰੇ ਸਵੇਰੇ ਹੀ ਪਿਓ ਤੇ ਤਵਾ, ਤੁਸੀਂ ਨੀ ਲਿਆ ਸੀ ਮੇਰੇ? ਕਹਿੰਦੇ ਇਹਨੇ ਕਿਹੜਾ ਦਫ਼ਤਰ ਜਾਣਾ। ਬੋਲੋ ਹੁਣ, ਚੁੱਪ ਕਿਉਂ ਕਰਕੇ? ਬੋਲਣਗੇ ਕੀ? ਇਹਨਾਂ ਨੇ ਸਾਨੂੰ ਕੰਮ ਕਰਨ ਜੋਗਾ ਛੱਡਿਆ ਹੀ ਨੀ, ਇੰਨਾ ਬਣਾ ਦਿੱਤਾ ਕਿ ਚਾਰ ਪੁਸ਼ਤਾਂ ਵੀ ਬਹਿ ਕੇ ਖਾਈ ਜਾਣ ਤਾਂ ਨੀ ਮੁੱਕਦਾ। ਐਸ਼ ਕਰੋ ਪਿਓ ਦੇ ਸਿਰ ਤੇ। ਐਸ਼ ਤਾਂ ਫੁੱਲ ਕਰੀ ਦੀ ਹੈ ਜੀ ਤੁਹਾਡੇ ਸਿਰ ਤੇ, ਡੱਕਾ ਤੋੜਨਾ ਨੀ, ਨੱਕਾ ਮੋੜਨਾ ਨੀ। ਓਏ, ਕਿਸੇ ਬਾਹਰਲੇ ਮੁਲਕ ਦਾ ਹੀ ਗੇੜਾ ਛੇੜਾ ਮਾਰਿਆ, ਕਿਉਂ ਜਾਵਾਂ ਐਵੇਂ? ਆਹ ਪਰੌਂਠੇ, ਪਰੌਂਠੇ ਬਣਾ ਬਣਾ ਕੌਣ ਖਵਾਊਗਾ ਬਾਹਰ ਯਾਰਾਂ ਨੂੰ? ਤੁਹਾਨੂੰ ਨੀ ਮਿਲਦਾ, ਤੁਸੀਂ ਆਪਣੇ ਕੌਨਫਲਿਕਟ ਖਾਓ। ਹਾਂ ਭੋਲੀ, ਦੱਸ ਕੀ ਬਣਿਆ? ਜਿੱਥੇ ਰੁਪਿੰਦਰ ਦੇ ਸਾਥ ਦੀ ਗੱਲ ਤੋਰੀ ਸੀ ਨਾ, ਹਾਂ ਉੱਥੇ ਗੱਲ ਨਹੀਂ ਬਣਨੀ, ਉਹ ਤਾਂ ਮਾਸੀ NRI ਮੁੰਡਾ ਭਾਲਦੇ ਆ। ਹੈਂ, ਹੱਦ ਹੋ ਗਈ, ਆਪ ਤਾਂ ਕਦੀ ਮੋਗਾ ਨਹੀਂ ਟੱਪੇ ਤੇ ਕੁੜੀ ਲਈ ਮੁੰਡਾ ਭਾਲਦੇ ਨੇ NRI। ਜਵਾਬ ਦੇ ਦੇ ਸਾਡੇ ਵੱਲੋਂ, ਮੈਂ ਨੀ ਵਿਆਹਣਾ ਮੁੰਡਾ ਉੱਥੇ। ਵੱਡੇ ਆਏ ਕਿਹਦਾ ਸੀ? ਅੱਜ ਕੱਲ ਜਿਹਨੂੰ ਦੇਖੋ ਉਹਨੂੰ ਬਾਹਰ ਦਾ ਬੁਖਾਰ ਚੜਿਆ ਹੋਇਆ, ਕਹਿੰਦੇ ਨੇ ਮੁੰਡਾ NRI ਚਾਹੀਦਾ। ਕਿਉਂ, ਪੰਜਾਬ ਦੇ ਮੁੰਡਿਆਂ ਨੂੰ ਖੁਰਕ ਪਈ ਵੀ ਹੈ? ਰਾਈਟ, ਭੇਡਾਂ ਨੂੰ ਜ਼ੁਕਾਮ ਹੋ ਗਿਆ, ਮੇਰੇ ਮੁੰਡੇ ਨੂੰ ਨਾ ਕਹਿ ਕੇ ਉਹਨਾਂ ਨੇ ਆਪਣੀ ਕਿਸਮਤ ਨੂੰ ਤਾਲਾ ਹਮੇਸ਼ਾ ਲਈ ਲਾ ਲਿਆ। ਮੇਰਾ ਮੁੰਡਾ ਚਾਹੇ ਤਾਂ 50 NRIs ਨੂੰ ਇੰਪਲੋਈ ਰੱਖ ਲਵੇ, ਹੈ ਨਾ? ਕਿਉਂ, ਮੈਂ ਕੀ ਆਦਾ ਸੀ? ਜੇ ਤੂੰ ਬਾਹਰ ਗਿਆ ਹੁੰਦਾ ਤਾਂ ਕੁੜੀਆਂ ਵਾਲੇ ਤੇਰੇ ਮਗਰ ਮਗਰ ਤੁਰੇ ਫਿਰਦੇ। ਡੈਡ, ਐ ਥੋੜਾ ਕਿਸੇ ਕੁੜੀ ਨਾਲ ਵੀ ਵਿਆਹ ਕਰਾ ਸਕਦੇ ਆ, ਮੈਂ ਤਾਂ ਉਸ ਕੁੜੀ ਨਾਲ ਵਿਆਹ ਕਰਾਉਂਗਾ ਜਿਹਨੂੰ ਮੈਂ ਵੇਖਾਂ ਤੇ ਕੀ ਹੋਏ ਤੋਤੇ ਉੱਡ ਜਾਣ। ਓਏ ਧਿਆਨ ਨਾਲ ਪੁੱਤ, ਇਹ ਤੋਤੇ ਉਡਾਉਣ ਵਾਲੀਆਂ ਨਾ ਬੰਦੇ ਨੂੰ ਤੋਤਾ ਬਣਾ ਕੇ ਪਿੰਜਰੇ ਚ ਡੱਕ ਲੈਣੀਆਂ। ਅੱਛਾ, ਵਾਟ ਡੂ ਯੂ ਮੀਨ? ਕੀ ਮਤਲਬ ਹੈ? ਤੁਹਾਡਾ ਮਤਲਬ ਹੈ ਕਿ ਮੌਮ ਨੇ ਤੁਹਾਨੂੰ ਪਿੰਜਰੇ ਚ ਪਾ ਕੇ ਰੱਖਿਆ? ਮੈਂ ਥੋੜੀ ਆਖਿਆ ਯਾਰ, ਹੈ ਇੱਕ ਤਾਂ ਤੁਹਾਡਾ ਸਾਰਾ ਟਾਈਮ ਖਿਆਲ ਰੱਖਦੀ, ਉਪਰੋਂ ਮੈਨੂੰ ਇਹੋ ਜਿਹੀਆਂ ਗੱਲਾਂ ਸੁਣਾਉਂਦੇ ਹੋ। ਲੈ ਦੱਸ ਜੀ, ਮੈਂ ਨਹੀਂ ਤੇਰਾ ਖਿਆਲ ਰੱਖਦਾ, ਮੇਰੀ ਇਹ ਤੋਰੀਏ। ਬੇਟਾ ਕਿੱਥੇ ਜਾ ਰਿਹਾ? ਇਨ ਸਰਚ ਆਫ ਤੋਤੇ ਉਡਾਉਣ ਵਾਲੀ। ਗੁੱਡ ਲੱਕ। ਚਾਚਾ ਜੀ, ਗਨ ਪਾਈਨੇ ਗੋਲੀ। ਮੈਂ ਨਹੀਂ ਗੋਲੀ ਖਾਣੀ, ਲੈਣੀ ਪੈਣੀ ਹੈ, ਪਿੰਜਰੇ ਚ ਬੰਦ ਕਰਕੇ ਰੱਖਿਆ। ਖਾਓ ਗੋਲੀ। ਕੀ ਸੱਪ ਕੱਢ ਰਹੇ? ਓ ਹੈਲੋ ਮਿਸਟਰ, ਪਹਿਲਾਂ ਤੁਸੀਂ ਆ ਫਾਰਮ ਫਿਲ ਕਰੋ, ਫੇਰ ਤੁਹਾਨੂੰ ਮਿਲਾਵਾਂਗੇ ਸਰ ਨਾਲ। ਸਰ ਹੋਊਗਾ ਤੇਰਾ, ਮੇਰਾ ਤਾਂ ਯਾਰ ਹੈ। ਓ ਬੱਲੇ ਬੱਲੇ, ਕੱਲੇ ਕੱਲੇ ਬਣਾ ਲਾ ਜੋੜਾ, ਹੱਥ ਮਿਲਾ, ਆਦਰੋਂ ਵੀ ਛੱਡ ਪਤੰਦਰਾ ਤੂੰ ਜੱਫੀ ਪਾ। ਗੁੱਡ ਟੂ ਸੀ ਯੂ ਆਫਟਰ ਸੋ ਲੌਂਗ ਬੜੀ। ਬਾਲਾ ਜਗਾੜ ਲੈ, ਵੇਖ ਲੈ ਲੱਗੀਆਂ ਰੌਣਕਾਂ ਕਿਹੜੀ ਪੂਰੀਆਂ। ਹਾਂ, ਓਹੋ, ਆ ਕੀ ਹੈ? ਸਿੱਧਾ ਉਹ ਮੈਨੂੰ ਪੈ ਗਿਆ, ਇਹ ਨਕਲੀ ਹੈ ਨਾ? ਨਾ ਨਾ, ਬਿਲਕੁਲ ਅਸਲੀ ਓਬਾਮਾ, ਆਪਾਂ ਹੀ ਨਕਲੀਆਂ ਵਿੱਚ।
मित्र प्यारिया पूरी दुनिया अपने हथा हेठ ग्लोब दे उत्ते ना अखां मीट के जेड़े मर्जी मुल्क ते उंगली रख दे कित्थों दी करनी चाहीदी है। तू तो वैसे भी पतंदरा हीरो मटीरियल है साडा, तैनूं ते जहाज की भी लोड़ नहीं पैनी, अगली ने हथां ते चक के लै जाणा। आ सारियां फोटोआं बाहरलियां दी आईआं, छांट ला कोई चूचक दी बेटी। बाहर तो मैं जद मर्जी निकल जावां, घर दे कल्ले पै जाणगे। हेलो, किधर निकल गए जवाना? बायर ही हो गए। आ कॉफी गर्मा गर्म आई सी, कोल्ड ड्रिंक बना ली। तोते उड़ गए भाई, इन्ने साल दे जिन्हों लभदा सी वो लभ गई। अच्छा, ले असी भी देखी केड़ी हूर परी है जिन्हें साडे यार दे तोते उड़ा। लै वो ये तो देसन है, इधर ली। फिर तो बन गई गल। रेस तो पैर चक, ब्रेक ला, इंजन ठंडा रख। काका क्यों कदे तो सीधे रहा तुर पिया कर। कॉलेज भी नॉन मेडिकल ना पंगा ले ले सी, मुड़ के सपलियां देंदा रह गया सी ना। अब फिर गलत चीज ते हाथ रखी जाने। ओ पहली बारी किसे सही चीज नु हाथ लाया, तू गलत रखी जाने। ओ भाई, एदा प्यो ना अपनी कुड़ी किसे एनआरआई मंगते नाल ब्याह दूगा। इधर ले राजे नु भी ना। ओ एड्डी केड़ी गल है, तू एदा ना टिकाना दे मेनू, मैं देखदा। चल भाई, जे इन्ना ही पिछे पै गए हैं फिर ना पता भी पिछे लिखिया होया तो चक लो। दिशा ढिलों, डॉटर ऑफ दिलीप सिंह ढिलों, पिंड खेड़ी, 98152 9359। यार तो फिर चले किधर? दिशा वाल। ਕੀ ਗੱਲ, ਅੱਜ ਤੱਕ ਕਾਕਾ ਜੀ ਸਾਜਰੀ ਆ ਗਏ? ਕਮਾਲ ਹੀ ਹੋ ਗਿਆ। ਓਏ ਆ ਬਈ, ਬੜਾ ਕਪਾਹ ਦੇ ਫੁੱਲ ਵਾਂਗੂ ਖਿੜਿਆ ਹੋਣਾ, ਕੋਈ ਨਰਮਾ ਚੁਗਣ ਵਾਲੀ ਤਾਂ ਨਹੀਂ ਜੱਜ ਗਈ? ਤੁਸੀਂ ਦੋਵੇਂ ਮੇਰੇ ਵਿਆਹ ਦੀ ਫਿਕਰ ਕਰਦੇ ਰਹਿੰਦੇ ਹੋ, ਮੈਂ ਕਿਹਾ ਵਿਆਹ ਹੀ ਕਰਾ ਲੈਂਦੇ ਹਾਂ। ਸੱਚੀ ਰੁਪਿੰਦਰ, ਕਿਸੇ ਵੀ ਕੁੜੀ ਨਾਲ? ਕਿਸੇ ਕੁੜੀ ਨਾਲ ਨਹੀਂ ਮੋਮ, ਇੱਕ ਕੁੜੀ ਜਿਹਨੂੰ ਵੇਖਦੇ ਹੀ ਮੈਨੂੰ ਲੱਗਾ ਕਿ ਇਹ ਕਰੂ ਮੇਰੀ ਮਾਂ ਦੀ ਸੇਵਾ। ਉਹਦੇ ਮੱਥੇ ਤੇ ਲਿਖਿਆ ਬਈ ਇਹ ਸੱਸ ਦੀ ਸੇਵਾ ਕਰੂਗੀ। ਪੈਂਟਰ ਘੱਟ ਮਾਰਿਆ ਕਰ ਰੁਪਿੰਦਰ। ਜੇ ਕੁੜੀ ਤੈਨੂੰ ਪਸੰਦ ਹੈ ਨਾ ਤੇ ਮੈਨੂੰ ਵੀ ਪਸੰਦ ਹੈ। ਕੀ ਨਾਂ ਹੈ ਉਹਦਾ, ਕਿੱਥੇ ਦੀ ਹੈ? ਦਿਸ਼ਾ ਢਿੱਲੋਂ, ਡਾਕਟਰ ਆਫ ਦਿਲੀਪ ਸਿੰਘ ਢਿੱਲੋਂ, ਪਿੰਡ ਡਾਕਖਾਨਾ ਖੇੜੀ। ਆ ਨਾਲ ਪੇ ਲੈ ਬਈ ਸਰਦਾਰ ਨਹੀਂ ਹੈ, ਮੁੰਡੇ ਦੇ ਰੰਗ ਢੰਗ ਦੱਸ ਰਹੇ ਹੈ ਕਿ ਤੈਨੂੰ ਇਸੇ ਕੁੜੀ ਤੋਂ ਪਾਣੀ ਵਾਰਨਾ ਪੈਣਾ। ਤੁਹਾਨੂੰ ਤਾਂ ਮਜ਼ਾਕ ਹੀ ਸੁੱਝਦਾ ਹੈ। ਮੈਂ ਕਰਦੀ ਹਾਂ ਉਹਦੇ ਘਰਦਿਆਂ ਨਾਲ ਗੱਲ। ਓਏ ਹੈਲੋ, ਮੈਂ ਕੱਲੀਆਂ ਗੋਲੀਆਂ ਖਾਣ ਨੂੰ ਨਹੀਂ, ਮੈਂ ਗੱਲਾਂ ਵੀ ਕਰ ਲੈਣਾ ਹੁੰਦਾ। ਕਰਦੀ ਹੈ ਮੈਂ ਗੱਲ। ਓਏ ਹਾਂ ਬਈ, ਕੋਈ ਨੰਬਰ ਨੰਬਰ ਹੈ ਉਹਨਾਂ ਦਾ? 98152 9235। ਵਾਹ, ਨੰਬਰ ਤਾਂ ਯਾਦ ਰੱਖਿਆ ਜਿਵੇਂ ਹੈਲਪਲਾਈਨ ਦਾ ਹੋਵੇ। ਡੈਡ ਇਹ ਕੁੜੀ ਦਾ ਨਹੀਂ, ਉਹਦੇ ਡੈਡੀ ਜੀ ਦਾ ਨੰਬਰ ਹੈ। ਡੈਡੀ ਜੀ? ਮੈਨੂੰ ਡੈਡ ਤੇ ਉਹਨੂੰ ਹੁਣੇ ਤੋਂ ਹੀ ਡੈਡੀ ਜੀ। ਤੁਸੀਂ ਫੋਨ ਕਰ ਰਹੇ ਹੋ ਕਿ ਨਹੀਂ? ਆਪਾਂ ਤੁਹਾਡੀ ਗੱਲ ਮੁੜੀ ਹੈ, ਕਦੇ ਲਾਈਨ ਡੈਡ ਪਈ ਹੋਵੇ ਤਾਂ ਵੀ ਕਰੂੰਗਾ। ਕਿਉਂ ਬਈ ਕਾਕਾ, ਕਰਦੇ ਫਿਰ ਫੋਨ? ਕਰ ਦੋ ਜੀ, ਦੇਖੀ ਜਾਊਗੀ। 98152 9239। ਅੱਛਾ।
हेलो ढिल्लों स्पीकिंग। सत श्री अकाल ढिल्लों साहब। सत श्री अकाल। मैं हरजीत सिंह गरेवाल बोल रहा हूं जी गिल्लां तो गरेवाल। हां जी फरमाओ। मैं अपने बेटे दे रिश्ते लिए तुहानू मिलना चाहुंदा सी जी। मोस्ट वेलकम जी, एनी टाइम आओ हैं, इफ यू डोंट माइंड। दसोगे अपना काका करदा की है? करोड़ करोड़ नू किला होया पे, 50 किले जमीन है, कल्ला कल्ला मुंडा है। तुसी पुछदे हो काका करदा की है? गरेवाल साहब, वैसे तो तुसी कदे भी आओ, पर डोंट माइंड, मैं अपनी धी लई कोई NRI मुंडा लभ रहा। की गल ढिल्लो साहब, पंजाब दे मुंडे गैस ते चलदे है, बई इत्थे नहीं भी आउणा धी नू। तुसी मेरी बेइज्जती कर रहे हो गरेवाल साहब। बेइज्जती तां तुसी सारे पंजाब दी करी जांदे हो ढिल्लो साहब। मैं घर दा दर नहीं खोलिया, तुसी मेरे कोठे ते धुप सेकण नू फिरदे हो। मेरी धी है, मैं जिथे मर्जी व्यावां। मैनूं तां तुहाडी गल दी समझ नहीं आई ढिल्लो साहब। लोकी खानदान वेखदे है, मुंडा वेखदे है, तुसी सिर्फ NRI दे पिछे पए हो। माफ करना, मैनू कोई खुशी नहीं हुई तुहाडे नाल गल कर। मैनू भी कोई बड़ा चा नहीं चढ़िया गरेवाल साहब। चंगा होगा आपा गल इत्थे मुका दिए। गल खत्म करन कोई मंत्र पढ़ने है? डैडी आ फोन बंद कर दे, आपे गल बंद होगी। ओ गल तां खत्म ही है, अगे तो गलती नाल भी मैनू फोन ना मिला लियो किते। ਤੁਸੀਂ ਤਾਂ ਫਾੜ ਕਰਕੇ ਮਾਰਦੇ ਹੋ ਅਗਲੇ ਦੇ ਸਿਰ ਤੇ। ਇਹ ਕੋਈ ਤਰੀਕਾ ਹੈ ਗੱਲ ਕਰਨ ਦਾ? ਕੀ ਸਿਖਾਵਾਂ ਤੁਹਾਨੂੰ? ਸੌਰੀ ਪੁੱਤ, ਮੈਂ ਤੇਰੇ ਆਖਣ ਤੇ ਉਹਦੇ ਨਾਲ ਗੱਲ ਤਾਂ ਕਰ ਲਈ, ਪਰ ਇਹ ਢਿੱਲੋਂ ਬਹੁਤ ਟੇਟਾ ਬੰਦਾ ਲੱਗਿਆ ਮੈਨੂੰ। ਤੂੰ ਉਸ ਕੁੜੀ ਨੂੰ ਭੁੱਲ ਜਾ ਡੈਡ, ਆਪਾਂ ਕੋਈ ਹੋਰ ਰਿਸ਼ਤਾ ਲੱਭਾਂਗੇ। ਨਾ ਉਹ ਹੁੰਦਾ ਕੌਣ ਹੈ ਮੈਨੂੰ ਮੱਤ ਦੇਣ ਵਾਲਾ? ਮੈਂ ਆਪਣੀ ਕੁੜੀ ਬਾਹਰ ਭੇਜਣੀ ਹੈ। ਬਾਹਰਲੇ ਬੰਦੇ ਐ ਗੱਲ ਕਰਦੇ ਆ ਕਿਤੇ? ਨਾ ਇੰਨੇ ਮਾੜੇ ਵੀ ਨਹੀਂ ਸਾਡੇ ਲੋਕ। ਤੂੰ ਰਹਿਣ ਦੇ ਵਕਾਲਤ ਕਰਨ ਨੂੰ, ਮੈਂ 2 ਸਾਲ ਜਰਮਨ ਰਹਿ ਕੇ ਬਹੁਤ ਕੁਝ ਦੇਖ ਲਿਆ। ਜੋਨ ਦਾ ਸਲੀਕਾ ਤਾਂ ਸਿਰਫ ਬਾਹਰਲਿਆਂ ਨੂੰ ਹੈ। ਮੇਰੀ ਪ੍ਰੋਬਲਮ ਦਾ ਕੀ ਬਣੂ? ਉਹਦਾ ਹੱਲ ਹੈਗਾ ਆਪਣੇ ਕੋਲ। ਕੀ? ਭੁੱਲ ਜਾ ਉਹਨੂੰ। ਧਰ ਫੇਟੇ ਮੂੰਹ, ਕਿਹੋ ਜਿਹਾ ਬੰਦਾ ਹੈ ਤੂੰ? ਕਦੇ ਪਿਆਰ ਨਹੀਂ ਕੀਤਾ ਤੈਂ? ਦਿਲ ਆ ਗਿਆ ਮੇਰਾ ਉਹਤੇ। ਤੁਹਾਡਾ ਤਾਂ ਦਿਲ ਆ ਗਿਆ ਭਾਈ ਸਾਹਿਬ, ਪਰ ਉਹਦੇ ਪਿਓ ਨੂੰ NRI ਚਾਹੀਦਾ ਤੇ ਉਹ ਤੂੰ ਹੈ ਨਹੀਂ। ਸੋ ਇਸ ਕਰਕੇ ਤੇਰੀ ਲਵ ਸਟੋਰੀ ਦਾ ਤਾਂ ਇੱਥੇ ਦੀ ਐਂਡ ਹੋ ਜਾਂਦਾ ਕਾਕਾ ਜੀ। ਐ ਕਿਵੇਂ ਦੀ ਐਂਡ ਹੋ ਜਾਂਦਾ? ਮੇਰੀ ਜ਼ਿੰਦਗੀ ਦਾ ਤਾਂ ਹੁਣ ਇੱਕੋ ਹੀ ਮਕਸਦ ਹੈ, ਦਿਸ਼ਾ ਨੂੰ ਹਾਸਲ ਕਰਨਾ। ਓਏ ਹੋਏ, ਦਿਲ ਨੂੰ ਹੀ ਲਾ ਗਿਆ ਤੂੰ ਤੇ ਸ਼ੇਰਾ। ਜੇ ਐਡੀ ਗੱਲ ਹੈ ਫਿਰ ਕੀ ਮਸਲਾ? ਹਾਂ ਬਣ ਜਾ NRI। ਤੇਰਾ ਮਤਲਬ ਹੈ ਪਹਿਲਾਂ ਮੈਂ ਬਾਹਰ ਜਾਵਾਂ, ਉੱਥੇ ਸੈਟਲ ਹੋਵਾਂ, ਫੇਰ ਵਾਪਸ ਆਵਾਂ? ਉਨੇ ਚਿਰ ਚ ਉਹਦੇ ਬੁੜੇ ਨੇ ਉਹਨੂੰ ਤੋੜ ਦੇਣਾ ਕਿਸੇ ਮਸਕਟ ਵਾਲੇ ਨਾਲ। ਕਾਕਾ ਜੀ ਮੈਂ ਤੁਹਾਨੂੰ NRI ਹੋਣ ਵਾਸਤੇ ਨਹੀਂ ਸਿਰਫ ਬਣਨ ਵਾਸਤੇ ਕਹਿ ਰਿਹਾ। ਟ੍ਰਾਈ ਟੂ ਅੰਡਰਸਟੈਂਡ ਵਾਟ ਆਈ ਮੀਨ ਟੂ ਸੇ। ਕਿਉਂ ਛਿੱਤਰ ਪਾਉਣ ਵਾਲੀ ਗੱਲ ਕਰਦਾ? ਬੱਲੇ ਕਰਨੀਆਂ ਮੁਹੱਬਤਾਂ ਤੇ ਡਰਨਾ ਛਿੱਤਰਾਂ ਤੋਂ। ਵਾਹ, ਜਾਲੀ ਬਣ ਕੇ ਕਿੰਨਾ ਕੁ ਚਿਰ ਰਹਿ ਲਾਂਗੇ? ਜਦ ਤੱਕ ਬਾਪੂ ਨਹੀਂ ਮੰਨਦਾ ਉਹਦਾ ਹੋਰ ਕੀ। ਜਦੋਂ ਬਾਅਦ ਚ ਪਤਾ ਲੱਗਿਆ ਫਿਰ? ਫਿਰ ਕੀ ਆ, ਉਹ ਕੁੜੀ ਨੂੰ ਆਪ ਹੀ ਤੂੰ ਕਹਿ ਰਹੀ ਯਾਰ ਬਈ ਤੈਨੂੰ ਹਾਸਲ ਕਰਨ ਵਾਸਤੇ ਡਰਾਮਾ ਕਰਨਾ ਪਿਆ, ਉਦਾਂ ਤੇਰੇ ਡੈਡੀ ਨੇ ਨਹੀਂ ਸੀ ਮੰਨਣਾ। ਕੁੜੀ ਨੇ ਲਾਪਾ ਕਰਕੇ ਡੱਕਰ ਦੇਣਾ, ਇੰਨਾ ਸੌਖਾ ਨਹੀਂ ਹੁੰਦਾ। ਯੈਸ, ਇੱਥੇ ਤੂੰ ਰਹੂੰਗਾ। ਦਰਅਸਲ ਕਾਕਾ ਜਿਹੜਾ ਇਸ਼ਕ ਦਾ ਮਹਾਂ ਰੋਗ ਹੁੰਦਾ ਨਾ, ਇਹ ਜਦੋਂ ਇੱਕ ਵਾਰੀ ਲੱਗ ਜੇ ਨਾ, ਇਹਦਾ ਦੁਨੀਆਂ 'ਚ ਇਲਾਜ ਹੀ ਕੋਈ ਨਹੀਂ। ਪੇਸ਼ੈਂਟ ਨੂੰ ਜਿੱਥੇ ਮਰਜ਼ੀ ਲੈ ਜਾਓ, ਬਸ ਇੱਕ ਵਾਰੀ ਮਿੱਠੀਆਂ ਮਿੱਠੀਆਂ ਜੀਆਂ ਮਾਰ ਕੇ ਨਾ ਉਹਨੂੰ ਜਾਨੂੰ ਜਾਨੂੰ ਤੇ ਲਿਆ। ਜਦੋਂ ਇੱਕ ਵਾਰੀ ਉਹਨੇ ਕਹਿਤਾ ਨਾ ਜਾਨੂੰ, ਫਿਰ ਘਰਦਿਆਂ ਨੂੰ ਆਪ ਹੀ ਕਹੂਗੀ ਮੈਂ ਨਾ ਮਾਨੂੰ। ਹੋਰ ਕੋਈ ਹਿੱਲਾ ਨਹੀਂ ਹੈਗਾ ਜਿਹੜਾ ਪਹਿਲਾਂ ਦੱਸਿਆ ਸੀ ਤੈਨੂੰ? ਭੁੱਲ ਜਾ ਉਹਨੂੰ। ਹੁਣ ਤਾਂ ਬੀਬੀ ਮੈਮਰੀ ਕਾਰਡ 'ਚ ਫੀਡ ਹੋ ਚੁੱਕੀ ਹੈ, ਹੁਣ ਨਹੀਂ ਨਿਕਲ ਸਕਦੀ। ਬਸ ਠੀਕ ਹੈ, ਫਿਰ ਫਿਰ ਕਿਹੜੀ ਗੱਲ? ਫਿਰ ਪਾ ਦੇ ਰੌਲਾ, ਦੱਸ ਦੇ ਦੁਨੀਆ ਨੂੰ ਕਿ ਅੱਜ ਦੀ ਮੰਡੀਰ 'ਚ ਵੀ ਕਮਿਟਮੈਂਟ ਹੈਗੀ ਹੈ। ਓਏ ਰਾਂਝੇ ਨੇ ਹੀਰ ਵਾਸਤੇ 12 ਸਾਲ ਮੱਝਾਂ ਚਾਰੀਆਂ, ਤੂੰ ਤੇ ਘੜੀ ਦੀ ਘੜੀ ਹੀਰ ਦਾ ਡੈਡੀ ਚਾਰਨਾ। ਬਸ ਡਰ ਜਿਹਾ ਲੱਗਦਾ ਹੈ, ਪਰ ਕੋਈ ਗੱਲ ਨਹੀਂ, ਦੇਖੀ ਜਾਓ। ਚੱਲ ਖਿੱਚ ਤਿਆਰੀ। ਖਿੱਚ ਤਿਆਰੀ ਦਾ ਕੀ ਮਤਲਬ ਬਈ? ਤਿਆਰੀ ਤੂੰ ਖਿੱਚਣੀ ਹੈ ਭਾਈ ਸਾਹਿਬ, ਦੈਟਸ ਯੂਅਰ ਜੌਬ। ਵੀਰੇ ਤੂੰ ਇਸ ਫਿਲਮ ਦਾ ਡਾਇਰੈਕਟਰ ਹੈ, ਜੇ ਕੁਝ ਗਲਤ ਹੋਇਆ ਤਾਂ ਤੂੰ ਹੀ ਸਾਂਭੇਗਾ ਨਾ? ਨਹੀਂ ਖੈਰ, ਸਾਂਸ ਸੁਣ ਤਾਂ ਲੈਂਦਾ ਹੁੰਦਾ ਮੈਂ, ਐਡੀ ਤਾਂ ਗੱਲ ਕੋਈ ਨਹੀਂ। ਪਰ ਇਹ ਵੀ ਮੈਂ ਸ਼ੁਰੂ ਸ਼ੁਰੂ ਚ ਨਾਲ ਰਹੂੰਗਾ, ਫਿਰ ਮੈਂ ਫਿਲਮ ਸ਼ੁਰੂ ਕਰਾ ਕੇ ਆ ਜਾਣਾ, ਐਂਡ ਤੇ ਤੂੰ ਆਪ ਲੈ ਕੇ ਜਾਣਾ ਫਿਲਮ ਨੂੰ। ਠੀਕ ਹੈ ਠੀਕ ਹੈ, ਪਰ ਤੇਰੀ ਫਿਲਮ ਦਾ ਹੀਰੋ ਹੈ ਕਿਹੜੀ ਕੰਟਰੀ ਦਾ? ਉਹ ਤਾਂ ਕਿੱਦਾਂ ਫਿਰ, ਕਿਹੜੀ ਮਰਜ਼ੀ ਕੰਟਰੀ ਦਾ ਹੋਵੇ, ਕਿੱਦੇ ਸਾਰੇ ਸੇਮ ਹੀ ਹੁੰਦੇ ਆ। ਕਿੱਦਾਂ ਗੋਡ ਆ, ਕਿੱਦਾਂ ਗ੍ਰੇਟ ਆ।
ਦੱਸੋ ਇਹ ਨਕਸ਼ਾ ਹੈ? ਮੈਂ ਕਦੋਂ ਕਿਹਾ ਘੋੜਿਆਂ ਦੀ ਪੇਂਟਿੰਗ ਹੈ? ਉਹ ਯਾਰ ਦੱਸ ਰਿਹਾ ਤੈਨੂੰ ਵੈਸੇ ਹੀ। ਸਾਊਥ ਹਾਲ ਕਿੱਥੇ ਹੈ? ਸਾਊਥ ਹਾਲ ਵੀਰੇ ਦਰਅਸਲ ਨਾ ਮੈਂ ਵੀ ਕਾਲੀ ਕਾਲੀ ਨੈਟ ਤੋਂ ਕੱਢਿਆ ਨਕਸ਼ਾ, ਸਾਊਥ ਹਾਲ ਮੈਨੂੰ ਨਹੀਂ ਦੱਸਿਆ, ਪਰ ਹੈ ਦੇ ਵਿੱਚ ਹੀ ਆ ਕਿਤੇ। ਬਸ ਤੂੰ ਮੋਟੀ ਜੀ ਗੱਲ ਯਾਦ ਰੱਖਣੀ ਆ ਵੀ ਆਪਾਂ ਗਿਲਫੋਰਡ ਸਟਰੀਟ ਤੇ, ਤੂੰ 118 ਚ ਰਹਿੰਦਾ ਤੇ ਮੈਂ 119 ਚ ਰਹਿੰਦਾ, ਤੇ ਲੰਡਨ ਬਾਰੇ ਬਹੁਤੀ ਟੈਨਸ਼ਨ ਨਹੀਂ ਲੈਣੀ, ਸੂਈ ਸਾਊਥ ਹਾਲ ਤੇ ਰੱਖਣੀ ਹੈ। ਲੰਡਨ ਚ ਨਾ ਐਵੇਂ ਦੋ ਤਿੰਨ ਮੋਟੀਆਂ ਮੋਟੀਆਂ ਚੀਜ਼ਾਂ, ਇੱਕ ਯਾਦ ਰੱਖੀ ਤੂੰ ਉੱਥੇ ਲੰਡਨ ਬ੍ਰਿਜ, ਇੱਕ ਯਾਦ ਰੱਖਣਾ ਆਪਣਾ ਬਿਗ ਬੈਨ ਵੱਡਾ ਸਾਰਾ ਘੰਟਾ ਘਰ ਹੈ, ਇੱਕ ਤੂੰ ਲੰਡਨ ਆਈ ਯਾਦ ਰੱਖ। ਲੰਡਨ ਆਈ ਕੀ? ਲੰਡਨ ਆਈ ਜਿੱਦਾਂ ਆਪਣੇ ਪਿੰਡਾਂ ਚ ਨੀ ਲੱਕੜ ਦਾ ਝੂਲਾ ਹੁੰਦਾ, ਗੋਰੇ ਨੇ ਬਹੁਤ ਵੱਡਾ ਸਾਰਾ ਲੋਹੇ ਦਾ ਲਵਾਇਆ ਹੋਇਆ ਉੱਥੇ, ਚੱਲ ਤੂੰ ਦਫਾ ਕਰ। ਬਾਕੀ ਪਿਕਾਡਲੀ ਸਰਕਸ, ਪਿਕਾਡਲੀ ਸਰਕਸ ਸਰ ਮਤਲਬ ਉਹਦਾ ਬਾਲਾ ਜ਼ਿਕਰ ਜ਼ੁਕਰ ਨਹੀਂ, ਉਹਦਾ ਕਰਨਾ ਪਤਾ, ਗੰਦੇ ਮੰਦੇ ਜੇ ਸ਼ੋਅ ਹੁੰਦੇ ਉੱਥੇ, ਪੰਜਾਬੀ ਜਾਂਦੇ ਬਹੁਤ ਦੇਖਣ ਪਰ ਆਪਾਂ ਨਹੀਂ ਜਾਂਦੇ, ਸਾਡੇ ਨੰਬਰ ਡਾਊਨ ਹੁੰਦੇ ਆਪਣੇ। ਓਕੇ, ਸਾਊਥ ਹਾਲ ਬਾਰੇ ਹੋਰ ਕੁਝ? ਹੋਰ ਬਸ ਤੂੰ ਸਿੰਪਲ ਇਹ ਯਾਦ ਰੱਖਣਾ ਵੀ ਆਪਾਂ ਗਲਾਸੀ ਜੰਕਸ਼ਨ ਤੇ ਸ਼ਾਮ ਨੂੰ ਬਹਿ ਕੇ ਗਲਾਸੀ ਖੜਕਾਈ ਦੀ ਹੈ, ਪਾਰਕ ਐਵਨਿਊ ਚ ਵਿਸਾਖੀ ਦਾ ਮੇਲਾ ਵੇਖਣ ਜਾਈਦਾ, ਤੇ ਜਲੇਬੀ ਜੰਕਸ਼ਨ ਤੇ ਬਹਿ ਕੇ ਖਾਈ ਪੀਵੀ ਦਾ, ਬਾਕੀ ਜਿੱਥੇ ਅੜ ਜਾਵੇ ਬਸ ਵੱਡੇ ਗੁਰਦੁਆਰੇ ਤੇ ਆ ਜਾਣਾ ਜੀ, ਵੱਡੇ ਗੁਰਦੁਆਰੇ ਬਹੁਤ ਜਾਈਦਾ ਜੀ ਆਪਾਂ, ਬਸ ਇਦੋਂ ਬਾਹਰ ਨਹੀਂ ਜਾਣਾ, ਇਦੋਂ ਬਾਹਰ ਗਿਆ ਸਿੱਧੇ ਅੰਦਰ ਆ ਫਿਰ ਆਪਾਂ। ਬਸ ਫਿਰ ਬਣ ਗਈ ਗੱਲ, ਗੋਡਿਆ ਬਾਕੀ ਆਪਾਂ ਡਿਸਕਸ ਕਰਦੇ ਰਵਾਂਗੇ ਜਿੱਦਾਂ ਕਿ ਨਹੀਂ ਪਾਈਏ, ਚੱਲੇ ਪਾਈਏ ਚੱਲੇ, ਖੜ ਜਾ, ਖੇੜੀ ਪਿੰਡ ਵੱਡੀ ਭੂਆ ਰਹਿੰਦੀ ਹੈ, ਜਾ ਕੇ ਰਹਿਣਾ ਕਿਹਦੇ ਕੋਲ, ਤੇਰੇ ਰਹਿਣ ਦਾ ਇੰਤਜ਼ਾਮ ਤੇ ਕਰ ਲਈਏ ਸਰ। ਕਰ ਕਰ ਕਰ। ਹੈਲੋ ਹੈਲੋ ਹੈਲੋ, ਹਾਂ ਦੀਪੇ ਕੀ ਹਾਲ ਹੈ? ਉਹ ਵਧੀਆ ਜਗਾੜੀ ਭਾਜੀ, ਤੁਹਾਡੇ ਕਰਕੇ ਲੰਡਨ ਫਿਰਦੇ ਆ, ਨਹੀਂ ਤਾਂ ਹੁਣ ਤੱਕ ਲੁਧਿਆਣੇ ਦਾ ਪੋਲਿਊਸ਼ਨ ਇੰਜੋਏ ਕਰਦੇ ਹੋਣਾ ਸੀ। ਅੱਛਾ ਗੱਲ ਸੁਣੇ, ਕੰਮ ਹੈ ਤੇਰੇ ਨਾਲ, ਉਹ ਖੇੜੀ ਪਿੰਡ ਦਾ ਤੁਹਾਡਾ ਫਾਰਮ ਹਾਊਸ ਹੈ ਨਾ, ਉੱਥੇ ਅਸੀਂ ਦੋ ਜਣੇ ਜਾ ਕੇ ਰਹਿਣਾ ਕੁਝ ਦਿਨ। ਉਹ ਗੱਲ ਹੀ ਕੋਈ ਨਹੀਂ ਭਾਜੀ, ਉੱਥੇ ਮੇਰਾ ਕਹਿੰਦੇ ਮੋਹ ਨਹੀਂ ਰਹਿੰਦਾ, ਮੈਂ ਫੋਨ ਕਰ ਦੂੰਗਾ। ਆਹੋ ਉਹਨੂੰ ਫੋਨ ਕਰਕੇ ਕਹਿ ਦੇ ਵੀ ਮੇਰੇ ਦੋ ਦੋਸਤ ਆ ਰਹੇ ਆ ਯੂਕੇ ਤੋਂ, ਸੋਰੀ ਜ਼ੀਰਕਪੁਰ ਨਾ ਕਹਿ ਦੀ ਕਿਤੇ, ਯੂਕੇ ਤੋਂ ਕਹਿਣਾ। ਓਕੇ, ਇਹ ਕੀ ਜਗਾੜ ਆ ਹੁਣ ਭਾਜੀ? ਜਗਾੜ ਤੈਨੂੰ ਫੇਰ ਦੱਸ ਦਿਆਂਗੇ, ਤੂੰ ਫੋਨ ਤਾਂ ਕਰ ਪਈ, ਯੂਕੇ ਤੋਂ ਆ ਰਿਹਾ ਮਿੱਤਰ ਤੇਰੇ। ਬਾਏ। ਆ ਸਾਲਾ ਚੰਗਾ ਜਗਾੜ ਲੱਭਿਆ ਤਾਂ। ਓਏ ਆ ਸਾਲਾ ਸੂਲਾ ਨਹੀਂ ਚੱਲਣਾ ਉੱਥੇ ਯੂਕੇ ਚ, ਨਹੀਂ ਮੁੰਡੇ ਕੁੜੀਆਂ ਕੱਢਦੇ ਸਾਲਾ ਸਾਲਾ ਗਾਲਾਂ, ਉੱਥੇ ਉਹ ਇਸ਼ਾਰੇ ਵਾਲੀਆਂ ਗਾਲਾਂ ਚੱਲਦੀਆਂ, ਤੈਨੂੰ ਉਹ ਵੀ ਸਿਖਾ ਦੂੰਗਾ ਮੈਂ, ਠੀਕ ਹੈ? ਹੁਣ ਜੇ ਸਿਲੇਬਸ ਪੂਰਾ ਹੋਵੇ ਚੱਲੀਏ ਆਪਾਂ, ਕਿੱਦਾਂ ਜਾਣਾ ਹੀ ਪੈਣਾ ਆ। ਖੜ ਜਾ 2 ਮਿੰਟ, ਗਾਹਾਂ ਸਰਕਾਰੀ ਖਜ਼ਾਨਾ ਵੀ ਝੱਟ ਖਾਲੀ ਹੋ ਜੂ ਹੈ। ਉਹ ਵੇਖੀ ਕਿਤੇ ਸੰਘ ਚੁੰਗਲਾ ਮਾਰ ਮਾਰ ਕੇ ਡੇਲੇ ਹੀ ਨਾ ਬਾਹਰ ਕੱਢ ਲਈ। ਉਹ ਜਿਹੜੀਆਂ ਅੱਖਾਂ ਤੈਨੂੰ ਦੇਖਣ ਗਿਜੀਆਂ ਹੋਣ, ਉਹ ਬਾਹਰ ਕਿਵੇਂ ਗਿਰ ਸਕਦੀਆਂ ਨੇ? ਦੇਸੀ ਦਾ ਇੱਕ ਤੁਪਕਾ ਨਹੀਂ ਰਹਿਣ ਦਿੱਤਾ ਅੰਦਰ। ਦੀਪੇ ਦਾ ਫੋਨ ਆਇਆ ਸੀ, ਸਕਾਚ ਆਉਣ ਵਾਲੀ ਆ ਯੂਕੇ ਤੋਂ। ਨਹੀਂ ਆਇਆ ਨਹੀਂ, ਗੁਲਗੁਲੇ ਪਹਿਲਾਂ ਹੀ ਕੱਢਣ ਲੱਗ ਜਾ। ਭਾਬੀ ਜੀ ਹਾਂ, ਗੁਲਗੁਲੇ ਬਾਜ ਕੱਢਿਆ, ਕੀੜਾ ਲੈ ਕੇ ਆਇਆ ਕਿਸੇ ਨੂੰ? ਮੋਣੀ ਚਾਚੇ ਓਏ, ਆ ਤੁਹਾਡੇ ਪ੍ਰਾਹੁਣੇ ਆਏ ਨੇ ਹੋਰੂ ਜੀਆਂ ਬੂਥੀਆਂ ਵਾਲੇ। ਜਿਉਂਦਾ ਰਹਿ ਕੀੜਿਆ, ਆ ਗਏ ਸਕਾਚ ਦੇ ਬੱਦਲ। ਵੈਲਕਮ ਜੀ, ਵੈਲਕਮ। ਸਤਿ ਸ੍ਰੀ ਅਕਾਲ ਜੀ, ਮੈਂ ਮੋਣੀ ਜੀ, ਇਹ ਮੇਰੀ ਘਰ ਵਾਲੀ ਮਿੱਠੋ ਜੀ। ਸਤਿ ਸ੍ਰੀ ਅਕਾਲ ਜੀ। ਸੰਗ ਦੀ ਹੈ ਉਹ, ਅੰਦਰੋਂ ਅੰਦਰ ਹੀ ਤਾਂ ਮੰਨ ਲਈਏ ਨੇ। ਕਿੱਦਾਂ ਮਿੱਠੋ ਭਾਬੀ, ਸਤਿ ਸ੍ਰੀ ਅਕਾਲ ਆ, ਕਿਤੇ ਸ਼ੇਖ ਹਿੰਦ ਕਰਨ ਲਿਆ ਕਿਹੜਾ? ਕਹਿੰਦੇ ਸੰਗ ਜੀ ਦਾ ਹੱਥ ਬਹੁਤ ਘੱਟ ਕੇ ਮਿਲਾਉਂਦੀ, ਬਹੁਤ ਫਰਹਿ ਗਿਆ ਹੱਥ ਮਿਲਾਉਣ ਨੂੰ ਕਿੱਦਾਂ। ਬਾਕੀ ਉਹਦਾ ਨਾਈਸ ਕੱਪਲ ਨਹੀਂ, ਚੱਪਲ ਤਾਂ ਨਹੀਂ ਜੁੱਤੀ ਹੈ, ਉਹ ਸੈਂਡਲ ਵਾਲਾ ਵੀ ਹੈ, ਕਦੇ ਕਦੇ ਵਿਆਹ ਨੂੰ ਪਾਏ ਤੀ ਇੱਕ ਵਾਰੇ ਨੇ। ਯਾਰ ਬੜਾ ਲੇਟ ਹੋ ਗਏ ਤੁਸੀਂ, ਮੇਰਾ ਤਾਂ ਮੂੰਹ ਸੁੱਕ ਗਿਆ ਤੁਹਾਨੂੰ ਉਡੀਕਦਿਆਂ ਦਾ। ਮੇਰੀ ਬੱਸ ਲੇਟ ਹੋ। ਏਅਰ ਬੱਸ, ਏਅਰ ਬੱਸ, ਪਲੇਨ ਨੂੰ ਕਿੱਦਾਂ ਏਅਰ ਬੱਸ ਕਹਿੰਦੇ ਆ? ਕਿਦਾਂ ਸੇਮ ਹੀ ਆ। ਸ਼ੁਕਰ ਮਨਾ ਵੀ ਮੈਂ ਟੱਕਰ ਗਿਆ ਇਹਨਾਂ ਨੂੰ, ਇਹ ਤਾਂ ਹੋਟਲੇ ਫਿਰਦੇ ਸੀ। ਚੰਗਾ ਟੈਲੀਫੋਨ ਐਕਸਚੇਂਜ, ਮੈਂ ਚੱਲਦਾ, ਸਤਿ ਸ੍ਰੀ ਅਕਾਲ। ਕਿੱਦਾਂ ਤੇ ਜੋਕਾ ਮਾਰਦਾ ਆ। ਯਾ ਆਈ ਨੋ, ਹੀ ਇਜ਼ ਅ ਫਨੀ ਗਾਇ, ਆਈ ਲਾਈਕ ਇਟ, ਨਾਈਸ ਪਲੇਸ ਹੈ। ਬਾਜੀ ਦੀਪਾ ਬਣਾ ਗਿਆ ਜੀ ਸਾਡੇ ਐਸ ਘਰ ਨੂੰ, ਕੱਪੜਾ ਲੈਣਾ ਹੀ ਬਾਹਰੋਂ ਉਹੀ ਭੇਜ ਦਿੰਦਾ, ਆਪਾਂ ਇੱਧਰ ਹੀ ਯੂਕੇ ਬਣਾ ਰੱਖੀ ਹੈ, ਖੁੱਲਾ ਖਾਈਦਾ ਪੀਦਾ। ਕਿੱਦਾਂ ਅਸੀਂ ਵੀ ਯੂਕੇ ਦੇ ਕਿਤੇ ਜੰਕ ਫੂਡ ਖਾ ਖਾ ਕੇ ਤੰਗ ਆਏ ਹਾਂ, ਇੱਥੇ ਤਾਂ ਕਿੱਦਾਂ ਹੁਣ ਸਾਗ ਨੂੰ ਗੇੜਾ ਦੇਣਾ ਹੀ ਆ। ਲੈ ਭੋਰਾ ਚਿੰਤਾ ਨਾ ਕਰੋ, ਸਾਗ ਖਵਾ ਖਵਾ ਕੇ ਥੋੜੀ ਧੁੰਨੀ ਹਰੀ ਕਰ ਦਾਂਗੇ, ਚਾਹੇ ਪਰਤਿਆ ਲਿਓ। ਧੁੰਨੀ ਪਰਤਿਆ ਲਿਓ? ਓ ਆਈ ਨੋ, ਲੋਕਲ ਲੈਂਗੁਏਜ ਯੂ ਨੋ। ਓਕੇ, ਦੇਸੀ ਆ, ਹਾਲੇ ਵੀ ਦੇਸੀ। ਅੱਛਾ ਉਹ ਕੀ ਕਿਦਾਂ ਮਿੱਠੇ? ਮੈਂ ਪੁੱਛ, ਮੇਰਾ ਨਾਮ ਮੋਹਣੀ ਹੈ, ਮਿੱਠੋ ਮੇਰੀ ਘਰ ਵਾਲੀ ਦਾ ਨਾਂ ਹੈ ਜੀ, ਹੁਕਮ ਦੱਸੋ ਕੀ ਹੈ। ਸੌਰੀ, ਕਿਦਾਂ ਮੈਂ ਪੁੱਛਣਾ ਮੰਗਦਾ ਸੀ, ਕਿਦਾਂ ਗੱਲਾਂ ਨਾਲ ਹੀ ਸਾੜਨਾ ਆ, ਕਿ ਸਾਨੂੰ ਰੂਮ ਵੀ ਦੇਣਾ ਆ ਕੋਈ? ਓ ਭਲੇ ਨੂੰ ਚੇਤੇ ਕਰਾਤਾ ਸ਼ੇਰੇ, ਸਮਾਨ ਚੱਕ ਵੀ, ਬਾਈ ਹੋਰਾਂ ਦਾ ਕਮਰਾ ਦਿਖਾ ਇਹਨਾਂ ਨੂੰ, ਨਾ ਨੂੰ ਲੋ ਜਾ ਕੇ ਫੇਰ ਭੜਕਾਉਂਦੇ ਆ ਗਲਾਸੀਆਂ ਆਪਾਂ। ਸਕਾਚ ਕਿਹੜੀ ਲੈ ਕੇ ਆਏ ਹੋ? ਸਕਾਚ ਉਹ ਕਿਹੜਾ ਬੈਗ ਸਾਡਾ ਕਸਟਮ ਵਾਲੇ ਨੇ ਰੋਕਿਆ ਹੈ ਨਾ ਏਅਰਪੋਰਟ ਤੇ, ਕਿੱਦਾਂ ਉਹਦੇ ਚ ਆ ਸਕਾਚ? ਕਿੱਦਾਂ ਪਰਸੋਂ ਨੂੰ ਆਉਂਦੀ ਆ? ਇਹ ਕਸਟਮ ਵਾਲੇ ਖਤਮ ਤਾਂ ਨਹੀਂ ਕਰ ਦੇਣਗੇ ਪੀ ਕੇ? ਆਹੋ ਬਈ, ਨਾ
ਮੈਂ ਤਾਂ ਕਿਤੇ ਡੱਟ ਖੋਲ ਕੇ ਉਹਨਾਂ ਦੇ ਸਾਹਮਣੇ ਕਿਤੇ ਜੂਠੀ ਕਰਕੇ ਛੱਡ ਕੇ ਆਇਆ ਆ। ਕਿਤੇ ਜੂਠੀ ਨੂੰ ਹੱਥ ਨੀ ਲਾਉਂਦੇ ਆ ਉਹ ਯਾਰ? ਤੁਹਾਡੇ ਚੱਕਰਾਂ ਦੇ ਵਿੱਚ ਮੈਂ ਉਂਗਲਾਂ ਮਾਰ ਮਾਰ ਦੇਸੀ ਵੀ ਕੱਢਤੀ, ਸਕੋਚ ਵਾਲੇ ਏਅਰ ਫੋਰਸ ਤੇ ਤੁਰੀ ਫਿਰਦੀ ਆ। ਠੀਕ ਆ, ਆ ਸ਼ੇਰ ਦੇ ਮਗਰ ਮਗਰ ਨੂੰ ਹੋਲੋ। ਓਕੇ, ਸੀ ਯੂ ਗਾਇਸ। ਤੇਰੀ ਨਜ਼ਰ ਲੱਗੀ ਆ ਕਾਲੀ ਜੀਭ ਵਾਲੀ ਏ। ਕਿਵੇਂ ਟੁੱਟੇ ਜੇ ਸਾਈਕਲ ਤੇ ਤੁਰੇ ਫਿਰਦੇ ਹੋ, ਤੁਸੀਂ ਬੰਦੇ ਹੋ ਕਿ ਝਾਵੇਂ? ਉਹ ਸੀਂਡਲਾ, ਮੈਂ ਰੈਟਾ ਮਾਰਨਾ ਛੱਡਵਾ ਤੇਰੇ ਕੰਮ ਤੇ। ਕਿਤੇ ਸੀਂਡਲ ਵੀਰ ਨਾਈਸ ਬੋਲੀ ਦਾ ਆ, ਕਿਤੇ ਪਤਾ ਹੋਣਾ ਚਾਹੀਦਾ ਬੋਲਣ ਦਾ ਕਿੱਦਾਂ। ਪਹਿਲਾਂ ਚਮਕੀਲੇ ਵਾਲਾ ਸੁਰ ਚੱਕਿਆ ਸੀ, ਹੁਣ ਹੋਰੂ ਜਿਹਾ ਬੋਲਦਾ ਹੈ। ਕੋਈ ਨੀ, ਫੇਰ ਦੇਖਾਂਗੇ। ਲੈ ਵੀ ਕਾਕਾ, ਕਰ ਲੈ ਦਰਸ਼ਨ ਹੋਣ ਵਾਲੇ ਸਹੁਰਿਆਂ ਦੇ। ਬੜੀਆਂ ਉਮੀਦਾਂ ਲੈ ਕੇ ਆਏ ਆ ਹੀਰ ਦਿਆ ਬਾਬਲਾ, ਖਾਲੀ ਹੱਥ ਨਾ ਮੋੜੀ। ਹੱਸਣਾ, ਜਿੱਥੋਂ ਜੂਣ ਦਾ ਰਾਹ ਮਿਲਦਾ ਹੋਏ ਉੱਥੇ ਸਰ ਝੁਕਾਉਣ ਚ ਕੋਈ ਹਰਸ ਨਹੀਂ। ਬੱਲੇ ਤੇ ਰਾਹ ਨਹੀਂ, ਦਿਸ਼ਾ ਕਿੱਦਾਂ ਸੇਮ ਹੀ ਆ, ਕਰੈਕਟਰ ਚ ਆ ਜਾਓ ਜਾਂ ਬਣ ਜਾ ਫਿਰ ਕਿੱਦਾਂ ਯੂਕੇ ਵਾਲਾ ਬਣ ਜਾ ਕਿੱਦਾਂ। ਰੂਪ, ਡੂ ਯੂ ਸੀ ਦਿਸ ਹਾਊਸ? ਮੈਂ ਲਾਈਕ ਕੀਤਾ ਆ, ਇਹਦਾ ਕਿੱਦਾਂ ਡਿਜ਼ਾਈਨ ਬਹੁਤ ਵਧੀਆ ਆ। ਯੇ ਆਈ ਲਾਈਕ ਇਟ ਟੂ। ਅਬਰਾਡ ਦੇ ਕਿਸੇ ਨਕਸ਼ੇ ਦੀ ਕਾਪੀ ਕੀਤੀ ਲੱਗਦੀ ਆ। ਨਾਓ ਨਾਓ, ਮੈਨੂੰ ਕਿਤੇ ਕਾਪੀ ਨਹੀਂ ਲੱਗਦਾ, ਮੈਨੂੰ ਓਰੀਜਿਨਲ ਲੱਗਦਾ ਆ, ਕਿਸੇ ਨੇ ਆਪ ਬਣਾਇਆ ਆ। ਤੇ ਆਪਾਂ ਅੰਕਲ ਨੂੰ ਪੁੱਛ ਲੈਨੇ ਆ। ਯੇ ਆਈ ਡੋਨਟ ਮਾਈਂਡ। ਅੰਕਲ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅੰਕਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਕਿੱਦਾਂ ਅੰਕਲ, ਤੁਸੀਂ ਸਾਡਾ ਫੈਸਲਾ ਕਰਾ ਸਕਦੇ ਆ? ਮੈਂ ਕਹਿੰਦਾ ਇਹ ਤੁਹਾਡੇ ਨਾਈਸ ਹਾਊਸ ਦਾ ਕਿਤੇ ਡਿਜ਼ਾਈਨ ਇੰਡੀਅਨ ਆ। ਮੈਂ ਕਹਿੰਦਾ ਕਿੱਦਾਂ ਇਹ ਬਾਹਰ ਦਾ ਆ। ਓਏ ਡਿਜ਼ਾਈਨ ਤਾਂ ਜੱਟ ਦਾ ਪਰਸਨਲ ਹੀ ਹੈ, ਪਰ ਹੈ ਬਾਹਰਲੇ ਸਟਾਈਲ ਦਾ। ਆਈ ਲਵ ਬ੍ਰੌਡ ਆਰਕੀਟੈਕਚਰ। ਵਾਓ ਵਾਓ ਵਾਓ। ਓਏ ਕਾਕਾ, ਤੈਨੂੰ ਕਿਤੇ ਦੇਖਿਆ ਲੱਗਦਾ ਅੰਕਲ? ਮੈਂ ਤਾਂ ਕਿਤੇ ਫਸਟ ਟਾਈਮ ਇੰਡੀਆ ਆਇਆ ਆ, ਹੁਣੇ ਲੈਂਡ ਕੀਤੀ ਅਸੀਂ। ਕਿੱਦਾਂ ਮੈਂ ਯੂਕੇ ਬੋਲਣੀ ਆ? ਕਿੱਦਾਂ ਮੈਂ ਇੱਕ ਪਿੱਕ ਲੈ ਸਕਦਾ? ਪਿੱਕ? ਫੋਟੋ, ਪਿਕਚਰ, ਸਨੈਪ? ਪਿਕਚਰ ਤਾਂ ਲੈ ਲਓ, ਪਰ ਤੁਸੀਂ ਡਿਜ਼ਾਈਨ ਦੀ ਨਕਲ ਨਹੀਂ ਮਾਰ ਸਕਦੇ। ਜੱਟ ਦਾ ਪਰਸਨਲ ਡਿਜ਼ਾਈਨ ਹੈ। ਥੈਂਕਸ, ਥੈਂਕਸ ਅ ਲੋਟ। ਕਿ ਤੂੰ ਵੀ ਵਿੱਚ ਆ ਜਾ, ਕਿ ਤੈਨੂੰ ਵੀ ਵਿੱਚ ਕੱਢ ਲੈਣਾ ਮੈਂ। ਆਈਏ, ਆਓ ਆਓ, ਚਾਹ ਪਾਣੀ ਪੀਓ, ਆਓ। ਥੈਂਕ ਯੂ ਸੋ ਮਚ ਅੰਕਲ। ਅੱਛਾ, ਪਹਿਲਾਂ ਇਹ ਦੱਸੋ ਮੁੰਡਿਓ, ਚਾਹ ਪੀਓਗੇ, ਕਾਫੀ ਪੀਓਗੇ, ਲੱਸੀ ਪੀਓਗੇ ਕਿ ਜੂਸ ਪੀਓਗੇ? ਕਿਦਾਂ ਚਾਹ ਹੀ ਲੋਟ ਰਹੂ? ਲੋਟ ਰਹੂ, ਆਓ। ਕਿਦਾਂ ਰੂਪ ਲਵਸ ਪੰਜਾਬੀ, ਯੂ ਨੋ, ਕਿਦਾਂ ਮਦਰ ਟੰਗ ਹੈ ਨਾ। ਕੀ ਕਿਹਾ ਸੀ ਤੁਸੀਂ, ਕਿੱਥੋਂ ਆਏ ਹੋ? ਅਸੀਂ ਯੂਕੇ ਦੇ ਅੰਕਲ, ਕਿੱਦਾਂ ਬੋਰਨ ਬਰੋਟ ਅਪ ਹਾਂ ਯੂਕੇ ਦੇ। ਵਾਹ ਬਈ ਵਾਹ ਮੁੰਡਿਓ, ਭਾਗਾਂ ਵਾਲਿਓ, ਜਿਹੜਾ ਉੱਥੇ ਜੰਮੇ ਪਲੇ ਹੋ। ਇੰਡੀਆ ਦਾ ਬੰਦਾ ਬਸ ਹਾਜ਼ਰੀ ਲਾਉਣ ਲਈ ਜੰਮਦਾ। ਕਿੱਦਾਂ ਬਾਹਰੇ ਅੱਕੇ ਲੱਗਦੀ ਹੋ ਇੰਡੀਆ ਤੋਂ? ਤੁਸੀਂ ਤਾਂ ਬਾਹਰ ਦੇਖਿਆ ਹੀ ਹੈ, ਇੱਥੇ ਵੀ ਦੇਖ ਲਓਗੇ, ਕੋਈ ਬਰਾਬਰੀ ਥੋੜੀ ਹੀ ਹੈ। ਕਿੱਥੇ ਉਹ ਸਵਰਗ, ਕਿੱਥੇ ਸਾਡਾ ਨਰਕ? ਉਹ ਤੇ ਆ, ਪਰ ਇਹ ਵੀ ਨਾਈਸ ਆ। ਕੋਈ ਨੀ, ਹੌਲੀ ਹੌਲੀ ਦੇਖ ਲਓਗੇ, ਤੁਸੀਂ ਨਵੇਂ ਨਵੇਂ ਆਏ ਹੋ। ਭਰਾਓ ਤੁਸੀਂ? ਨੋ, ਕਿੱਦਾਂ ਅਸੀਂ ਫਰੈਂਡ ਹੀ ਆ, ਬਟ ਲਾਈਕ ਬ੍ਰਦਰਸ, ਯੂ ਨੋ। ਕਿੱਦਾਂ ਕੱਲਾ ਪੋਤੇ ਆ ਘਰਦਿਆਂ ਦਾ, ਟੂ ਮੱਚ ਵਿਗੜਿਆ ਯਾਰ। ਵਿਗੜਿਆ ਮੀਨਸ ਕਹਿੰਦਾ ਮੈਂ ਕਿੱਦਾਂ ਵਿਆਹ ਕਰਾਉਣਾ, ਕਿੱਦਾਂ ਤੇ ਇੰਡੀਆ ਜੀ ਕਰਾਉਣਾ, ਨਹੀਂ ਤੇ ਕਿੱਦਾਂ ਵਿਆਹ ਹੀ ਨਹੀਂ ਕਰਾਉਣਾ। ਉਹ ਮੈਂ ਕੀ ਕਿੱਦਾਂ ਰਾਵ ਜੀ ਜੀਤ, ਮੇਰੀ ਮੋਮ ਦੀ ਵਿਸ਼ ਆ ਤੇ ਮੈਂ ਪੰਜਾਬ ਚ ਵਿਆਹ ਕਰਾਉਣਾ ਮੰਗਦਾ। ਇਹ ਤੇ ਕਿੱਦਾਂ ਮੁੰਡਾ ਬਹੁਤ ਸਰਕਾਰੀ ਆ, ਸੰਸਕਾਰੀ ਹੁੰਦਾ ਪੁੱਤ, ਸੰਸਕਾਰੀ ਛੇਵੇਂ ਹੀ ਆ। ਕਾਕਾ ਮੈਨੂੰ ਪੱਕਾ ਲੱਗਦਾ ਆਪਾਂ ਮਿਲੇ ਆ ਕਿਤੇ ਨਾ। ਕਿੱਦਾਂ ਅੰਕਲ, ਮੈਂ ਤਾਂ ਫਸਟ ਟਾਈਮ ਇੰਡੀਆ ਆਇਆ ਆ ਯੂਕੇ ਤੋਂ। ਹੋ ਸਕਦਾ ਕਿਤੇ ਯੂਕੇ ਗਏ ਹੋਵੋਗੇ, ਉੱਥੇ ਕਿਤੇ ਦੇਖਿਆ ਹੋਣਾ ਆ ਮੈਨੂੰ ਫੈਡੇ ਨੂੰ। ਨਾ ਯੂਕੇ ਤਾਂ ਨਹੀਂ, ਮੈਂ ਜਰਮਨ ਰਿਹਾ 2.5 ਸਾਲ 1969 ਚ, ਫਿਰ ਆ ਜ਼ਮੀਨ ਦੇ ਚੱਕਰ ਚ ਵਾਪਸ ਮੁੜ ਹੀ ਨਹੀਂ ਹੋਇਆ। ਉਹ ਕਿੱਦਾਂ ਕਿੱਦਾਂ ਮੈਨੂੰ ਹੁਣ ਸਮਝ ਆਈ ਆ, ਕਿੱਦਾਂ ਅਸੀਂ ਕਲੋਨੇ ਮਿਲੇ ਹੋਣੇ ਆ। ਲੈ, ਕਲੋਨਾ ਤਾਂ ਕੈਨੇਡਾ ਚ ਨੀ ਜਾਂ ਕਿੱਦਾਂ? ਕੈਨੇਡਾ ਵੀ ਹੋਊਗਾ ਜੀ, ਪਰ ਕਿੱਦਾਂ ਜਰਮਨ ਹੈਗਾ ਜਾਂ ਕਲੋਨਾ? ਮੈਂ ਤਾਂ ਬੰਦੇ ਭੇਜੇ ਆ ਉੱਥੇ। ਕਿੱਦਾਂ ਲੰਡਨ ਚ ਮੇਰਾ ਬਿਜ਼ਨਸ ਹੈ ਨਾ ਬਹੁਤ ਵੱਡਾ, ਕਿੱਦਾਂ ਬੰਦੇ ਮੈਂ ਸਟਾਫ ਦੇ ਉੱਥੇ ਕਿੱਦਾਂ ਭੇਜਦਾ ਹੀ ਫਿਰ ਆਪਣੇ ਰਹਿਣਾ ਹੈ। ਚੰਗਾ ਜੀ, ਕਿੱਦਾਂ ਅਸੀਂ ਚੱਲਦੇ ਹਾਂ ਨਾ ਕਾਕੇ? ਜਿੱਦਾਂ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ।
ਕਿਤੇ ਫੇਰ ਪੀ ਲਵਾਂਗੇ, ਹੁਣ ਤਾਂ ਕਿਤੇ ਆਉਂਦੇ ਹੀ ਰਹਿਣਾ ਢਿਆਡੇ ਵਾਲਾ ਸੀ। ਅੱਛਾ ਜੇ ਕਿਤੇ ਆਉਣ ਜਾਣ ਲਈ ਗੱਡੀ ਦੀ ਲੋੜ ਪਵੇ ਤਾਂ ਸੰਗਿਓ ਨਾ। ਨਾ ਨਾ ਕਿੱਦਾਂ, ਅਸੀਂ ਜ਼ਰੂਰ ਦੱਸਣਾ ਹੈ ਜੀ ਕਿੱਦਾਂ। ਹਾਂ ਚੱਲਦੇ ਬਈਆ, ਮੁੰਡਾ ਤਾਂ ਮੈਨੂੰ ਬਹੁਤ ਜਚਿਆ, ਤੇਰਾ ਕੀ ਖਿਆਲ ਹੈ? ਨਾ ਤੁਹਾਨੂੰ ਤਾਂ ਬਾਹਰਲੇ ਸਾਰੇ ਚੰਗੇ ਲੱਗਦੇ ਆ। ਨਹੀਂ, ਦਿਸ਼ਾ ਨੂੰ ਵੀ ਮੈਨੂੰ ਲੱਗਦਾ ਹੈ ਬਹੁਤ ਚੰਗਾ ਲੱਗੂ। ਉਹ ਤੁੰਨ ਕੇ ਪਾ ਪੰਜਾਬੀਆਂ ਵਾਲਾ ਸ਼ੇਰਿਆ, ਤੂੰ ਤਾਂ ਮਿਣ ਮਿਣ ਕੇ ਐ ਪਾਉਣਾ ਜਿਵੇਂ ਸਕਾਚ ਹੁੰਦੀ ਹੈ। ਓਏ ਸਾਰੇ ਸਕਾਚ ਦੇ ਕਾਹਦੇ ਮਿਣ ਦਿੰਦਾ, ਤੇਰੇ ਲੜਕੇ ਦੋ ਪੈ ਜਾਣਗੇ ਸਕਾਚ ਦੀ ਬੋਤਲ। ਜੀਏ ਯੂ ਯੂਕੇ ਦੀਪਾ ਬਾਈ ਘਰ ਪਿੱਛੋਂ ਵੜਦਾ, ਪਹਿਲਾਂ ਮੈਨੂੰ ਸਕਾਚ ਚੜਾਉਂਦਾ। ਚੜਾਉਣ ਨੂੰ ਕਹਾ ਤੂੰ ਸਹੁਰਿਆ, ਨੌ ਬੱਤੀਆਂ ਵਾਲਾ ਪੀ ਰਿਹਾ। ਕਿਉਂ ਤੁਸੀਂ ਸਵਾਦ ਖਰਾਬ ਕਰ ਰਹੇ ਹੋ? ਮੋਣੀ ਤੂੰ ਨਾ ਦਿਲੀਪ ਸਿੰਘ ਢਿੱਲੋਂ ਨੂੰ ਜਾਣਦਾ ਹੈ? ਉਹ ਜਰਮਨ ਵਾਲਾ ਜਾਣਦਾ? ਉਹ ਕਿਹੋ ਜਿਹਾ ਬੰਦਾ ਹੈ? ਬੰਦਾ ਠੀਕ ਹੈ, ਵਧੀਆ, ਜ਼ਮੀਨ ਜਾਇਦਾਦ ਬਹੁਤ ਹੈ, ਕੱਲੀ ਕੁੜੀ ਹੈ ਉਹਦੀ, ਪਰ ਇੱਕੋ ਹੀ ਗੱਲ ਤੇ ਅੜਿਆ ਹੋਇਆ, ਕਹਿੰਦਾ ਕੁੜੀ ਨੂੰ ਬਾਹਰ ਪਿਆਉਣਾ। ਮੁੰਡਾ ਲੱਭਿਆ ਜਿੱਦਾਂ ਉਹਨੂੰ? ਪਤਾ ਨੀ, ਕਹਿੰਦਾ ਬਾਹਰ। ਓਏ ਤੁਸੀਂ ਵੀ ਤਾਂ ਬਾਹਰ ਲਿਆ, ਤੁਹਾਡੀ ਗ੍ਰਾਮਾਂ ਗੱਲ ਨਹੀਂ ਕੱਲੇ ਤੇਰੀ, ਪਰ ਉਹ ਵੀ ਤਾਂ ਜੇ ਸਕਾਚ ਮਿਲੂ। ਓਏ ਸਕਾਚ ਦੀ ਕਿਹੜੀ ਗੱਲ, ਤੂੰ ਮੁੰਡੇ ਦੀ ਗੱਲ ਤੋਰ, ਸਕਾਚ ਵਿੱਚ ਤੈਨੂੰ ਗੋਤੇ ਦੇ ਦੇਣਗੇ, ਸਕਾਚ ਦੇ ਵਿੱਚੋਂ ਬੁਲੰਦ ਬੁਲ ਕਰਕੇ ਨਿਕਲੂਗਾ ਬਾਹਰ। ਪਹਿਲਾਂ ਲੋਕ ਦਾਰੂ ਪੀ ਕੇ ਅੰਗਰੇਜ਼ੀ ਬੋਲਦੇ ਆ, ਪਹਿਲੇ ਬੰਦੇ ਆ ਜਿਹੜੇ ਦੇਸੀ ਬੋਲੀ ਜਾਂਦੇ ਆ। ਲੈ ਬੇਚਿੰਤ ਹੋ ਜਾਓ, ਤੁਹਾਡਾ ਕੰਮ ਹੋ ਜੂਗਾ, ਕੱਚੇ ਬੋਤਲ ਓਏ। ਜੋ ਸਰਦਾਰਾਂ ਦਾ ਹੁਕਮ ਬੇਟਾ, ਤੂੰ ਸੁਣਾ? ਬਸ ਤੁਹਾਨੂੰ ਤੇ ਮੰਮਾ ਨੂੰ ਮਿਸ ਕਰ ਰਹੀ ਹਾਂ। ਬਸ ਆ ਜਾ ਫਿਰ ਸਵੇਰੇ, ਹੈਂ ਤੈਨੂੰ ਮਿਲਾਉਣਾ ਹੈ ਕਿਸੇ ਨਾਲ? ਕੋਈ ਐਨਰਾ ਤਾਂ ਨਹੀਂ ਮਿਲ ਗਿਆ? ਕਿਹਦੇ ਨਾਲ ਮਿਲਾਉਣਾ ਪਾਪਾ? ਬੇਟਾ ਦੋ ਮੁੰਡੇ ਆਏ ਯੂਕੇ ਦੇ, ਉਹਨਾਂ ਵਿੱਚੋਂ ਇੱਕ ਤੇਰੇ ਲਈ ਪਰਫੈਕਟ ਮੈਚ ਹੈ। ਓ ਗੋਡ ਪਾਪਾ, ਤੁਹਾਨੂੰ ਤਾਂ ਸਾਰੇ ਐਨਆਰਆਈ ਚੰਗੇ ਲੱਗਦੇ ਨੇ। ਨਹੀਂ ਪੁੱਤ, ਮੇਰੇ ਕਹੇ ਤੇ ਤੂੰ ਇੱਕ ਵਾਰੀ ਉਹਨੂੰ ਮਿਲ ਲੈ। ਓਕੇ ਆ ਜਾਊਂਗੀ। ਆ ਜਾ ਪੁੱਤ, ਟਾਈਮ ਸਿਰ ਆ ਜੀ। ਆ ਜਾਊਂਗੀ ਪਾਪਾ, ਰੱਖਦੀ ਹਾਂ ਹੁਣ, ਬਾਏ। ਜੀਤ ਗੁਰੇ, ਆਪਾਂ ਤਾਂ ਹਾਂ ਕਰਨੀ ਨੀ ਪਾਪਾ ਨੂੰ। ਕਾਸ਼ ਮੇਰੇ ਡੈਡੀ ਵੀ ਕੋਈ ਐਨਆਰਆਈ ਮੁੰਡਾ ਢੂੰਡਣ, ਕਿੰਦਰ ਤਾਂ ਬਿਨਾਂ ਦੇਖੇ ਹੀ ਹਾਂ ਕਰ ਦੂਗੀ। ਦੋ ਆਏ ਨੇ, ਪਾਪਾ ਨੇ ਤਾਂ ਮੇਰੇ ਲਈ ਇੱਕ ਹੀ ਪਸੰਦ ਕੀਤਾ ਹੈ। ਮਰ ਕੇ ਕਿੰਦਰ ਕਰਾ ਦੇ ਦੂਸਰੇ ਨਾਲ ਸੈਟਿੰਗ, ਮੈਂ ਤਾਂ ਕਹਾਂ ਇੰਡੀਆ ਨੂੰ ਬਾਏ ਬਾਏ। ਟਫਰ ਤੇਰਾ ਦਿਮਾਗ ਸੈੱਟ ਆ, ਮੁੰਡਾ ਦੇਖਿਆ ਨੀ ਕੀਤਾ ਨੀ, ਐਵੇਂ ਕਿਵੇਂ ਵਿਆਹ ਕਰਾ ਲੇਂਗੀ? ਦੇਖ ਉਹਨੂੰ ਕੀ ਹੈ, 6 ਫੁੱਟ ਨੀ ਤੇ 5 ਦਾ ਹੋਊਗਾ, ਜ਼ਿਆਦਾ ਸੋਹਣਾ ਨੀ ਤੇ ਘੱਟ ਹੋਊਗਾ, ਕਿੰਦਰ ਨੂੰ ਕੋਈ ਫਰਕ ਨੀ ਪੈਂਦਾ, ਆਪਾਂ ਨੂੰ ਤਾਂ ਬਸ ਬਾਹਰ ਜਾਣਾ। ਤੇਰਾ ਫੰਡਾ ਤਾਂ ਬੜਾ ਕਲੀਅਰ ਆ, ਚੱਲੀ ਮੇਰੇ ਨਾਲ ਪਿੰਡ, ਮੇਰਾ ਤਾਂ ਕੀ ਹੋਣਾ, ਤੈਨੂੰ ਸੈੱਟ ਕਰਾ ਦਾਂਗੇ। ਹਾਂ ਮੈਂ ਤਾਂ ਕਹਿੰਦੀ ਤੂੰ ਵੀ ਹਾਂ ਕਰਦੀ, ਕਿੱਠੀਆਂ ਜਾਵਾਂਗੀ ਬਾਹਰ, ਕਿੰਦਰ ਤੇਰਾ ਮਨ ਲਾ ਕੇ ਰੱਖਿਆ ਕਰੇਗਾ। ਲੈ ਹੁਣੇ ਤੇਰੀ ਸਿਫਾਰਿਸ਼ ਕਰਦੇ ਨੇ ਕਿੰਦਰ ਕੋਲੇ। ਗੁੱਡ ਆਫਟਰਨੂਨ ਸਰ। ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਬੇਟਾ, ਕੀ ਗੱਲ, ਬਾਹਰ ਬੈਠੇ ਧੁੱਪਾਂ ਪੈ ਸਕਨੇ ਹੋ, ਕਦੇ ਅੰਦਰ ਜਾ ਕੇ ਲਾਇਬ੍ਰੇਰੀ ਦੀਆਂ ਠੰਡਕਾਂ ਵੀ ਮਾਣ ਲਿਆ ਕਰੋ ਬੇਟਾ। ਬਸ ਜਾ ਹੀ ਰਹੇ ਸੀ ਡੈਡ। ਸਰ ਕਿੰਦਰ ਕਹਿੰਦੀ ਸੀ ਕਿ ਚਲ ਛੱਡੋ। ਸ਼ਰਮਾਂਦੇ ਕਾਇਓ ਪੁੱਤਰ, ਦੱਸੋ ਨਾ ਕੀ ਗੱਲ ਹੈ। ਨਹੀਂ ਡੈਡੀ, ਇਹ ਕਹਿੰਦੀ ਸੀ ਜੇਕਰ ਕਿੰਦਰ ਲਈ ਕੋਈ ਐਨਆਰਆਈ ਮੁੰਡਾ ਢੂੰਡਦੇ ਤੇ ਕਿੰਦਰ ਡੈਡੀ ਹਾਂ ਕਹਿਣਗੇ। ਨੌਟੀ, ਬੜਾ ਨੌਟੀ ਹੈ ਅਸਾਂ ਦਾ ਕਿੰਦਰ ਪੁੱਤਰ, ਓਏ ਦੇਸੀ ਹੋਵੇ ਭਾਵੇਂ ਐਨਆਰਆਈ, ਅਸਾਂ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਲੱਭਣਾ ਤੁਸਾਂ ਨੂੰ ਆਪ ਹੀ ਪੈਣਾ, ਅਸਾਂ ਦੇ ਕੋਲ ਟਾਈਮ ਹੈ ਨੀ। ਹੈ ਹਾਏ ਨੀ ਕਿੰਦਰੇ, ਕਾਸ਼ ਮੇਰੇ ਪਾਪਾ ਵੀ ਤੇਰੇ ਪਾਪਾ ਵਰਗੇ ਹੁੰਦੇ ਤੇ ਹਿਸਟਰੀ ਬਣਾਉਂਦੇ ਹੁੰਦੇ। ਸੁਣ, ਤੈਨੂੰ ਮੁੰਡਾ ਪਸੰਦ ਆਏ ਨਾ ਆਏ, ਆਪਣੀ ਪੱਕੀ ਹਾਂ ਹੈ। ਚੱਲ ਤੂੰ ਵੀ ਕੀ ਯਾਦ ਰੱਖੇਗੀ, ਲੈ ਚੱਲਦੇ ਹਾਂ ਤੈਨੂੰ ਪਿੰਡ, ਅੱਗੇ ਤੇਰੇ ਪਾਗ ਲੱਛੀ ਹੈ। ਸੋ ਨਾਈਸ ਆਫ ਯੂ। ਹੁਣ ਦੇਖੀ ਕਿੰਦਰ ਦਾ ਨਿਸ਼ਾਨਾ, ਜੇ ਜਾਂਦਾ ਯੂ ਕੇ ਉਹਨਾਂ ਨੇ ਫੁੰਡਤਾ ਤਾਂ ਸਾਨੂੰ ਕਿੰਦਰ ਕੀ ਨੇ ਕਹਿਣਾ। ਵਾਹ ਕਿਆ ਪੰਜਾਬੀ ਬੋਲੀ ਆ, ਫੁੰਡਤਾ। ਤੈਨੂੰ ਕੀ ਲੱਗਦਾ ਦਿਸ਼ੋ ਮੰਜੂ? ਕੀ ਕਹਿ ਸਕਦੇ ਆ, ਪਹਿਲੀ ਵਾਰੀ ਤਾਂ ਮਿਲੇ ਆ ਹਲੇ। ਹਾਂ
थोनू ना पहले कितने देखा लगता है मी यस माता जी तो पहली बारी इंडिया आया हैं ओके आ मे बी थारी सोच ने मेरी पिक्चर बना ली होए जी तो क्या लग जे वेरी फनी कितने हो गिल्लांदे जिदा गिलफर्ड स्ट्रीट है लंदन चे साडे सर्कल दे लोकी गिल्ला दी बीही कहंदे आ जिदा ओहो लंदन रहने यू मीन या किंदन दा जी थड़ी पग सोहनी लगी है एदे बाय द वे किंदड़ कौन है मैं थोड़े सामने ओ इज आर यू किते तोड नाम है किंदर ओ मैं लाइक कीता या किते बहुत सोना नाम है किंदर पर किते तुसी माइंड नहीं करदी ता मैं किंदर दी थां ते तनु किंदी कह सकदे हां तुसी किंदी का चाहे पिंडी कोई फर्क नहीं पैंदा पर तुसी कुछ कहो तोड़ा नाम की है डीजे काम नहीं नाम नहीं किते मेरे नाम है डीजे दलजीत तो बनया है डीजे सुना नाम है किदा बाहर तो इदा ही नाम रख लेंदे जिदा डीजे एजे एसजे किदा किसे नु कॉस भी चंगा लगदा ओही किदा नाम रख लेंदा ही है सुना नाम है साडा ता किदा नाम ही सोना ही है केंद्र ता किदा साड़ी बड़ी सोनी है थैंक यू जिदा मैं पंजाब दिखना मंगदा है मंगन भी की लोड़ा आज जड़ा चारे पासे तुसी देख रहे हो ना आही पंजाब है पर जिद्दां ही एग्रीकल्चर या ते घर या मैं तो पंजाब दा प्योर कल्चर वेखना मंगदा है ओह ओके यू मीन जिद्दां के गड्डे खू या जिद्दां ओल्ड टाइप पंजाब राइट जिद्दां तुसी कॉपी पेस्ट बहुत गुड कीता है पर मैं हजे भी उही पंजाब वेखना मंगदा ओल्ड इज गोल्ड जिद्दां तुसी ना थोड़ा जा लेट हो गए I mean 40-50 साल पहले होना सी हुन ता पंजाब मॉडर्न हो गया हाई टेक यू नो जिदा अप टू डेट ता सी भी अपने आप नु फॉलो रखी दा या कैन आई आस्क यू समथिंग वेरी पर्सनल डोंट माइंड या श्योर किन्ने के गर्लफ्रेंड्स ने तोड़िया नाउ किदा कच्चियां आईयां हेलो हाय वालीयां नेबरहुड ची है किदा सारी ओदा पक्की है नहीं कोई भी ते फिर तुसी किन्ने ना अपनी पक्की गर्लफ्रेंड बना लो ना यू श्योर ओह माय गॉड ਕੀ ਹੋਇਆ ਤੁਹਾਡੇ ਹੱਥ ਬੜੇ ਸਖਤ ਨੇ ਨਾ ਕਿਤੇ ਜੋਬਾਂ ਕਰਦੇ ਨਾ ਹਾਰਡ ਵਰਕ ਕਰਨਾ ਪੈਂਦਾ ਹੈ ਕਿਤੇ ਟਰਾਲਾ ਚਲਾਉਂਦਾ ਹੈ ਸਟੀਅਰਿੰਗ ਨਾਲ ਹੱਥ ਹਾਰਡ ਹੋਇਓ ਆ ਕਿਦਾਂ ਹੱਥ ਹੀ ਸਖਤਾ ਦਿਲ ਤਾਂ ਨਰਮੀਆ ਸਪੰਜਰ ਗਾ ਕਿੰਦੇ ਨੇ ਵੀ ਪਾਣੀ ਬਣ ਕੇ ਸਪੰਜ ਸਮਾ ਜਾਣਾ ਉਹ ਕਿਦਾਂ ਨਾ ਕਰ ਕਿਦਾਂ ਮੈਂ ਕੋਠੇ ਉੱਤੇ ਛਾਲ ਮਾਰ ਦੇਣੀ ਆ ਕਿਦਾਂ ਛਾਲ ਤੁਸੀਂ ਮਾਰਨੀ ਆ ਮਾਰ ਕਿੰਦੇ ਨੇ ਜਾਣਾ ਅਸੀਂ ਤੁਹਾਡੇ ਕਾਲਜ ਚ ਆ ਸਕਦੇ ਹਾਂ ਜਿਦ ਗੈਸਟ ਟਾਈਪ ਕਾਲਜ ਯਾ ਜ਼ਰੂਰ ਆਇਓ ਕਾਲਜ ਪਰ ਇੱਕ ਰਿਕੁਐਸਟ ਹੈ ਨਾ ਨਾ ਕਰਿਓ ਲੈ ਰਿਕੁਐਸਟ ਕਰਕੇ ਸਾਡੀ ਬੇਇੱਜ਼ਤੀ ਨਾ ਕਰੋ ਆਪ ਜੀ ਹੁਕਮ ਕਰੋ ਮੈਂ ਨਾ ਮੈਂ ਆਪਣੇ ਦੋਸਤਾਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਹਾਂ ਜਦੋਂ ਤੁਸੀਂ ਮੈਨੂੰ ਮਿਲਣ ਲਈ ਆਇਓ ਤਾਂ ਗੱਡੇ ਤੇ ਆਇਓ ਗੱਡਾ ਗੱਡੇ ਤੇ ਹੁਣ ਤੁਸੀਂ ਨਾ ਕਹੋਗੇ ਨਾ ਨਹੀਂ 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 I love gadda. Really? Yeah, gadda. Great. Gadda ji kitho milu tai aayega valatiye. Ki lor si ami bharan di? Kudi khedda kardi hai sade naal. Karde hain kuch gaad. Oh yaar gadde te kal ja ke jaloos kadona si. ਗੱਡੇ ਬਿਨਾਂ ਪਤਾ ਨਹੀਂ ਕਿਹੜਾ ਗੱਡਾ ਆੜਿਆ ਖੜਾ ਯਾਰ ਉਹਦਾ ਪਰਖਦੀ ਹੈ ਸਾਨੂੰ ਜੱਟ ਨੇ ਵੀ ਫੇਲ ਨਹੀਂ ਹੋਣਾ ਨਾਲੇ ਮੇਰਾ ਕੰਮ ਤਾਂ ਹੋ ਗਿਆ ਤੂੰ ਬੜਾ ਔਖਾ ਹੈ ਤੂੰ ਨਿਕਲ ਜਾ ਕਰ ਆਪਣਾ ਕੰਮ ਅੱਛਾ ਐ ਵਿਚਾਲੇ ਛੱਡ ਕੇ ਕਿਵੇਂ ਨਿਕਲ ਜਾ ਯਾਰੀ ਪਗਾਉ ਪੂਰੀ ਮੈਨੂੰ ਪਤਾ ਹੈ ਤੂੰ ਕਿਹੜੀ ਯਾਰੀ ਨਿਭਾਉਣ ਦੀ ਗੱਲ ਕਰ ਰਿਹਾ ਫਿਰ ਮੁੜਨ ਨੂੰ ਕਿਉਂ ਕਹਿੰਦਾ ਹੈ ਸਮਝੀਦਾ ਹੁੰਦਾ ਵੀਰੇ ਤੇਰੇ ਵੀ ਤੋਤੇ ਉੱਡ ਗਏ ਵੀਰੇ ਬਸ ਕਿੰਡੀ ਨੇ ਦਿਲ ਚ ਫੂਕੀ ਐਸੀ ਮਾਰੀ ਦਿਲ ਦੇ ਤੋਤੇ ਫੁਰ ਇਹ ਕਿਹਨੂੰ ਕਿਹਾ ਬਈ ਤੂੰ ਧਾਰਾਂ ਲੈਣੀਆਂ ਹੈ ਮੁਨੀ ਵੀਰੇ ਆ ਜਾ ਬਹਿ ਜਾ
ਅਸੀਂ ਤੇਰੇ ਵਾਂਗੂ ਬੋਲਣ ਦੀ ਪ੍ਰੈਕਟਿਸ ਕਰਦੇ ਪਏ ਆ। ਜਿੱਦਾਂ ਅਸੀਂ ਪੰਜਾਬ ਆਏ ਆ ਕੁਛ ਸਿੱਖ ਕੇ ਜਾਣਾ ਮੰਗਦੇ ਆ। ਇਹ ਤਾਂ ਸਿਆਣੀ ਗੱਲ ਹੈ ਬਈ ਨਾ। ਇਹ ਤਾਂ ਕਿਦਾਂ ਕਮਲੀਆਂ ਵੀ ਬਹੁਤ ਮਾਰਦਾ ਆ। ਇਹ ਕਹਿੰਦਾ ਮੈਂ ਗੱਡੀ ਤੇ ਕਿਦਾਂ ਸ਼ਹਿਰ ਜਾਣਾ ਮੰਗਦਾ ਆ। ਇਹ ਕਹਿੰਦਾ ਕਿੱਦਾਂ ਮਿਲਦਾ ਕਿੱਥੇ ਆ ਹੁਣ। ਇਹ ਕਹਿੰਦਾ ਕਿੱਦਾਂ ਮੋਣੀ ਨੀ ਜਿਗਾੜ ਕਰ ਦੇਣਾ ਆ। ਇਹ ਕਹਿੰਦਾ ਮੋਣੀ ਨੂੰ ਕਹਿਣਾ ਤਾਂ ਐ ਆ ਜਿੱਦਾਂ ਝੋਟੇ ਦੇ ਘਰੋਂ ਲੱਸੀ ਮੰਗਣ ਵਾਲੀ ਗੱਲ ਆ। ਅੱਛਾ ਕਿੰਨੇ ਗੱਡੇ ਚਾਹੀਦੇ? ਇੱਕ। ਕਦ? ਸਵੇਰੇ। ਸ਼ਿੰਗਾਰਿਆ ਮਿਲੂ ਬਲਦਾਂ ਦੇ ਨਾਲ। ਬੋਲ ਲੈ। ਇਹ ਤਾਂ ਕਿੱਦਾਂ ਗੱਲ ਬਣ ਗਈ ਆਪਣੀ। ਆਏ ਕਿਵੇਂ ਬਣ ਗਈ ਗੱਲ? ਮੇਰੀ ਸਕਾਚ ਆ। ਲੈ ਸਕਾਚ ਦੀ ਕਿਹੜੀ ਗੱਲ, ਬੋੜੀਆਂ ਭੱਟ ਦੇਣੀਆਂ ਤੈਨੂੰ ਸਕਾਚ ਦੀਆਂ। ਫੇਰ ਭਾਵੇਂ ਨਹੀਂ ਚੱਲੀ। ਲੈ ਫੇਰ ਬਣ ਗਈ ਗੱਲ, ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਹੀ ਰੰਬਾਰਕ। ਤੈਨੂੰ ਆ ਵੀ ਆਉਂਦਾ? ਕਿੱਦਾਂ ਮਜੇ ਟੰਗ ਤੇ ਕਿੱਦਾਂ ਸਭ ਦੀ ਸੇਮ ਹੀ ਆ। ਹੱਸੀ ਬਾਅਦ ਚ, ਪਹਿਲਾਂ ਗੱਡਾ ਕਾਲ ਕਰ। ਠੀਕ ਹੈ, ਕਾਲ ਕਰ। ਠੀਕ ਹੈ। ਦਿਸ਼ੂ, ਜੇ ਤੂੰ ਹੁਣ ਮੈਰਿਜ ਦਾ ਡਿਸੀਜਨ ਨਹੀਂ ਲਏਂਗੀ ਤੇ ਕਿੰਦਰ ਪੁੱਛਣਾ ਚਾਹੁੰਦੀ ਹੈ ਫੇਰ ਕਦੋਂ ਲਏਂਗੀ? ਤੂੰ ਮੈਰਿਜ ਨੂੰ ਕੀ ਪੀਐਚਡੀ ਦੀ ਡਿਗਰੀ ਬਣਾਈ ਫਿਰਦੀ ਆ ਕਿੰਦਰ? ਯੂ ਕਿਉਂ ਕੋ ਮੈਂ ਕਿੰਦੀ? ਵਾਟ? ਯੂ ਕਿਉਂ ਆਨੇ ਨੇ ਖਿਆਲ ਰਹਿਣਾ? ਓ ਤੇਰੀ ਪਹਿਲੀ ਮੁਲਾਕਾਤ ਹੀ ਨਹੀਂ ਅੱਗੇ ਨਿਕਲ ਗਏ। ਤੇਰਾ ਕੁਛ ਨਹੀਂ ਹੋਣਾ ਕਿੰਦਰ। ਮੇਰੇ ਜੀ ਫਰੈਂਡ ਨੇ ਨਾ ਹੋਣ ਵੀ ਨਹੀਂ ਦੇਣਾ। ਕੀ ਲੋੜ ਸੀ ਗੱਡੀ ਦੀ ਸ਼ਰਤ ਰੱਖਣ ਵਾਸਤੇ? ਨਾ ਉਹਨਾਂ ਨੂੰ ਗੱਡਾ ਮਿਲੇ ਤੇ ਨਾ ਉਹਨਾਂ ਨੇ ਆਉਣਾ। ਆਹੀ ਤਾਂ ਮੈਂ ਚਾਹੁੰਦੀ ਹਾਂ ਕਿ ਉਹਨਾਂ ਨੂੰ ਗੱਡਾ ਨਾ ਮਿਲੇ ਤੇ ਉਹ ਨਾ ਆਉਣ। ਚੰਗੇ ਮੁੰਡੇ ਹੱਥ ਚ ਨਿਕਲ ਜਾਣੇ ਆ ਉਹ ਰਹਿੰਦੇ। ਵਾਓ ਗ੍ਰੇਟ, ਨਿਕਲ ਜਾਣੇ ਸੀ। ਕੀ ਹੋਇਆ? ਉਹ ਦੇਖ ਦੇ, ਉਹ ਦੇਖ ਦੇ। ਓ ਗੋਡ, ਬੰਦੇ ਤਾਂ ਬੜੇ ਟੀਟ ਹੈ। ਟੀਟ ਨਹੀਂ, ਕਮਿਟਡ। ਯੂਕੇ ਦੇ ਮੁੰਡੇ ਕਮਿਟਡ ਹੈ। ਸ਼ਰਮ। ਰੁਕ 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 ਰੁਕ, ਓਏ ਆ ਕੀ ਆ ਬਈ? ਹੈਲੀਕਾਪਟਰ ਹੈ, ਦਿਸਦਾ ਨੀ ਗੱਡਾ? ਓਏ ਉਹ ਤਾਂ ਮੈਨੂੰ ਪਤਾ ਹੈ, ਪਰ ਅੰਦਰ ਕਿਵੇਂ? ਚਲਾ ਕੇ ਲੈ ਕੇ ਆਏ ਆ, ਧੱਕਾ ਦੇ ਕੇ ਤਾਂ ਨਹੀਂ ਲੈ ਕੇ ਆਏ? ਦੱਸ ਮੈਂ ਅੱਗੇ ਨੀ ਜਾਣਦੇ, ਇਹਨੂੰ ਪਾਰਕਿੰਗ ਲਾ ਕੇ ਆਓ। ਗੱਡਾ ਪਾਰਕਿੰਗ ਚ ਲਈਦਾ ਹੁੰਦਾ? ਵੀਰ ਜੀ, ਵੀਰ ਜੀ, ਤੁਸੀਂ ਫਿਕਰ ਨਾ ਕਰੋ, ਕੋਈ ਗੜਬੜ ਨਹੀਂ ਹੋਏਗੀ, ਪ੍ਰੋਫੈਸਰ ਚਾਵਲਾ ਦੇ ਗੈਸਟ ਨੇ। ਉਹ ਤਾਂ ਠੀਕ ਹੈ ਜੀ, ਜੇ ਬਾਦਾਂ ਨੇ ਅੰਦਰ ਗੰਦ ਪਾਤਾ, ਚੱਕੂ ਕੌਣ ਆ? ਬਾਲਦਾਂ ਦੇ ਕਿੱਦਾਂ ਹੁਣ ਡਾਇਪਰ ਲਾ ਦਿਓ? ਬਾਦ ਕਿਤੇ ਤੁਹਾਨੂੰ ਗੰਦ ਪਾਉਂਦੇ ਦੁਖਦੇ? ਇੱਥੇ ਇੰਡੀਆ ਦੇ ਵਿੱਚ ਮੈਂ ਦੇਖਿਆ ਜਾਂ ਕਿੱਦਾਂ ਲੋਕਾਂ ਨੇ ਕੰਧਾਂ ਨਾਲ ਖੜ ਖੜ ਕੇ ਕੰਧਾਂ ਦੇ ਪਲਸਤਰ ਝਾੜੇ ਹੋ ਆ। ਹੇ, ਸਤਿ ਸ਼੍ਰੀ ਅਕਾਲ। ਹਾਈ ਦਿਸ਼ਾ ਜੀ, ਜਿੱਦਾਂ ਅਸੀਂ ਥੱਲੇ ਆ ਜੀ, ਨਾਈਸ ਰਹੂਗਾ। ਯੈਸ ਯੈਸ, ਆਫ ਕੋਰਸ, ਪਲੀਜ਼। ਚਲੀ ਜੀ। ਹੈਲੋ, ਕਿੱਦਾਂ ਆਈ ਹੋ? ਕਿਹਾ ਸੀ ਦੋ ਬਲਦਾਂ ਕਿ ਸਿੰਗਲ ਵਾਲਾ ਚਾਹੀਦਾ ਸੀ? ਵੈਸੇ ਐਡੀ ਵੀ ਗੱਲ ਨਹੀਂ, ਮੈਂ ਤਾਂ ਜੀ ਟੋਟਲੀ ਇੰਪ੍ਰੈਸ ਹੋ ਗਈ ਇਹ ਗੱਡੇ ਵਾਲੀ ਗੱਲ ਤੋਂ। ਕਿੱਥੋਂ ਲਿਆਂਦਾ ਤੁਸੀਂ? ਅਸੀਂ ਤਾਂ ਜੀ ਕਿੱਦਾਂ ਬੜੇ ਟੱਕੇ ਖਾ ਖਾ ਮਿਲਿਆ ਆ। ਪਹਿਲਾਂ ਤਾਂ ਅਸੀਂ ਮਿੰਨਤਾਂ ਕੀਤੀਆਂ ਗੱਡੇ ਵਾਲੇ ਦੀਆਂ, ਫੇਰ ਕਿਤੇ ਬੋਲਦਾਂ ਦੇ ਪੈਰੀ ਪਏ ਜਾ ਕੇ ਜੀ, ਫੇਰ ਕਿਤੇ ਗੱਲ ਬਣੀ ਆ। ਪਰ ਉਹ ਕਹਿੰਦੇ ਹੁੰਦੇ ਆ ਨਾ ਜੀ ਕਿ ਇਸ਼ਕ ਮਿਮਤਿਹਾਨ ਛੋਟਾ ਕਿਆ ਔਰ ਵੱਡਾ ਕਿਆ, ਆਪਕੇ ਲਈ ਤਾਂ ਬੰਬੂ ਕਾਟ ਹਾਜ਼ਰ ਹੈ, ਇਹ ਗੱਡਾ ਕਿਆ। ਮੈਂ ਤਾਂ ਤੁਹਾਡੇ ਨਾਲ ਮਜ਼ਾਕ ਕੀਤਾ ਸੀ, ਤੁਸੀਂ ਤਾਂ ਦਿਲ ਨੂੰ ਹੀ ਲਾ ਗਏ। ਯੂ ਆਰ ਰਾਈਟ, ਜਿਹਦੇ ਕਿ ਅਸੀਂ ਦਿਲ ਨੂੰ ਲਾ ਲਈ ਤੇ ਦਿਲ ਨੂੰ ਲੱਗੀ ਸਿੱਧਾ ਤੁਰ ਤੱਕ ਜਾਂਦੀ ਆ। ਓਹੋ, ਬੜੇ ਰੱਟੇ ਲਾਏ ਨੇ ਡਾਇਲੌਗਸ ਦੇ। ਟੈਲ ਮੀ ਸਮਥਿੰਗ, ਆਸ਼ਕੀ ਦੀ ਕੋਈ ਕੋਚਿੰਗ ਲੈ ਰਹੇ ਹੋ? ਹੇ, ਨੋ 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 ਨੋ, ਪਿਆਰ ਦੀ ਤਾਂ ਇੱਕੋ ਇੱਕ ਹੀ ਪੜ੍ਹਾਈ ਆ ਜਿਹੜੀ ਬੰਦੇ ਨੂੰ ਆਪ ਸਿੱਖਣੀ ਪੈਂਦੀ ਆ। ਓ ਗੈਟ ਇਟ। ਇਹ ਕੀ ਹੋ ਰਿਹਾ? ਕੌਣ ਟੱਪਾ ਖੜ ਲੈ ਕੇ ਬੈਲ ਗੱਡੀ? ਡੈਡੀ ਜੀ, ਯੂਕੇ ਵਾਲੇ ਆ, ਅਸੀਂ ਬੁਲਾਏ ਨੇ। ਓ ਇਹ ਤਾਂ ਦੋ ਨੇ ਪੁੱਤਰ, ਤੂੰ ਸਾਲਾ ਕਿਹੜਾ ਹੈ? ਪਾਗ ਵਾਲਾ। ਸੋਨੇ ਡੀਜੇ, ਮੇਰੇ ਡੈਡੀ। ਹਾਏ ਡੈਡ, ਕੀ ਸਤਿ ਸ਼੍ਰੀ ਅਕਾਲ ਅੰਕਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਬੇਟਾ, ਗੱਡੇ ਤੇ ਕਿਉਂ ਆਏ ਜੇ? ਅੰਕਲ ਕਿਤੇ ਅਸੀਂ ਮਹਿੰਗੀਆਂ ਗੱਡੀਆਂ ਦੀ ਸਟੇਅਰਿੰਗ ਤੇ ਗੇਅਰਾਂ ਤੇ ਤੰਗ ਆਏ ਹੋ? ਜਸਟ ਫੋਰ ਚੇਂਜ, ਯੂ ਨੋ। ਵੈਸੇ ਵੀ ਅਸੀਂ ਕਿਤੇ ਪੰਜਾਬ ਦੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ। ਬਹੁਤ ਅੱਛੇ, ਬਹੁਤ ਅੱਛੇ। ਵੈਸੇ ਪੈਟਰੋਲ ਵੀ ਮਹਿੰਗਾ ਹੋ ਗਿਆ ਨਾ। ਤੁਸੀਂ ਕਰੋ ਗੱਪਸ਼ੱਪ, ਮੈਂ ਚੱਲਦਾ। ਵੈਸੇ ਕਾਕਾ ਬਹੁਤ ਸੋਹਣਾ ਹੈ। ਅੱਛਾ ਅੰਕਲ, ਕਿਦਾਂ ਅੰਕਲ ਮੇਰੇ ਬਾਰੇ ਗੱਲ ਕਰਦੇ? ਅੱਛਾ ਦੱਸੋ, ਕੀ ਪੀਓਗੇ? ਚਾਹ, ਕਾਫੀ ਵਗੈਰਾ ਕੁਝ? ਤੁਸੀਂ ਦੱਸੋ, ਜਿੱਦਾਂ ਪਹਿਲਾਂ ਰਾਈਡ ਲੈਣੀ ਆ ਗੱਡੇ ਦੀ? ਰਾਈਡ? ਗੱਡਾ ਲਿਆਂਦਾ ਆ? ਠੀਕ ਹੈ, ਜੇ ਰਾਈਡ ਦੇਣੀ ਆ ਤਾਂ ਇੱਕ ਸ਼ਰਤ ਹੈ। ਹੁਣ ਕੋਈ ਸ਼ਰਤ ਨਹੀਂ ਰੱਖਣੀ? ਆਹ ਤੇ ਹੋਰ ਸ਼ਰਤਾਂ, ਕਿਦੇ ਸ਼ਰਤਾਂ ਨਾਲ ਕਿਦਾਂ ਪਿਆਰ ਪੈਂਦਾ ਆ ਦੱਸ। ਉਹ ਜਿੱਦਾਂ ਤੁਸੀਂ ਕੁਝ ਕਹਿਣਾ ਮੰਗਦੇ ਸੀ, ਪੈਟ ਸ਼ਰਤ। ਓ ਰਾਈਟ, ਤੁਸੀਂ ਨਾ ਐ ਕਰਿਓ, ਕੱਲ ਨੂੰ ਪੂੰਡ ਲੈ ਕੇ ਆਇਓ। ਪੂੰਡ? ਯਾ, ਪੱਬਾ ਪੂੰਡ, ਤਿੰਨ ਟਾਇਰਾਂ ਵਾਲਾ, ਥ੍ਰੀ ਟਾਇਰ,
You know, black and yellow, desi cab. Oh, that they ride lavange. Oh, yeah. Okay? Done. DJ, let's go. Sorry, kid, I'm jana penanya. See you. Chika ji. Bye. Phir jidda poont te milte. Yeah. Okay. See you. Let's go, Baba ji. ਵੈਸੇ ਮੈਂ ਸਾਹਮ ਲਾੜਿਆ ਨਾ ਤੇਲਾਂ ਚ ਤੇਲ ਹੈ ਨਹੀਂ ਕੱਲ ਨੂੰ ਕਹੋਗੇ ਰੇਲ ਗੱਡੀ ਤੇ ਆ ਜਾ ਕਿੱਥੋਂ ਲੈਣਾ ਵਿਛਾਉਂਦੇ ਫਿਰਾਂਗੇ ਹੁਣ ਤਾਂ ਭਾਵੇਂ ਪੰਡੂਬੀ ਚ ਆਉਣ ਨੂੰ ਕਵੇ ਮੈਂ ਤਾਂ ਲੈ ਕੇ ਆਊਂਗਾ ਬਾਏ ਯੇ ਆਈ ਲਵ ਯੂ ਟੂ ਯੇ ਹੋ ਕਰਮ ਵਾਲੇ ਪੀਣ ਸਖੋ ਚਾ ਮਾਰੀ ਗਿਜਗੇ ਨੇ ਸੀਤੇ ਆਹ ਬੜੀਆਂ ਸਬਜ਼ੀਆਂ ਕੱਟੀਆਂ ਜਾ ਰਹੀਆਂ ਬਈ ਬੜੀਆਂ ਤਾਂ ਨਹੀਂ ਇੱਕੋ ਹੀ ਆ ਸਾਗ ਬਣਾਉਣ ਲੱਗੀ ਆ ਰਹਿਣ ਦੇ ਨਹੀਂ ਖੇਚਲ ਨੂੰ ਸਾਦਾ ਜਿਹਾ ਹੀ ਰੱਖ ਕੰਮ ਲੈ ਸਾਗ ਤੋਂ ਥੱਲੇ ਆ ਦੱਸ ਕੀ ਘਾਹ ਬਣਾ ਦਿਆਂ ਘਰ ਕੀ ਤਾਂ ਆਪਣੀ ਬੈਠੀ ਆ ਸਾਗ ਅੜਕੇ ਕੱਪੜੇ ਪਾ ਕੇ ਸਾਗ ਚੀਰਦੀਆਂ ਭਾਬੀ ਕੀ ਹਾਲ ਆ ਹਲ ਸਾਸਰੀ ਕਾਲ ਨਹੀਂ ਬੁਲਾ ਹੁੰਦੀ ਕਿਤੇ ਤੂੰ ਸਾਸੀ ਕਾਲ ਲਾਈਕ ਕਰਦਾ ਹੈ ਤੇਰੇ ਸਾਸੀ ਕਾਲ ਬੁਲਾ ਦੀ ਸਾਸੀ ਕਾਲ ਅੰਕਲ ਜੀ ਅੱਛਾ ਇਹ ਮਿੱਠੋ ਭਾਬੀ ਤੇ ਅਸੀਂ ਅੰਕਲ ਹੋ ਗਏ ਹੈ ਇਦਾਂ ਹੀ ਆ ਫੇ ਹੁੰਦਾ ਯਾ ਕਿਦਾਂ ਤੇਰਾ ਹਬੀ ਜੈਲਸ ਹੈ ਲੈ ਕਿਦਾਂ ਹੁਣ ਮਾਰ ਆਲ ਆ ਵੀ ਮੋਣੀ ਪੜਾ ਤੇਰੀ ਸਕਾਚ ਪੈ ਗਿਆ ਕੋਸ਼ੇ ਐਸ਼ ਕਰ ਸਤਿ ਸ਼੍ਰੀ ਅਕਾਲ ਜੀ ਓ ਹੈਲੋ ਸ਼ੈਲੋ ਕਰਿਆ ਕਰ ਹੱਥ ਮਲਾਇਆ ਕਰ ਮਾਇਨ ਨਹੀਂ ਕਰੀਦਾ ਹੁੰਦਾ ਅਸ਼ੀ ਨਾਲੇ ਆ ਕੀ ਕਾ ਬੂਜਾ ਕੱਟੀ ਜਾਨੀ ਮੁਰਗਾ ਸ਼ਰਗਾ ਧਰ ਭਰਾ ਆ ਬਾਰੋ ਆਪਣੇ ਹੈ ਮੈਂ ਆਇਆ ਵੀ ਗਲਾਸੀਆਂ ਲੈ ਕੇ ਹੁਣ ਤਾਂ ਆਪਾਂ ਮਾਂ ਦੀ ਗਲਾਸੀ ਨਾ ਵੀ ਲੱਪੇ ਨੇ ਕਿਤੇ ਬੋਕ ਨਾਲ ਹੀ ਪੀ ਲੈਣੀ ਆ ਓ ਤੇਰੀ ਓ ਇਹਨਾਂ ਦਾ ਬੁੱਕ ਬਾਰੇ ਵੀ ਪਤਾ ਹੈ ਇੰਟੈਲੀਜੈਂਟ ਨੇ ਵੀ ਮੁੰਡੇ ਹੈ ਸ਼ੇਰਿਆ ਆਪਾਂ ਟੋਰਾਂਟੋ ਚ ਕੋਈ ਵਧੀਆ ਜੀ ਭਈਆ ਰਾਣੀ ਦੇਖ ਕੇ ਨਾ ਤੇਰੇ ਸ਼ੇਰੇ ਨੂੰ ਕੈਨੇਡਾ ਸੈੱਟ ਕਰ ਦੇਣਾ ਪਹਿਲਾਂ ਆਪ ਤਾਂ ਸੈੱਟ ਹੋ ਜੀ ਹਲੇ ਸੈੱਟ ਹੋਈ ਨਹੀਂ ਸੁਣੋ 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 ਸਾਡੀ ਮਿਸਿਸ ਰੁਪਿੰਦਰ ਗਰੇਵਾਲ ਨੇ ਫਰਮਾਇਸ਼ ਕੀਤੀ ਹੈ ਕਿ ਉਹਨਾਂ ਨੂੰ ਭੂੰਡ ਦੀ ਰਾਈਡ ਚਾਹੀਦੀ ਹੈ ਵਾਹ 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 ਗੱਲ ਸੁਣੀ ਦੀ ਹੁੰਦੀ ਹੈ ਉਹ ਜਿਗਰ ਮੁਰਾਦਾਬਾਦੀ ਦੇ ਸ਼ੇਰ ਸੁਣਾਉਂਦਾ ਤਾਂ ਵਾਹ 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 ਗੱਲ ਸੁਣ ਜੀ ਹੁਕਮ ਕਰੋ ਉਹ ਦੀਸ਼ਾ ਜੀ ਨੂੰ ਭੂੰਡ ਚਾਹੀਦਾ ਲੈ ਇਹਦੇ ਜੀ ਨੂੰ ਕੀ ਕਹਿਣਾ ਇਹ ਤਾਂ ਆਪ ਹੀ ਸਵੇਰੇ ਜਾ ਕੇ ਪਾਥੀਆਂ ਚੋਂ ਫੜ ਲਿਆਉਣਾ ਆਪਾਂ ਸਵੇਰ ਕਿਹਨੇ ਦੇਖਿਆ ਓਏ ਹੁਣੀ ਮੰਗਾ ਦਾ ਨੇ ਆਪਾਂ ਜੇਰੇ ਭੂੰਡ ਫੜ ਕੇ ਲੈ ਕੇ ਆਓਏ ਉਹ ਵਾਲਾ ਭੂੰਡ ਨੀ ਓਏ ਤਿੰਨ ਟੈਰਾਂ ਵਾਲਾ ਭੂੰਡ ਕਾਲਾ ਪੀਲਾ ਬਲੈਕ ਯੈਲੋ ਸਵਾਰੀਆਂ ਵਾਲਾ ਓਕੇ ਉਹ ਜਿਹਦੇ ਚ ਸਾਰੀ ਸੱਤ ਦੀ ਥਾਂ ਹੁੰਦੀ ਹੈ 70 ਸਵਾਰੀਆਂ ਵਿੱਚ ਬਿਠਾਈਆਂ ਹੁੰਦੀਆਂ ਕਹਿੰਦਾ ਹੋਰ ਬਹਿ ਜਾ ਹੋਰ ਬਹਿ ਜਾ ਅੱਛਾ 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 ਰਾਮੇ ਵਾਲਾ ਭੂੰਡ ਗਾਉ ਫੇਰ ਹੁਣ ਹੁਣੀ ਮੰਗਾ ਦਿੰਦੇ ਆਪਾਂ ਕੀ ਗੱਲ ਮੋਣੀ ਵੀਰਾ ਜਿੰਦਾਬਾਦ ਮੋਣੀ ਵੀਰਾ ਜਿੰਦਾਬਾਦ ਹੈਲੋ ਹੈਲੋ ਮਾਣੀ ਵੀਰਾ ਜਿੰਦਾਬਾਦ ਬੋਲਦਾ ਓਏ ਰਾਮੇ ਮੇਰੇ ਨਾਲ ਰੱਬ ਵਰਗੇ ਵੀਰ ਆਇਆ ਓਏ ਲੰਡਨ ਤੋਂ ਲੰਡਨ ਤੋਂ ਕੌਣ ਆਇਆ ਆਇਆ ਹੋਊਗਾ ਕੋਈ ਆਪਾਂ ਕੀ ਲੈਣਾ ਹਾਂ ਸਾਨੂੰ ਵੀ ਸਾਲਾ ਸਾਲ ਤੁਰਿਆ ਫਿਰ ਉਹਨਾਂ ਨਾਲ ਯਾਰ ਭੂੰਡ ਚਾਹੀਦਾ ਤੜਕੇ ਸਾਜਰੇ ਟਾਈਮ ਸਿਰ ਆ ਜੀ ਪੈਸੇ ਜਿੰਨੇ ਤੂੰ ਕਹੇ ਉਹਨੇ ਆ ਜੀ ਬਾਕਾ ਲਵ ਯੂ ਰਾਮੇ ਲੈਵੜੀ ਜੇ ਕਰਦਾ ਤੇਰਾ ਕੰਮ ਸਹਿਸਾਨ ਕੀਤਾ ਓਏ ਸਾਡੇ ਕੰਮ ਤੂੰ ਨੀ ਕਰਦੇ ਤਾਂ ਹੋਰ ਕਿਹਨੇ ਕਰਨੇ ਆ ਕੇ ਕਿਉਂ ਮੈਂ ਤੇਰਾ ਸੀਰੀ ਲੱਗਿਆ ਓਏ ਹੋਰ ਟੋਨੀ ਬਲੇਅਰ ਦਾ ਸੀਰੀ ਰੱਖਿਆ ਹੋ ਤੂੰ ਓਏ ਮੋਹਨ ਸਿੰਘ ਨੂੰ ਹੋਏ ਕੇ ਤੂੰ ਕਿੱਦਾਂ ਰੋਹ ਪਾਉਣ ਲੱਗਿਆ ਸਾਰੇ ਸਾਡੇ ਜੀਰਕਪੁਰ ਆਈ ਲੱਤਾਂ ਭਾਂਦੂ ਤੇਰੀਆਂ ਲੰਡਨ ਚ ਵੀ ਜੀਰਕਪੁਰ ਹੈਗੀ ਓ ਸਾਥੀਓ ਸਾਥੀਓ ਕੰਮ ਬਣ ਚੁੱਕਾ ਹੈ ਭੂੰਡ ਦਾ ਇੰਤਜ਼ਾਮ ਹੋ ਚੁੱਕਾ ਹੈ ਸੋ ਮੋਣੀ ਵੀਰਾ ਜਿੰਦਾਬਾਦ ਮੋਣੀ ਵੀਰਾ ਜਿੰਦਾਬਾਦ ਮੋਣੀ ਵੀਰਾ ਉੱਠ ਕੇ ਦੇਖ ਲਈ ਮੋਣੀ ਮੋਣੀ ਹੋਈ ਪਈ ਹੈ ਮੋਣੀ ਵੀਰਾ ਲਗਾ ਸ਼ੈਟ ਹੋ ਗਏ ਸ਼ਰੇ ਦਾ ਇਸ ਕੈਸ਼ ਮੈਨੂੰ ਵੀ ਕੋਣੀ ਪਊਗੀ ਮੋਣੀ ਪਾ ਨੇ ਟੈਂਪੂ ਮੰਗਾਇਆ ਸੀ ਫੋਨ ਕਰਕੇ ਲੈ ਉਹਨੇ ਕੀ ਟੈਂਪੂ ਸਿਰ ਚ ਮਾਰਨਾ ਮੋਣੀ ਜਿੰਦਾਬਾਦ ਵੇ ਮੋਣੀ ਜਿੰਦਾਬਾਦ ਵੇ ਭੂੰਡ ਕੀ ਦੀ ਮਕਾਨ ਜਾਣ ਨੂੰ ਬੁਲਾਇਆ ਮੈਂ ਭੂੰਡ ਕੀ ਕਰਨਾ ਮੇਰੇ ਕੋਲ ਆਪਣੀ ਕਾਰ ਹੈਗੀ ਡੱਕਰ ਦੇ ਉਹਨੂੰ
ਚੰਗਾ ਦੇਖ ਕਿਵੇਂ ਮੁਸ਼ਕਲ ਲਾਇਆ ਸਾਰੇ ਘਰ ਵਿਰਾਮਿਆ ਅਸੀਂ ਤਾਂ ਕੋਈ ਟੈਂਪੂ ਨਹੀਂ ਮੰਗਾਇਆ ਤੈਨੂੰ ਐਵੇਂ ਖਾਧੀ ਪੀਤੀ ਚ ਭੁਲੇਖਾ ਲੱਗ ਗਿਆ ਤੂੰ ਜਾ ਜਾ ਕੇ ਆਪਦਾ ਕੰਮ ਕਰ ਪੈਗ ਤਾਂ ਮੈਂ ਦੂਰੀ ਲਾਏ ਸੀ ਹਾਂ ਵੀਰੇ ਕਿੱਦਾਂ ਭੂੰਡ ਰੈਡੀ ਆ ਕਿਹੜਾ ਭੂੰਡ ਕਿਹਨੂੰ ਰਾਤ ਤੂੰ ਫੋਨ ਤੇ ਨਹੀਂ ਸੀ ਗੱਲ ਕੀਤੀ ਕਿਹਨੂੰ ਸੀ ਕਾਲਜ ਲੈ ਕੇ ਜਾਣਾ ਜਾਂ ਕਿੱਦਾਂ ਉਹ ਤਾਂ ਯਾਰ ਮੇਰੇ ਦਿਮਾਗ ਚੋਂ ਨਿਕਲ ਗਈ ਮੋੜ ਤਾਂ ਮੈਂ ਓ ਸ਼ਿਟ ਹੁਣ ਹੁਣ ਤਾਂ ਵੀਰੇ ਔਖਾ ਇਹ ਤੂੰ ਕਿੱਦਾਂ ਠੀਕ ਨਹੀਂ ਕੀਤਾ ਯਾਰ ਹੋਰ ਭੁਲਾ ਲੈ ਸਕਾਚ ਇਹਨੂੰ ਕਿੱਦਾਂ ਇਹ ਤੂੰ ਯਾਰ ਮਾਰ ਕੀਤੀ ਹੈ ਕਿੱਦਾਂ ਸਾਡੇ ਨਾਲ ਤੂੰ ਪੱਛਦੀ ਨੇ ਪੀਂਦਾ ਖਾਤੇ ਆ ਤੂੰ ਬੰਦਾ ਹੈ ਚਾਵਾ ਚਾਵਾ ਨਾ ਕਾ ਯਾਰ ਬਾਲਾ ਦੇਸੀ ਹੋ ਜਾਂਦਾ ਯਾਰ ਅਸੀਂ ਅਸੀਂ ਤੈਨੂੰ ਸਕਾਚ ਪਲਾਈ ਆ ਕੀ ਤੇ ਤੈਨੂੰ ਆ ਕੇ ਗਲਤੀ ਹੋ ਗਈ ਭੂੰਡ ਮੰਗਿਆ ਸੀ ਤੇ ਤੋਂ ਕਿਤੇ ਹੋਰੇ ਹੀ ਚਲੇ ਜਾਂਦੇ ਚੰਗਾ ਰਾਤੀ ਪ੍ਰੋਮਿਸ ਕੀਤਾ ਸੀ ਤੂੰ ਭੂੰਡ ਕਿਉਂ ਤੁਸੀਂ ਮੈਨੂੰ ਮਖਿਆਲ ਵਾਂਗੂ ਚੰਬੜਿਓ ਆ ਫੜ ਤੂੰ ਦਾਚਣ ਕਰ ਮੈਂ ਭੂੰਡ ਲੈ ਕੇ ਆਉਣਾ ਫਿਰੇ ਮੂੰਹ ਤੇਰਾ ਕਿੱਦਾਂ ਬੋਲਦਾ ਆ ਤੈਨੂੰ ਕੀ ਲੱਗਦਾ ਲਿਆਊਗਾ ਚਿੰਤਾ ਨਾ ਕਰ ਜਿੰਨੀ ਉਹਦੇ ਨਾਲ ਕੁੱਤੇ ਖਾਣੀ ਹੋ ਗਈ ਨਾ ਇਹਦਾ ਤਾਂ ਬੁੜਾ ਵੀ ਲਿਆਊ ਹੁਣ ਭੂੰਡ ਜੇ ਤੁਸਾਂ ਬੋਰ ਹੋ ਰਹੇ ਆ ਤਾਂ ਨੈਕਸਟ ਟਾਈਮ ਭੂੰਡ ਚ ਜਿੱਦਾਂ LCD ਲਵਾ ਦੇਣੀ ਆ ਨਹੀਂ ਐਕਚੁਅਲੀ ਮੈਂ ਇਹ ਸੋਚ ਰਹੀ ਸੀ ਕਿ ਜਿੱਦਾਂ ਭੂੰਡ ਆਸ਼ਕਾਂ ਨੂੰ ਭੂੰਡ ਤੇ ਆਉਣਾ ਨਹੀਂ ਤੇ ਇਹਨਾਂ ਨੇ ਮੁੜ ਕੇ ਆਉਣਾ ਨਹੀਂ ਕਿਨੀ ਕਿਦਾਂ ਮੈਂ ਸੋਚਦਾ ਸੀ ਆਪਾਂ ਕਿਦਾਂ ਚੰਡੀਗੜ੍ਹ ਵੀ ਸੈਟਲ ਹੋ ਸਕਦੇ ਆ ਨੋ ਇਦਾਂ ਨਹੀਂ ਕਿ ਮੈਨੂੰ ਮੈਂ ਕਿਤੇ ਸੋਚਦਾ ਵਿਆਹ ਤੋਂ ਬਾਅਦ ਚੰਡੀਗੜ੍ਹ ਕੋਠੀ ਪਾ ਕੇ ਕਿਦਾਂ ਇੱਥੇ ਰਹਿ ਲਵਾਂਗੇ ਮੈਨੂੰ ਤਾਂ ਚੰਡੀਗੜ੍ਹ ਨਾ ਵੀ ਬੜਾ ਲੱਗਦਾ ਬਸ ਇਹਨੇ ਗੱਲ ਆ ਆਪਾਂ ਕਿਤੇ ਚੰਡੀਗੜ੍ਹ ਦਾ ਨਾਮ ਹੀ ਬਦਲ ਦੇਣਾ ਤੇਰੇ ਨਾਂ ਤੇ ਰੱਖ ਦੇਣਾ ਆ ਚੰਡੀਗੜ੍ਹ ਦਿਸ਼ਾ ਜੀ ਫਿਰ ਅਗਲੀ ਸ਼ਰਤ ਕਿਹੜੀ ਹੈ ਜਿੱਦਾਂ ਝਿਜਕੋਣਾ ਹੁਣ ਤਾਂ ਤੁਸੀਂ ਉਹ ਆ ਜੋ ਆ ਜਿੱਦਾਂ ਤੁਸੀਂ ਕਹਿਣਾ ਉਹੀ ਹੋਣਾ ਅੱਛਾ ਹਾਂਜੀ ਫਿਰ ਤੁਸੀਂ ਕੱਲ ਨੂੰ ਆਇਓ ਆ ਜਾਾਂਗੇ ਕੱਲੇ ਹਾਂਜੀ ਕੱਲੇ ਕੱਲੇ ਕੀ ਹੋ ਗਿਆ ਕੱਲੇ ਨੂੰ ਸੰਗ ਲੱਗਦੀ ਆ ਲਾ ਸੰਗ ਨਾਲੇ ਦਿਨ ਤਾਂ ਅਸੀਂ ਜੰਮੇ ਨਹੀਂ ਜਿੱਦਾਂ ਤੁਸੀਂ ਇਹ ਦੱਸੋ ਅਗਲੀ ਸਵਾਰੀ ਕਿਹੜੀ ਚਾਹੀਦੀ ਆ ਜੋ ਤੁਹਾਨੂੰ ਚੰਗਾ ਲੱਗੇ ਵੇਖ ਲੋ ਨਾਲ ਬਹਿਣਾ ਪੈਣਾ ਆ ਬਹਿ ਜਾਾਂਗੀ ਹੁਣ ਵੀ ਤਾਂ ਨਾਲ ਹੀ ਬੈਠੀ ਆ ਨਾ ਫਸ ਗਈ ਠੀਕ ਆ ਕੱਲ ਸਵੇਰੇ ਦੀ ਸੋਚਦਾ ਜਿੱਦਾਂ ਵੇ ਮੈਂ ਟੱਲੀਆਂ ਬਜਾਉਣਾ ਆਇਆ ਨੀ ਬੈਜਾ ਮੇਰੇ ਸੈਕਲ ਤੇ ਵੇ ਮੈਂ ਟੱਲੀਆਂ ਬਜਾਉਣਾ ਆਇਆ ਨੀ ਬੈਜਾ ਮੇਰੇ ਸੈਕਲ ਤੇ ਸਤਿ ਸ਼੍ਰੀ ਅਕਾਲ ਜੀ ਵੇਖਦੇ ਕੀ ਆ ਕਿੱਦਾਂ ਬੈਠੋ ਕਿੱਥੇ ਇੱਥੇ ਹੋਰ ਕਿੱਥੇ ਕੈਰੀਅਰ ਕਿੱਥੇ ਆ ਕੈਰੀਅਰ ਤਾਂ ਜਿੱਦਾਂ ਹੁਣ ਤੁਹਾਡੇ ਨਾਲ ਹੀ ਬਣੂਗਾ ਝੱਟ ਤਾਂ ਜੇ ਮੈਂ ਨਾ ਬੈਠਾਂ ਪਹਿਣਾ ਤਾਂ ਪਹਿਣਾ ਆ ਜਿੱਦਾਂ ਮੈਂ ਗੱਦਾ ਲੈ ਕੇ ਆਇਆ ਪੂੰਡ ਲੈ ਕੇ ਆਇਆ ਆਪਣੀ ਟਰਨ ਆਈ ਤੇ ਮੈਂ ਨਹੀਂ ਐਡੀ ਵੀ ਗੱਲ ਨਹੀਂ ਬਹਿ ਜਾਂਦੀ ਹਾਂ ਪ੍ਰੋਮਿਸ ਜੋ ਕੀਤਾ ਸੀ ਦੱਸੋ ਦਿਸ਼ਾ ਜੀ ਕਿਹੜੀ ਦਿਸ਼ਾ ਚ ਜਾਣਾ ਮੰਗਦੇ ਆ ਲੌਂਗ ਡਰਾਈਵ ਤੇ ਬਹਿਤਾ ਗਈ ਆ ਜਿੱਥੇ ਮਰਜ਼ੀ ਲੈ ਚੱਲ ਸਦਕੇ ਕਿਹਦੇ ਸ਼ਕਲ ਬਣਾਉਣ ਵਾਲੇ ਦੀ ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੁੰਡੇ ਤਾਂ ਕੁੜੀਆਂ ਨੂੰ ਕੈਫੇ ਚ ਲੈ ਕੇ ਜਾਂਦੇ ਆ ਤੂੰ ਮੈਨੂੰ ਖੇਤਾਂ ਚ ਲੈ ਆਇਆ ਕੀ ਕਰੀਏ ਰੂਹ ਤਾਂ ਜਿੱਦਾਂ ਸਾਡੀ ਖੇਤਾਂ ਚ ਹੀ ਵਸਦੀ ਆ ਕਮਾਲ ਹੈ ਬਾਹਰ ਰਹਿ ਕੇ ਵੀ ਖੇਤਾਂ ਨਾਲ ਇੰਨਾ ਪਿਆਰ ਚੱਟਾਂ ਨੂੰ ਤਾਂ ਖੇਤ ਤੇ ਲੋਟ ਆਉਂਦੇ ਆ ਲੋਟ
ਬਾਹਰ ਰਹਿੰਦੇ ਹੋਏ ਵੀ ਕਿੰਨਾ ਦੇਸੀ ਬੋਲਦਾ। ਕੀ ਹੋਇਆ ਜੇ ਅਸੀਂ ਪੰਜਾਬ ਚ ਨਹੀਂ ਰਹਿੰਦੇ? ਕਿਤੇ ਦਿਲ ਤਾਂ ਸਾਡਾ ਪੰਜਾਬੀ ਹੋਈ ਆ। ਸ਼ੁਕਰ ਆ ਇੱਥੇ ਨਹੀਂ ਰਹਿੰਦਾ, ਨਹੀਂ ਤਾਂ ਇੱਥੋਂ ਦੇ ਮੁੰਡੇ ਇੰਨੇ ਵਿਗੜੇ ਨੇ ਕਿ ਆਪਣਾ ਹਨੀਮੂਨ ਵੀ ਬੰਬੀ ਤੇ ਮਨਾ ਸਕਦੇ ਨੇ। ਬੁਰਾ ਨਾ ਮਨਾਇਓ, ਆਈਡੀਆ ਗੁੱਡ ਆ ਤੁਹਾਡਾ, ਜਿੱਦਾਂ ਮੈਂ ਵੀ ਮਨਾਉਣਾ ਮੰਗਦਾ ਬੰਬੀ ਤੇ ਹਨੀਮੂਨ। ਫਿਰ ਤੂੰ ਆਈ ਕਰੀ ਯੂਕੇ ਦੀ ਕੋਈ ਬੰਬੀ ਲੱਭ ਲਈ ਤੇ ਜਿਹਦੇ ਨਾਲ ਵਿਆਹ ਕਰੇਗਾ ਉਹਨੂੰ ਲੈ ਜਾਈ ਉੱਥੇ। ਜਿਹਦੇ ਨਾਲ ਮਤਲਬ? ਦੁਨੀਆਂ ਵੀ ਭਰਦੇ ਕਾਹਦੇ ਲਈ? ਉਹ ਬੰਬੀ ਤੇ ਹਨੀਮੂਨ ਜਿੱਦਾਂ ਵਿਆਹ ਕਿੰਨਾ ਟੀਟ ਹੈ, ਸਿੱਧਾ ਹੀ ਕਹੀ ਜਾਣਾ। ਆ ਬਿੰਗ ਬਲ ਜੇ ਪਾਉਣੇ ਨਹੀਂ ਆਉਂਦੇ ਯਾਰਾਂ ਨੂੰ, ਦਿਲ ਦੀ ਗੱਲ ਸਿੱਧੀ ਕਹੀਦੀ ਆ। ਅਸੀਂ ਕਹਿਤੀ ਆ, ਆਪ ਜੀ ਦੱਸੋ। ਸੋਚਾਂਗੇ। ਚਲੋ ਗੁਹਾਰਿਆਂ ਦਾ ਪਤਾ ਲੱਗ ਜਾਂਦਾ। ਫਿਰ ਤਾਂ ਜੀ ਕਿਸੇ ਨੂੰ ਕਹਿ ਕਹਾ ਕੇ ਸਾਰੇ ਸਾਈਨ ਬੋਰਡ ਉਤਰਵਾ ਦੋ ਤੇ ਗੁਹਾਰੇ ਫਿੱਟ ਕਰਵਾ ਦੋ। ਹਿਊਮਰ ਸੈਂਸ ਗੁੱਡ ਹੈ ਜੀ। ਫਨੀ ਬੋਏ ਇਹ ਮੇਰਾ ਕਜ਼ਨ ਹੈਗਾ ਜੀ, ਮਿੰਟੂ। ਮਿੰਟੂ? ਹਾਂ ਜੀ, ਮਿੰਟੂ ਇਜ਼ ਮਾਈ ਹਾਊਸ ਨੇਮ ਐਕਚੁਅਲੀ। ਪਰਮਨੈਂਟ ਨੇਮ ਇਜ਼ ਮਹਿੰਦਰਪਾਲ ਸਿੰਘ। ਲੋਟਸ ਆਫ ਹੈਪੀ ਵਿਦ ਯੂ ਇਨ ਫਰੰਟ ਆਫ ਯੂ। ਗੁੱਡ ਜੀ, ਥੈਂਕ ਯੂ। ਅਸੀਂ ਐਕਚੁਅਲੀ ਇੰਡੀਆ ਇਹਦੇ ਵਿਆਹ ਲਈ ਆਏ ਆ। ਓ ਕੰਗ੍ਰੈਚੁਲੇਸ਼ਨ। ਇਹ ਤਾਂ ਹੈ ਜੀ। ਜੀ ਆਇਆਂ ਨੂੰ ਜੀ, ਪਹਿਲਾਂ ਆਪਾਂ ਕੁਝ ਖਾ ਪੀ ਲਈਏ, ਫੇਰ ਬਹਿ ਕੇ ਗੱਲ ਕਰਦੇ ਆ। ਪਲੀਜ਼ ਪਲੀਜ਼ ਪਲੀਜ਼, ਯੂ ਵਿਲ ਬੀ ਸਿੱਟ, ਅਸੀਂ ਠੀਕ ਆ। ਲੈ ਅਸੀਂ ਕਦੋਂ ਕਿਹਾ ਤੁਸੀਂ ਗੱਲ ਤੋਂ? ਓ ਨੋ 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 ਨੋ, ਹੀ ਮੀਨਸ ਠੀਕ ਆ ਐਸ ਇਨ ਨਾ ਸੀ ਓਕੇ ਆ। ਕੁਝ ਕਾਰਡ ਪੀਣ ਦੀ ਲੋੜ ਨਹੀਂ, ਬਸ ਤੁਸੀਂ ਸਾਡੇ ਮਿੰਟੂ ਨੂੰ ਵੇਖ ਪਰਖ ਲਓ। ਮੀ ਪਰਮਨੈਂਟ ਕੈਨੇਡੀਅਨ ਫਰੋਮ ਲੋਟਸ ਆਫ ਇਅਰਸ। ਵਾਹ, ਸ਼ੁਕਰੀਆ ਜੀ। ਯੂ ਕੈਨ ਇੰਟਰਵਿਊ ਮਾਈ ਸੈਲਫ, ਫਿਰ ਜੇ ਤੁਹਾਨੂੰ ਰਾਈਟ ਲੱਗੇ ਤਾਂ ਆਪਦੀ ਗਰਲ ਨਾਲ ਮਿਲਵਾ ਦਿਓ। ਵੈਰੀ ਸਿੰਪਲ। ਰਾਈਟ ਹੈ ਜੀ, ਯੂ ਆਰ ਗੁੱਡ। ਕੁੜੀ ਦੇ ਕਾਲਜ ਵਿੱਚ ਬਿਜ਼ੀ ਹੋਣ ਕਰਕੇ ਉਹ ਆ ਨਹੀਂ ਸਕੀ, ਆਪਾਂ ਛੇਤੀ ਦੂਜੀ ਮੀਟਿੰਗ ਰੱਖਾਂਗੇ। ਨੋ ਪ੍ਰੋਬਲਮ, ਵੀ ਕਮ ਅਗੇਨ ਐਂਡ ਅਗੇਨ, ਪਰ 30 ਡੇਸ ਓਨਲੀ ਇਨ ਇੰਡੀਆ। ਓ ਆਈ ਸੀ। ਐਕਚੁਅਲੀ ਸਾਡੀ ਮਨਸਾ ਤੇ ਸੰਗਰੂ ਵੀ ਗੱਲ ਚੱਲਦੀ, ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਮਿੰਚ ਦਾ ਵਿਆਹ ਤੁਹਾਡੀ ਕੁੜੀ ਨਾਲ ਹੋਵੇ। ਆਈ ਥਿੰਕ ਸ਼ੀ ਇਜ਼ ਸੋ ਪ੍ਰੀਟੀ, ਆਈ ਲਵ ਹਰ ਪਿਕ। ਤਾਂ ਅਸੀਂ ਉਹਨੂੰ ਪਿਕ ਕਰਨਾ ਚਾਹੁੰਦੇ ਹਾਂ। ਲਵਲੀ ਇਜ਼ ਦਾ ਬਿਊਟੀ ਯੂਅਰ ਗਰਲ ਇਜ਼। ਤੁਹਾਡਾ ਘਰ ਬਹੁਤ ਸੋਹਣਾ, ਬਿਊਟੀਫੁਲ ਹਾਊਸ, ਬਸ ਆਹੀ ਦੇਖਣ ਆਏ ਸੀਗੇ ਜੀ। ਮੇਰਾ ਮਤਲਬ ਅਸੀਂ ਇੱਦਾਂ ਦੀ ਬਣਾਉਣੇ ਚਾਹੁੰਦੇ ਹਾਂ, ਬਹੁਤ ਸਾਰੇ ਘਰ ਕੈਨੇਡਾ ਦੇ ਵਿੱਚ, ਨਾਟ ਇਨ ਇੰਡੀਆ। ਥੈਂਕ ਯੂ। ਤੇਰੇ ਕੋਲ ਫੋਨ ਆ ਗਿਆ ਜੀ। ਹੈਲੋ, ਹਾਂਜੀ, ਮਿੰਟੂ ਕੈਨੇਡਾ ਸਪੀਕਿੰਗ। ਯੈਸ ਯੈਸ, ਵਿਦ ਇਨ ਘੰਟਾ ਆਈ ਰੀਚ ਯੂ। ਓਕੇ ਬਾਏ। ਉਹ ਬਸ ਅੰਕਲ ਨੇ $50,000 ਭੇਜੇ ਨਾ ਜੀ ਬਾਹਰੋਂ, ਏਜੰਟ ਦਾ ਫੋਨ ਸੀ, ਕਹਿੰਦਾ ਹੁਣੀ ਕਰੈਕਟ ਕਰ ਲਓ। ਕਲੈਕਟ ਕਰੈਕਟ, ਫਿਰ ਤਾਂ ਸਾਨੂੰ ਜਾਣਾ ਪੈਣਾ। ਆਮ ਸੋ ਸੌਰੀ ਬਟ ਵੀ ਹੈਵ ਟੂ ਗੋ। ਮਨ ਤਾਂ ਬਹੁਤ ਲੱਗਿਆ ਸੀ ਜਾਣ ਨੂੰ, ਜੀ ਨਹੀਂ ਕਰਦਾ ਜੀ, ਪਰ ਹੁਣੀ ਨੂੰ ਕੌਣ ਟਾਲ ਸਕਦਾ ਜੀ। ਇਹ ਕਿਵੇਂ ਹੋ ਸਕਦਾ ਜੀ, ਤੁਸੀਂ ਤਾਂ ਨਾ ਚਾਹ ਨਾ ਪਾਣੀ ਕੁਝ ਖਾਧਾ ਨਾ ਪੀਤਾ। ਕੋਈ ਨਾ ਜੀ, ਜੇ ਸਾਡੇ ਗੁੱਡ ਭਾਗ ਹੋਏ ਨਾ ਤਾਂ ਨੈਕਸਟ ਟਾਈਮ ਫਿਰ ਆਪਾਂ ਲੋਟਸ ਆਫ ਸਵੀਟਸ ਤੇ ਲੋਟਸ ਆਫ ਡਰਿੰਕ ਦਾ ਪ੍ਰੋਗਰਾਮ ਬਣਾ ਕੇ ਆਵਾਂਗੇ ਜੀ, ਕੋਈ ਚੱਕਰ ਹੀ ਨਹੀਂ ਜੀ। ਪਰ ਜਿਵੇਂ ਮਰਜ਼ੀ ਆ ਤੁਹਾਡਾ ਹਾਊਸ ਨਾ, ਸੋ ਕਰਪਟ, ਆਈ ਲਾਈਕ ਇਟ। ਕਰੈਕਟ, ਐਨੀਵੇ ਆਈ ਥਿੰਕ ਸਾਨੂੰ ਚੱਲਣਾ ਚਾਹੀਦਾ। ਯੈਸ, ਲੈਟਸ ਗੋ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਲੈਟਸ ਗੋ। ਮੈਨੂੰ ਤਾਂ ਠੀਕ ਜਾਂ ਨਹੀਂ ਲੱਗਿਆ ਮੁੰਡਾ, ਨਾਲੇ ਚਲਦੀ ਤਾਂ ਹੈ ਰੂਪ ਨਾਲ ਗੱਲ। ਬਹੁਤ ਦੇਰ ਤੋਂ ਮਗਰ ਪਏ ਸੀ, ਹਾਲੇ ਆਪਾਂ ਨਾ ਨਹੀਂ ਕਰਨੀ, ਹੋਲਡ ਤੇ ਰੱਖਦੇ ਆ, ਕੀ ਪਤਾ ਕਦੋਂ ਲੋੜ ਪੈ ਜੇ। ਜਿਵੇਂ ਪਤੰਦਰਾਂ ਨੇ ਘਰ ਵਾਲੇ ਚਿਪਕੜ ਰੱਖਿਆ ਨਾ, ਕੁੜੀ ਵੀ ਪਟਾਕਾ ਹੀ ਹੋ ਇਹਨਾਂ ਦੀ। ਤੂੰ ਚੁੱਪ ਚੱਪ ਕਰ ਤੇ ਕੰਸੈਂਟਰੇਟ ਕਰ, ਵੱਡਾ ਪਟਾਕੇ ਬਹੁਤ ਪੈਣੇ ਤੈਨੂੰ। ਤੂੰ ਤਾਂ ਮਾਈਂਡ ਹੀ ਕਰ ਗਈ ਕੰਬਲੀਏ, ਤੇਰਾ ਤਾਂ ਮੈਂ ਹੈਗਾ ਹੀ ਆ। ਚੱਲ, ਮੇਰਾ ਮਤਲਬ ਮੈਂ ਤੇਰੇ ਵੱਲੋਂ ਆਪਣੇ ਆਪ ਨੂੰ ਕਹਿ ਰਿਹਾ ਵੀ ਮਿੰਟੂ ਚੱਲ ਗੱਡੀ ਚਲਾ, ਚਲੋ ਬੈਠਾ ਪਲੀਜ਼ ਬੈਠੋ ਬੈਠੋ। ਕੁੜੀ ਤਾਂ ਪਟਾਕਾ ਹੀ ਹੋ। ਜਗਾੜੀ, ਗੇਮ ਹੁਣ ਹੱਥ ਚ, ਗਰਾਊਂਡ ਸੈੱਟ ਹੈ। ਮੈਂ ਸੋਚਦਾ ਮੌਕਾ ਦੇਖ ਕੇ ਦਿਸ਼ਾ ਨੂੰ ਸਾਰਾ ਕੁਝ ਦੱਸ ਦਿਆਂ।
ਕੀ ਕੋਸਰ ਮੋਸਰ ਹੋ ਰਹੀ ਆ ਬਈ ਹੈ ਨਾ ਕਹੋ ਸੁਣੀ ਵੀਰੇ ਕਿੱਦਾਂ ਰੂਪ ਵੀੜਾ ਕਹਿੰਦਾ ਸੀ ਪਲਿਆਸ ਲੱਗੀ ਆ ਹੈ ਪਲਿਆਸ ਪਰਨੋਟ ਬਾਗੀਆਂ ਹੈ ਕਿੱਦਾਂ ਮੈਂ ਸਮਝਿਆ ਨੀ ਬਾਏ ਬਾਏ ਦਲਜੀਤ ਸਿੰਘ ਜਗਾੜੀ ਜੀਰਕਪੁਰ ਟ੍ਰੈਫਿਕ ਕੁਛ ਘਟਿਆ ਕਿ ਨਹੀਂ ਬਈ ਕਿੱਦਾਂ ਸਾਨੂੰ ਕੀ ਪਤਾ ਆ ਦੱਸੋ ਰੁਪਿੰਦਰ ਸਿੰਘ ਗਰੇਵਾਲ ਜੀ ਸਪੁੱਤਰ ਸਰਦਾਰ ਹਰਜੀਤ ਸਿੰਘ ਗਰੇਵਾਲ ਪਿੰਡ ਤੇ ਡਾਕਖਾਨਾ ਗਿੱਲ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕਿੱਦਾਂ ਆਹੀ ਆ ਕਿਹੜਾ ਕਹਿੰਦਾ ਕਿੱਦਾਂ ਪਿੰਨ ਕੋਡ ਵੀ ਦੱਸਾਂ ਇਹਨੂੰ ਕਿੱਦਾਂ ਕਿਸੇ ਨੇ ਚੱਕਿਆ ਲੱਗਦਾ ਸਾਡੇ ਖਿਲਾਫ ਚੱਕਣ ਨੂੰ ਮੈਂ ਟੋਕਰਾਂ ਤਲਾਸ਼ੀ ਲਈ ਆ ਤੁਹਾਡੇ ਬੈਗਾਂ ਦੀ ਨਾਲੇ ਦਲਜੀਤ ਸਿੰਘ ਜਗਾੜੀ ਬਾਏ ਬਾਏ ਇੰਡੀਆ ਤੇਰੀ ਹੋਈ ਕੰਪਨੀ ਹੈ ਨਾ ਮੈਂ ਤਾਂ ਉਹ ਕਹਿੰਦਾ ਸੀ ਰੂਪ ਨੂੰ ਰੂਪ ਨੀ ਰੁਪਿੰਦਰ ਸਿੰਘ ਗਰੇਵਾਲ ਮੈਂ ਤਾਂ ਕਿੱਦਾਂ ਰੁਪਿੰਦਰ ਨੂੰ ਪਹਿਲਾਂ ਕਿੱਦਾਂ ਜਿੱਦਾਂ ਛੱਡ ਦੇ ਮੈਂ ਤਾਂ ਰੁਪਿੰਦਰ ਸਿੰਘ ਹੁਣਾਂ ਨੂੰ ਪਹਿਲਾਂ ਹੀ ਕਹਿੰਦਾ ਯਾਰ ਵੀ ਆਪਾਂ ਮੋਹਣੀ ਵੀਰ ਨੂੰ ਸਾਰਾ ਕੁਝ ਦੱਸ ਦਈਏ ਤੇ ਇਹ ਕਹਿੰਦਾ ਵੀ ਪਹਿਲਾਂ ਦੇਖ ਲਈਏ ਬੰਦਾ ਕੱਚਾ ਕੇ ਪੱਕਾ ਪਹਿਲਾਂ ਪਰਖ ਕਰ ਲਈਏ ਤੇ ਬਾਕੀ ਮੰਨ ਗਏ ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਛੱਡਿਆ ਸੱਚੀ ਭਾਜੀ ਅਸਲੀ ਗੱਲ ਤੇ ਆਓ ਦੇਖੋ ਜੀ ਅਸੀਂ ਕਿਹੜਾ ਇੱਥੇ ਕੋਈ ਠੱਗੀ ਮਾਰਨ ਆਏ ਹਾਂਜੀ ਇਸ਼ਕ ਹੋ ਗਿਆ ਅੱਗੇ ਤੁਹਾਨੂੰ ਪਤਾ ਹੀ ਹੈ ਜਦੋਂ ਇਸ਼ਕ ਹੁੰਦਾ ਗੱਲਾਂ ਨਾਲ ਨਹੀਂ ਸਾਰਨਾ ਐਂ ਕਰੋ ਸੌਦਾ ਕਰੋ ਮੇਰੇ ਨਾਲ ਆ ਜਗਾੜੀ ਨੂੰ ਕਹਿ ਵੀ ਮੈਨੂੰ ਤੇ ਮੇਰੀ ਘਰਦੀ ਨੂੰ ਬਾਹਰ ਭੇਜ ਦੇ ਯੂਕੇ ਬਸ ਇੰਨੀ ਗੱਲ ਆਹ ਤਾਂ ਯੂਕੇ ਖੜਿਆ ਯੂਕੇ ਤਾਂ ਭਾਵੇਂ ਕੱਲ ਦੀ ਟਿਕਟ ਕਰਾ ਲਓ ਤੁਸੀਂ ਦੇਖ ਲੈ ਭੁੱਲ ਨਾ ਜਾਈ ਵੇ ਆਪਣੇ ਦਿਨ ਭੁੱਲ ਗਿਆ ਜਦੋਂ ਮੇਰੇ ਤੇ ਟਰਾਈਆਂ ਮਾਰਨ ਲਈ ਪਿੰਡ ਚ ਹੱਟੀ ਪਾ ਕੇ ਬਹਿ ਗਿਆ ਸੀ ਲੈ ਆ ਗਈ ਭਾਬੀ ਹੁਣ ਭਾਬੀ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ ਦੱਸੋ ਹੈ ਤੂੰ ਬੰਦਾ ਬਣ ਜਾ ਨਹੀਂ ਤਾਂ ਤਕਲੇ ਵਰਗਾ ਸਿੱਧਾ ਕਰ ਦੂੰ ਦੇਖ ਕਿਵੇਂ ਨਿਆਣਿਆਂ ਦੇ ਮਗਰ ਪਿਆ ਜਿਉਂਦਾ ਰਹਿ ਜਿਉਂਦਾ ਰਹਿ ਮੰਨ ਜਾ ਗੁਰੂ ਗੋਰਖਨਾਥ ਪਾ ਦੇ ਹੀ ਰਾਂਝੇ ਦੀ ਝੋਲੀ ਚ ਗੋਰਖਨਾਥ ਵੇ ਤੈਨੂੰ ਤਾਂ ਕੋਈ ਤਮਾਸ਼ੇ ਚ ਜਮੂਰਾ ਨਹੀਂ ਬਣਾਉਂਦਾ ਇਹ ਤਾਂ ਫੇਰ ਵੀ ਗੋਰਖਨਾਥ ਬਣਾ ਰਹੇ ਨੇ ਹੋਰ ਕੀ ਨਾਸ਼ਪਾਤੀਆਂ ਭਾਲਦਾ ਹੈ ਲੈ ਮਰਦਾਨ ਦੇਣ ਤੋਂ ਪਹਿਲਾਂ ਹੀ ਘੰਟੀ ਵੱਜ ਗਈ ਹੈਲੋ ਨਾ ਕੋਈ ਫੋਨ ਨਾ ਮੈਸੇਜ ਜਿੱਦਾਂ ਮੈਨੂੰ ਲੱਗਾ ਕਿਤੇ ਮੈਂ ਆਪ ਜੀ ਨੂੰ ਡਿਸਟਰਬ ਨਾ ਕਰਾਂ ਜਿੱਦਾਂ ਜੇ ਕੋਈ ਡਿਸਟਰਬ ਹੋਣਾ ਮੰਗੇ ਫਿਰ ਕਿੱਦਾਂ ਠੀਕ ਹੈ ਫਿਰ ਅੱਜ ਹੀ ਫੇਸਬੁੱਕ ਤੇ ਸਟੇਟਸ ਪਾ ਦਿੰਨੇ ਆ ਵੀ ਦਿਸ਼ਾ ਢਿੱਲੋਂ ਰੁਪਿੰਦਰ ਗਿੱਲ ਦੀ ਹੋ ਗਈ ਆ ਤੇ ਹੋਰ ਕੋਈ ਹੁਣ ਟਰਾਈ ਮਾਰਨ ਦੀ ਖੇਚਲ ਨਾ ਕਰੇ ਜਿੱਦਾਂ ਇੰਨਾ ਓਵਰ ਕੰਫੀਡੈਂਟ ਨਹੀਂ ਹੋਇਦਾ ਮੈਂ ਕਿਹੜਾ ਲਿਖ ਕੇ ਦਿੱਤਾ ਕਿੱਦਾਂ ਲਿਖ ਕੇ ਦੇ ਦਿਓ ਫਿਰ ਓਕੇ ਫਿਰ ਮੁੰਡਿਆ ਯੂਕੇ ਵਾਲਿਆ ਜਲਦੀ ਤੋਂ ਵੀ ਪਹਿਲਾਂ ਆ ਜਾ ਸਾਡੇ ਕੋਲ ਕਿਸੇ ਨਾਲ ਮਿਲਾਉਣਾ ਹੈ ਆਲਰਾਈਟ ਹੈ ਕਿਦਾਂ ਉਹਨੂੰ ਕਿ ਕਿੰਦਰ ਵਾਲੇ ਨੂੰ ਵੀ ਲੈ ਕੇ ਆਈ ਆਪਦੇ ਸਰ ਵਾਲੇ ਨੂੰ ਵੀ ਨਾਲ ਲਿਆਈ ਕਿਦਾਂ ਉਹ ਤਾਂ ਆਲਰੇਡੀ ਤਿਆਰ ਹੈ ਗੱਡੀ 'ਚ ਬੈਠਣ ਲਈ ਤੁਸੀਂ ਫੋਨ ਆਫ ਕਰੋ ਤੇ ਅਸੀਂ ਗੱਡੀ ਆਨ ਕਰਦੇ ਹਾਂ ਕਿਦਾਂ ਕਿਦਾਂ ਕੌਣ ਹੈ ਜਿਹਦੇ ਨਾਲ ਮਿਲਾਉਣਾ ਸੀ ਕਾਲਾ ਕਿਉਂ ਪਹਿਨਾ ਹੈ ਮਿਲਾ ਦੇਨੀ ਆ ਹਾਈ ਦਿਸ਼ਾ ਹਾਈ ਸੌਰੀ ਆਮ ਲੀ ਇਟਸ ਓਕੇ ਇਹ ਮੇਰੀ ਬੈਸਟ ਫਰੈਂਡ ਜੋਤੀ ਜੋਤੀ ਹੈ ਕਿੰਦਰ ਹਾਈ DJ from UK. ਤੇ ਇਹ ਹੈ ਰੂਪ ਰੂਪ ਕਿਦਾਂ ਸਤਿ ਸ਼੍ਰੀ ਅਕਾਲ ਹਾਈ ਸਤਿ ਸ਼੍ਰੀ ਅਕਾਲ ਕਮ ਸਿਟ ਯਾ ਰੂਪ ਓ ਜੈਸਾ ਨਾ ਵੈਸੀ ਲੁੱਕ ਮੇਰੇ ਵੱਲੋਂ ਪਾਸਿਆ ਕਿਦਾਂ ਬਗੈਰ ਟੈਸਟ ਤੋਂ ਪਾਸਿਆ ਅਸੀਂ ਅੱਖਾਂ ਨਾਲ ਹੀ ਸਕੈਨਿੰਗ ਕਰ ਲਈ ਦੀ ਹੈ ਜੋਤੀ ਮਾਇਨ ਨਾ ਕਰਿਓ ਬਹੁਤ ਬੋਲਦੀ ਆ ਨੋ 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 ਮਾਇਨ ਨੇ ਮਾਇਨ ਮੁੰਡੇ ਕਿਦਾਂ ਕੁੜੀਆਂ ਦਾ ਬੋਲਣਾ ਮਾਇਨ ਦੇ ਨਹੀਂ ਕਰਦੇ ਸਪੈਸ਼ਲੀ ਇਨ ਯੂਕੇ ਐਂਡ ਐਨ ਓ ਗੋਡ ਮੈਂ ਤਾਂ ਤੁਹਾਨੂੰ ਦੱਸਣਾ ਹੀ ਭੁੱਲ ਗਈ ਜੋਤੀ ਵੀ ਯੂਕੇ ਤੋਂ ਹੈ ਓ ਯੇ ਦਿਸ਼ਾ ਟੋਲਡ ਮੀ ਤੁਸੀਂ ਸਾਊਥ ਹਾਲ ਰਹਿੰਦੇ ਆ ਮੈਂ ਐਸ਼ਲੀ ਰੋਡ ਰਹਿੰਦੀ ਆ 28 ਨੰਬਰ ਹਾਊਸ ਆ ਮੇਰਾ ਤੇ ਤੁਹਾਡਾ ਵਟ ਪੈਂਦਾ ਹੈ ਮੇਰੇ ਮੈਨੂੰ ਕਿਤੇ ਜਾਣਾ ਪੈਣਾ ਆ ਮੈਂ ਕਿਦਾਂ ਤੇਰੇ ਵੱਟ ਕੇ ਮਾਰਨਾ ਆ ਯੂ ਕੈਨ ਲੀਵ ਮੀ ਅਲੋਨ ਮੈਂ ਕੱਲੇ ਇੱਥੇ ਕੰਨੇ ਚੁੱਪੜੇ ਮੈਂ ਪੁੱਛਿਆ ਤੁਸੀਂ ਰਹਿੰਦੇ ਕਿੱਥੇ ਆ ਅਸੀਂ ਗਿਲਫੋਰਡ ਗਲਾਸੀ ਜੰਕਸ਼ਨ ਓਏ ਮੈਂ ਡਰਿੰਕ ਟਾਈਮ ਨਹੀਂ ਪੁੱਛਿਆ ਮੈਂ ਤੁਹਾਡਾ ਪਰਮਨੈਂਟ ਰੈਜ਼ੀਡੈਂਸ ਪੁੱਛ ਰਹੀ ਆ ਓ ਹੋਏ ਪੁੱਛਦੀ ਆ ਕਰਤਾ ਨਹੀਂ ਹੁੰਦੀ ਐਕਚੁਅਲੀ ਇਹਦਾ ਹਸਬੰਡ ਵੀ ਥੋੜਾ ਸ਼ੱਕੀ ਆ ਹੈਲੋ ਦੈਟਸ ਨਾਈਸ ਕਿਦਾਂ ਸੀ ਨਾ ਉੱਥੇ ਕਿੱਦਾਂ ਗੁਰਦੁਆਰੇ ਕੋਲ ਰਹਿੰਦੇ ਆ ਉਹ ਤਾਂ ਠੀਕ ਆ ਪਰ ਤੁਸੀਂ ਨਾਨਕਸਰ ਗੁਰਦੁਆਰੇ ਦੇ ਕੋਲ ਰਹਿੰਦੇ ਆ ਜਾਂ ਫਿਰ ਸਿੰਘ ਸਭਾ ਗੁਰਦੁਆਰਾ ਉਹ ਸਿੰਘ ਸਭਾ ਯਾ ਸਿੰਘ ਸਭਾ ਜਿੱਦਾਂ ਡੇਲੀ ਜਾਈਦਾ ਉੱਥੇ ਜਾਂਦੀ ਤਾਂ ਮੈਂ ਵੀ ਆ ਉਹ ਵੀ ਡੇਲੀ 4 ਸਾਲਾਂ ਤੋਂ
ਪਰ ਆਪਾਂ ਤਾਂ ਕਦੇ ਮਿਲੇ ਨਹੀਂ। I know. Strange. By chance, ਅਸੀਂ ਕਿੱਧਰ ਫੇਰ ਰਾਤ ਬਰਾਤੇ ਜ਼ਿਆਦਾ ਜਾਂਦੇ ਆ ਨਾ ਜੀ। ਓਹ ਮੇਰੇ ਕੰਮ ਤੇ ਹੋਣੇ ਆ ਨਾ। Yeah, it's a lot of work. Anyway, eat out ਲਈ ਕਿੱਥੇ ਜਾਂਦੇ ਹੋ? ਆਪ ਅਸੀਂ ਤਾਂ ਜ਼ਿਆਦਾ ਕਿੱਦਾਂ ਫੇਰ ਗੁਰਦੁਆਰੇ ਲੰਗਰ ਹੀ ਛਕੀਦਾ। ਰੈਸਟੋਰੈਂਟ 'ਚ ਜਿੱਦਾਂ ਅਸੀਂ ਘੱਟ ਜਾਈਦਾ, ਲੰਘਦੇ ਫਿਰਦੇ ਲੰਗਰ ਛਕ ਲਈਦਾ। ਨਾਲੇ ਰੋਟੀ ਤੋਂ ਜ਼ਿਆਦਾ ਬੰਦੇ ਦੀ ਥਿੰਕਿੰਗ ਇੰਪੋਰਟੈਂਟ ਹੁੰਦੀ ਹੈ, ਕਿੱਦਾਂ ਤੁਸੀਂ ਸੋਚਦੇ ਕੀ ਆ। ਨੋ 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 ਫਿਲਾਸਫੀ, ਦੱਸਣਾ ਤਾਂ ਪੈਣਾ ਹੀ ਹੈ, ਤੁਹਾਡਾ ਟੇਸਟ ਵੀ ਤਾਂ ਪਤਾ ਚੱਲੇ। ਲੈ ਟੇਸਟ ਇਹ ਤਾਂ ਕਿੱਦਾਂ ਤੁਸੀਂ ਪਾਸ ਕਰਨ ਤੋਂ ਬਾਅਦ ਵੀ ਟੈਸਟ ਲੈਣ ਲੱਗ ਗਏ? ਇਹ ਕਿੱਦਾਂ? ਨੋ ਫੇਅਰ ਨੋ ਫੇਅਰ, ਦੱਸ ਦੋ ਨਾ ਪਲੀਜ਼, ਆਪਾਂ ਉੱਥੇ ਜਾਇਆ ਕਰਾਂਗੇ। ਕਮਾਲ ਹੈ, ਤੁਸੀਂ ਜਵਾਬ ਹੀ ਨਹੀਂ ਦਿੰਦੇ। ਚਲੋ ਰੁਕ, ਇਹ ਦੱਸੋ ਕਿ ਸਭ ਤੋਂ ਪਹਿਲਾਂ ਲੰਡਨ ਵਿੱਚ ਸਾਡੀ ਸੇਲੀ ਨੂੰ ਕਿੱਥੇ ਲੈ ਕੇ ਜਾਓਗੇ? ਓ ਜਿੱਦਾਂ ਸਟੈਚੂ ਆਫ ਲਿਬਰਟੀ ਲੈ ਜਾਂਗੇ। ਕੀ ਉਹ ਤਾਂ ਨਿਊਯਾਰਕ ਚ ਆ ਨਾ? ਕਿਦਾ ਉੱਥੇ ਤਾਂ ਅਸੀਂ ਰਹਿੰਦੇ ਹਾਂ, ਲੰਡਨ ਚ ਕਿਹੜੀ ਗੱਲ ਆ, ਹਨੀਮੂਨ ਮਨਾਉਣ ਵਾਸਤੇ ਤਾਂ ਨਿਊਯਾਰਕ ਜਾਣਾ ਪੈਣਾ ਆ। ਬਾਈ ਦਾ ਵੇ, ਮੈਂ ਟਿਊਬ ਵਿੱਚ ਜੌਬ ਕਰਦੀ ਹਾਂ। ਲੈ ਟਿਊਬ, ਇਹ ਤਾਂ ਕਿੱਦਾਂ ਹੁਣ ਹਾਸੇ ਪਾਉਣ ਲੱਗੀ ਹੋ। ਟਿਊਬ ਕਿਤੇ, ਟਿਊਬ ਚ ਕੌਣ ਨੌਕਰੀ ਕਰ ਸਕਦਾ ਹੈ? ਕਿਤੇ ਟਿਊਬ ਦੀ ਫੈਕਟਰੀ ਚ ਤਾਂ ਕੋਈ ਜੌਬ ਕਰ ਸਕਦਾ ਆ? ਕਹਿੰਦੀ ਟਿਊਬ ਚ ਜੌਬ ਕਰਦੀ ਆ ਮੈਂ। ਟਿਊਬ ਮੀਨਸ ਮੈਟਰੋ ਟ੍ਰੇਨ। ਓ ਯੇ, ਲੰਡਨ ਵਿੱਚ ਰਹਿ ਕੇ ਤੁਹਾਨੂੰ ਟਿਊਬ ਦਾ ਨਹੀਂ ਪਤਾ? ਆਪਣੇ ਲੰਡਨ ਵਿੱਚ ਇੱਕ ਨਦੀ ਵਗਦੀ ਹੈ ਨਾ, ਕੀ ਨਾਂ ਹੈ ਉਹਦਾ? ਓ ਯੇ, ਆਪਣਾ ਓ ਕੀ ਇੱਦਾਂ ਦਾ ਕਿੱਦਾਂ? ਹੁਣ ਲੰਡਨ ਚ ਕਈ ਨਦੀਆਂ ਨਿਕਲਦੀਆਂ, ਬੰਦਾ ਕਿਹੜੀ ਕਿਹੜੀ ਯਾਦ ਰੱਖਦੇ ਆ। ਲੰਡਨ ਵਿੱਚ ਇੱਕੋ ਹੀ ਨਦੀ ਵਗਦੀ ਹੈ ਤੇ ਉਹਦਾ ਨਾਂ ਹੈ ਥੇਮਸ। ਯੇ ਓਬਵੀਅਸਲੀ ਥੇਮਸ, ਥੇਮਸ ਫੋਰ ਗੋਟ ਦ ਨੇਮਸ। ਆਕਸਫੋਰਡ ਸਟ੍ਰੀਟ ਤੇ ਇੱਕ ਪੰਜਾਬੀ ਬੀਕਾਨੇਰੀ ਰੈਸਟੋਰੈਂਟ ਹੈ, ਉੱਥੇ ਤਾਂ ਜਾਂਦੇ ਰਹਿੰਦੇ ਹੋਵੋਗੇ ਨਾ? ਓ ਯੇ, ਵੈਰੀ ਆਫਨ, ਜਿੱਥੇ ਗੋਲਗੱਪੇ ਖਾਈਦੇ ਆ, ਕਿੰਨੇ ਸਵਾਦ ਹੁੰਦੇ ਆ ਤਿੱਖੇ, ਉੱਥੇ ਤਾਂ ਬੈਠੇ ਰਹੀਦਾ ਆ ਕਿਦਾਂ। ਇਸ ਨਾਂ ਦਾ ਰੈਸਟੋਰੈਂਟ ਪੂਰੇ ਇੰਗਲੈਂਡ ਵਿੱਚ ਨਹੀਂ ਹੈ। ਗੋਲਗੱਪੇ ਕਿੱਥੇ ਖਾਈਦੇ ਸੀ ਆਪਾਂ? ਤੇ ਬੰਦ ਹੋਇਆ ਆ ਉਹ। ਓ ਬੰਦ ਹੋ ਗਿਆ ਉਹ ਫੇਰ? ਆ ਫੇਰ ਕਿਦਾਂ? ਨਾਓ ਸਟਾਪ ਦਿਸ ਡਰਾਮਾ। ਸੌਰੀ ਦਿਸ਼ਾ, ਇਹ ਬੰਦੇ ਫੇਲ ਆ ਮੇਰੇ ਟੈਸਟ ਵਿੱਚੋਂ। ਕੀ ਮਤਲਬ? ਮੈਂ ਸਮਝੀ ਨਹੀਂ। ਫਰਾਡ ਆ ਤੇ ਇਹ ਕਦੀ ਯੂਕੇ ਗਏ ਨਹੀਂ। ਮੈਂ ਵੀ ਕਹਾ, ਇਹਨਾਂ ਤਾਂ ਜਿੱਡਾ ਕਿੱਡਾ ਮੈਂ ਨਹੀਂ ਬੋਲਦੀ ਜਿੰਨਾ ਇਹਨਾਂ ਨੂੰ ਰੱਖਿਆ ਹੋਇਆ। ਜੋਤੀ ਕੀ ਕਹਿ ਰਹੀ ਆ? ਤੂੰ ਬੋਲਦਾ ਕਿਉਂ ਨਹੀਂ? ਰੂਪ ਨੇ ਮੈਂ ਕਿੱਦਾਂ ਦੱਸ? ਜੋਤੀ ਠੀਕ ਕਹਿ ਰਹੀ ਹੈ ਦਿਸ਼ਾ, ਮੈਂ ਗਿੱਲਾ ਤੋਂ ਰੁਪਿੰਦਰ। ਦਰਅਸਲ ਜਦ ਮੈਂ ਪਹਿਲੀ ਵਾਰੀ, ਕੁਝ ਬੋਲਣ ਦੀ ਲੋੜ ਨਹੀਂ, ਇੰਨਾ ਵੱਡਾ ਧੋਖਾ। ਮੈਂ ਤੈਨੂੰ ਪਿਆਰ ਕਰਦਾ ਦਿਸ਼ਾ, ਮੇਰਾ ਨਾਂ ਲਿਆ ਆਪਣੀ ਜ਼ੁਬਾਨ ਤੋਂ, ਪਿਆਰ ਨੂੰ ਮਜ਼ਾਕ ਬਣਾ ਕੇ ਰੱਖਿਆ ਅੱਜ ਦੀ ਮੰਡੀਰ ਨੇ, ਅੱਜ ਤੋਂ ਬਾਅਦ ਮੈਨੂੰ ਆਪਣੀ ਸ਼ਕਲ ਨਾ ਦਿਖਾਈ। ਕਹਾਂ ਰੱਖਣਾ ਜੀ ਸਮਾਨ? ਸਿਰ ਤੇ ਰੱਖ ਦੇ ਭਰਾਵਾ। ਉਹ ਤੇ ਕਿਉਂ ਔਖਾ ਹੁੰਦਾ, ਫੇਲ ਤਾਂ ਅਸੀਂ ਆਪਣੀ ਗਲਤੀ ਨਾਲ ਹੋਇਆ। ਇਸ਼ਕ ਦੀ ਡਿਗਰੀ ਤਾਂ ਫੇਲ ਹੋ ਕੇ ਹੀ ਮਿਲਦੀ ਆ ਬਾਈ। ਫੇਲ ਹੋ ਜਾਂਦੇ ਤਾਂ ਕੋਈ ਗੱਲ ਨਹੀਂ ਸੀ ਯਾਰ, ਇਹ ਤਾਂ ਸਾਰਾ ਨਕਲ ਦਾ ਹੀ ਕੇਸ ਪੈ ਗਿਆ। ਤੇਲੇ ਦੀ ਵੀ ਕਦਰ ਹੁੰਦੀ ਹੈ, ਸੋ ਕਦਰ ਨਾ ਗਵਾਇਓ ਭਾਈ। ਸਿਆਣੀ ਗੱਲ ਕੀਤੀ ਹੈ ਮਿੱਠੋ ਨੇ, ਉਮੀਦ ਨਹੀਂ ਛੱਡੀ ਦੀ। ਚੰਗਾ ਭਾਬੀ। ਚੰਗਾ ਭਾਈ, ਜੇ ਕਦੇ ਲੱਗਿਆ ਤੁਹਾਡੇ ਕੰਮ ਆ ਸਕਦੇ ਆ ਤਾਂ ਕਹਿ ਦਿਓ। ਕੀ ਹੋਇਆ ਜੇ ਉਹ ਰਿਸ਼ਤਾ ਨਹੀਂ ਜੁੜਿਆ? ਪਰ ਤੁਹਾਡੇ ਨਾਲ ਤਾਂ ਉਮਰ ਭਰ ਦਾ ਰਿਸ਼ਤਾ ਬਣ ਗਿਆ। ਬਾਕੀ ਭਾਬੀ, ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰਨਾ। ਨਹੀਂ ਭਰਾਵੋ, ਤੁਸੀਂ ਤਾਂ ਹੀਰੇ ਵੀ ਰਹੇ ਹੋ, ਮੈਨੂੰ ਸਾਰੀ ਗੱਲ ਦੱਸਤੀ ਮੋੜੀ ਨੇ। ਪਰ ਉਹਨਾਂ ਦਾ ਕੰਮ ਨਾ ਕਰ ਭਾਬੀ, ਫਿਰ ਐਵੇਂ ਸਾਡਾ ਵੀ ਮਨ ਖਰਾਬ ਹੁੰਦਾ। ਸਰਦਾਰ ਜੀ, ਤੁਹਾਡੇ ਬਿਨਾਂ ਜੀ ਨਹੀਂ ਲੱਗਣਾ। ਓਏ ਆਪਾਂ ਸ਼ਹਿਰ ਮਿਲੇ ਆਇਆ ਕਰਾਂਗੇ ਇਹਨਾਂ ਨੂੰ, ਇੱਥੇ ਨਹੀਂ ਬੈਠੋ ਵੀਰੇ।
ਲਵਲੀ ਉਹ ਕੁਖੇੜੀ ਵਾਲੇ ਢਿੱਲੋਂ ਦਾ ਫੋਨ ਆਇਆ ਕਿ ਨਹੀਂ ਨਹੀਂ ਕੋਈ ਫੋਨ ਨਹੀਂ ਆਇਆ ਮੇਰੀ ਤਾਂ ਕਿਸਮਤੀ ਪਿਛਲੇ 6 ਮਹੀਨੇ ਤੋਂ ਬਰਫ਼ 'ਚ ਲੱਗੀ ਪਈ ਹੈ ਤੇਰੀ ਤਾਂ ਪਿਛਲੇ 6 ਮਹੀਨੇ ਤੋਂ ਲੱਗੀ ਹੈ ਮੇਰਾ ਬੈਡ ਲੱਕ ਤਾਂ ਉਸ ਦਿਨ ਸ਼ੁਰੂ ਹੋ ਗਿਆ ਸੀ ਜਿਸ ਦਿਨ ਮੇਰੀ ਤੇਰੇ ਨਾਲ ਮੈਰਿਜ ਹੋਈ ਤੂੰ ਥੱਕਦੀ ਨਹੀਂ ਰੋਜ਼ ਰੋਜ਼ ਇੱਕੋ ਗੱਲ ਕਰਕੇ ਹੋਰ ਨਹੀਂ ਤਾਂ ਕੀ ਤੇਰੇ ਮਾਮ ਡੈਡ ਨੇ ਤਾਂ ਜ਼ਮੀਨ ਦਾ ਝੂਠ ਬੋਲ ਕੇ ਤੇਰੇ ਵਰਗਾ ਅਨਪੜ ਗਵਾਰ ਮੇਰੇ ਪੱਲੇ ਪਾਤਾ ਹੁਣ ਫਿਰ ਤੈਨੂੰ ਧੋਖਾ ਦੇਣ ਦੇ ਜੁਰਮ 'ਚ ਲੋਕਾਂ ਨਾਲ ਵੀ ਧੋਖੇ ਮੈਂ ਹੀ ਕਰ ਰਿਹਾ ਅੱਛਾ ਤੇ ਜਿਹੜਾ ਮੇਰਾ ਮਨੀ ਤੂੰ ਕੈਨੇਡਾ ਦੇ ਕੈਸੀਨੋਜ਼ ਵਿੱਚ ਉਡਾਇਆ ਉਹ ਮੈਂ ਤੇਰੇ ਥਰੂ ਹੀ ਪੂਰਾ ਕਰਾਂਗੀ ਨਾ ਘਰ ਵਾਲੇ ਨੂੰ ਕਜ਼ਨ ਬਣਾ ਕੇ ਹਨਾ ਲੱਗਦਾ ਆਪਣੇ ਦਿਨ ਭੋਗ ਗਏ ਹੁਣ ਸੁਣ ਲੈ ਜੇ ਇਹੋ ਕੰਡੀਸ਼ਨ ਰਹੀ ਨਾ ਮੈਂ ਕੈਨੇਡਾ ਵਾਪਸ ਚਲੇ ਜਾਣਾ ਮੈਂ ਕੈਨੇਡਾ ਵਾਪਸ ਚਲੇ ਜਾਣਾ ਬੜੀਆਂ ਫੈਕਟਰੀਆਂ ਚੱਲਦੀਆਂ ਨਾ ਤੇਰੀਆਂ ਉੱਥੇ ਨਾ ਇੱਥੇ ਤਾਂ ਤੂੰ ਮੇਰੇ ਲਈ ਨੋ ਛਾਪਣੀ ਮਸ਼ੀਨ ਲਵਾਈ ਨਾ ਫਿਰ ਉਹ ਲਾਈਓ ਸੀ ਹਾਂ ਖੇੜੀ ਵਾਲਿਆਂ ਦੀ ਕੁੜੀਓ ਨਹੀਂ ਕਾਬੂ ਆਈ ਇੱਕ ਆ ਬਾਏ ਬਾਏ ਇੰਡੀਆ ਵਾਲਾ ਦਲਜੀਤ ਇਹਦੀ ਪਤਾ ਨਹੀਂ ਕਿਵੇਂ ਗੁੱਡੀ ਚੜ ਗਈ ਇਹੀ ਬੈਠਾ ਆਪਣੇ ਜੋੜਾਂ 'ਚ ਇਹ ਬਾਏ ਬਾਏ ਇੰਡੀਆ ਵਾਲੇ ਦਾ ਪਤਾ ਕਰਨਾ ਪੈਣਾ ਕਰਾਂਗੇ ਪਰ ਸੇਫ ਰਹਿ ਕੇ ਲਿਟਲ ਮਿਸਟੇਕ ਸਿੱਧਾ ਗੋ ਜੇਲ ਪਲੀਜ਼ ਤੂੰ ਆਪਣੀ ਅੰਗਰੇਜ਼ੀ ਤੇ ਕਾਬੂ ਪਾ ਲੈ ਤੂੰ ਹੁਣ ਕਜ਼ਨ ਬਣ ਕੇ ਰਹਿਣਾ ਮੈਨੂੰ ਕਹਿ ਦੀ ਮੈਂ ਪਿੱਛੇ ਹਟਣ ਨਾਲ ਨਹੀਂ ਪਿਆਰ ਕਰਦਾ ਇਹਦੇ ਨਾਲ ਝੂਠਾ ਹੈ ਤੂੰ ਵਾਈ ਡਿਡ ਯੂ ਲਾਈ ਟੂ ਮੀ ਆਈ ਲਵਡ ਯੂ ਮੈਂ ਤੈਨੂੰ ਕਦੀ ਮਾਫ ਨਹੀਂ ਕਰਾਂਗੀ ਕੀ ਹੋਇਆ ਦਿਸ਼ੋ ਨੂੰ ਸਾਰਾ ਦਿਨ ਆਪਣੇ ਕਮਰੇ ਚ ਪਈ ਰਹਿੰਦੀ ਹੈ ਮੈਂ ਕੀਤੀ ਸੀ ਗੱਲ ਕਹਿੰਦੀ ਐਗਜ਼ਾਮ ਦੀ ਟੈਨਸ਼ਨ ਆ ਮੈਨੂੰ ਉਹਦੇ ਵਿਆਹ ਦੀ ਟੈਨਸ਼ਨ ਹੈ ਜੋ ਮੁੰਡੇ ਰੂਪ ਨੇ ਕਿਤੇ ਹੋਰ ਹਾਂ ਹੂ ਕਰਤੀ ਫੇਰ ਕੀ ਕਰਾਂਗੇ ਮੈਂ ਕਰਦੀ ਆ ਨਾ ਗੱਲ ਉਹਦੇ ਨਾਲ ਮੈਂ ਕਹਿੰਦਾ ਉਹਦੀ ਮੰਗਣੀ ਹੁਣੇ ਕਰ ਦੇਣੀ ਚਾਹੀਦੀ ਹੈ ਮੇਰੀ ਮੰਨੋ ਤਾਂ ਕੁੜੀ ਤੇ ਪ੍ਰੈਸ਼ਰ ਨਾ ਪਾਓ ਉਹਨੂੰ ਆਪ ਡਿਸੀਜਨ ਲੈਣ ਦਿਓ ਮੇਰੀ ਨਾ ਮੰਨੀ ਕਦੇ ਤੂੰ ਆਪਣੀ ਮਾਰੀ ਜਾਈ ਮਰਜ਼ੀ ਹੈ ਤੁਹਾਡੀ ਪ੍ਰੈਸ਼ਰ ਨਾ ਪਾਓ ਇੰਨਾ ਸੋਹਣਾ ਮੁੰਡਾ ਮਿਲਿਆ ਜੇ ਹੱਥੋਂ ਨਿਕਲ ਗਿਆ ਫੇਰ ਇਹੋ ਜਿਹੇ ਮੁੰਡੇ ਰੋਜ਼ ਰੋਜ਼ ਨਹੀਂ ਮਿਲਦੇ ਉੱਪਰੋਂ NRI ਇਹਨੂੰ ਕੀ ਫਰੋਲੀ ਜਾਂਦਾ ਦਿਮਾਗ ਨੂੰ ਫਰੋਲ ਸੋਚ ਕੁਛ ਕੀ ਫਰੋਲਾ ਦਿਮਾਗ ਦਾ ਦਿਮਾਗ ਦੇ ਤਾਂ ਸ਼ਟਰ ਬੰਦ ਆ ਜੰਦਰੇ ਲੱਗੇ ਆ ਦਿਲੋ ਦਿਮਾਗ ਚ ਕਰਫਿਊ ਲੱਗੇ ਕੁਛ ਨਹੀਂ ਦਿਸਦਾ ਇਸ ਵੇਲੇ ਇੱਕ ਕੰਮ ਕਰ ਕਿੰਦਰ ਨੂੰ ਫੋਨ ਲਾ ਕਿੰਡੀ ਜੋ ਵੀ ਹੈ ਉਹਨੂੰ ਕਹਿ ਇੱਕ ਵਾਰੀ ਦਿਸ਼ਾ ਨਾਲ ਗੱਲ ਕਰਾ ਦੇ ਮੇਰੇ ਤੋਂ ਨਹੀਂ ਲਾਇਆ ਜਾਂਦਾ ਕਿੰਡੀ ਨੂੰ ਫੋਨ ਉਹ ਬਾਰ ਬਾਰ ਬੇਇੱਜ਼ਤੀ ਕਰਦੀ ਇੰਨੀ ਬੇਇੱਜ਼ਤੀ ਨਹੀਂ ਮੇਰੇ ਤੋਂ ਕਰਾਈ ਜਾਂਦੀ ਆਹ ਲਾ ਲਾ ਜਿਹਨੂੰ ਪਾਗਲ ਹੈਲੋ ਹੈਲੋ ਤੁਸੀਂ ਕਿਉਂ ਫੋਨ ਕਰਦੇ ਰਹਿੰਦੇ ਕਿੰਦਰ ਨੂੰ ਬਦਤਮੀਜ਼ ਹੈ ਝੂਠਾਂ ਦੀ ਪੰਡ ਸਟੂਪਿਡ ਲੈ ਲੈ ਪ੍ਰਸ਼ਾਦ ਹੁਣ ਫ੍ਰੀ ਬਣਦੀ ਅਗਲੀ ਪ੍ਰਸ਼ਾਦ ਲੱਗਦੀ ਨਹੀਂ ਗਾਲਾ ਫੋਨ ਨਾ ਕਰਨਾ ਕਦੀ ਵੀ ਮਰ ਗਏ ਕਿੰਦਰ ਨਾ ਕਿੰਦਰ ਸੌਰੀ ਕਿੰਡੀ ਏਦਾਂ ਨਾ ਕਹਿ ਪਲੀਜ਼ ਹੈ ਫੋਨ ਰੱਖ ਦਿਓ ਜੰਮੇ ਕਟਾ ਦੇ ਪਤਾ ਕੀ ਹੈ ਕਿੰਡੀ ਉਹਨਾਂ ਆਪਣੀ ਸਹੇਲੀ ਨਾਲ ਇੱਕ ਵਾਰੀ ਰੂਪ ਨੂੰ ਮਿਲਾ ਦੇ ਵਿਚਾਰਾ ਬੈਠਾ ਮੇਰੇ ਕੋਲ ਬਹੁਤ ਬੁਰਾ ਹਾਲ ਹੈ ਮਰ ਜਾਣਾ ਵਿਚਾਰੇ ਨੇ ਜਿਹਦਾ ਨਾਂ ਵੀ ਲਿਆ ਨਾ ਦਿਸ਼ਾ ਕੋਲ ਉਹਨੇ ਮੈਨੂੰ ਮਾਰ ਦੇਣਾ ਉਹਨੂੰ ਪੁੱਛ ਇਹ ਦੱਸ ਦੇ ਚੱਲ ਇੰਨਾ ਹੀ ਦੱਸ ਦਿਓ ਹੈ ਕਿੱਥੇ ਇਸ ਵੇਲੇ ਦਿਸ਼ਾ ਮੈਂ ਕੀ ਦੱਸਾਂ ਮੈਨੂੰ ਫੋਨ ਨਾ ਕਰਨਾ ਹੁਣ ਮਿਸਟਰ ਜੁਗਾੜੀ ਫਰਾਡ ਨਾ ਹੋਵੇ ਤਾਂ ਓਕੇ ਲੈ ਲੈ ਛਣਕਣਾ ਤੂੰ ਅੱਜ ਹੀ ਜਾ ਕੇ ਕਿੰਦੀ ਨੂੰ ਮਿਲ ਮੇਰਾ ਦਿਲ ਕਹਿੰਦਾ ਤੂੰ ਉਹਨੂੰ ਮਨਾ ਲੇਗਾ ਆਇਆ ਮਤਲਬ ਟੈਲੀਫੋਨ ਤੇ ਬੇਇੱਜ਼ਤੀ ਘੱਟ ਹੋਈ ਹੈ ਹੁਣ ਲਾਈਵ ਜਾ ਕੇ ਬੇਇੱਜ਼ਤੀ ਕਰਾਵਾਂ ਮਾੜੇ ਵਕਤ ਚ ਯਾਰ ਹੀ ਇਹਨਾਂ ਦੇ ਕੰਮ ਆਉਂਦੇ ਆ ਸਿਰਫ ਕੈਂਡੀ ਮੈਨੂੰ ਦਿਸ਼ਾ ਨਾਲ ਮਿਲਾ ਸਕਦੀ ਹੈ ਲਾਸਟ ਟਾਈਮ
ਇਹ ਤੋਂ ਬਾਅਦ ਬੇਇੱਜ਼ਤੀ ਕਰਾਉਣ ਦੀ ਨੌਬਤ ਆਈ ਤੂੰ ਕਰਾਏਂਗਾ ਜਾ ਕੇ ਮੈਂ ਨਹੀਂ ਕਰਾਉਂਦਾ ਥੈਂਕ ਯੂ ਵੀਰੇ ਕਿੰਦੇ ਦੇਖ ਲੈ ਯਾਰ ਬੰਦਾ ਤਾਂ ਮੈਂ ਉਹੀ ਆ ਨਾ ਬਸ ਯੂਕੇ ਵਾਲਾ ਟੈਗ ਹੀ ਨਕਲੀ ਸੀਗਾ ਇਹੀ ਤਾਂ ਗੜਬੜ ਹੈ ਮੇਰੇ ਚ ਕੋਈ ਗੜਬੜ ਤਾਂ ਨਹੀਂ ਨਾ ਮੈਂ ਬੰਦਾ ਤਾਂ ਨਹੀਂ ਨਾ ਮਾੜਾ ਹੈਗਾ ਬੰਦਾ ਤਾਂ ਚੰਗਾ ਹੈ ਪਰ ਹੈ ਇੱਧਰ ਨਾ 100% ਇੱਧਰ ਪਰ ਮੈਨੂੰ 100% ਐਨ ਆਰ ਆਈ ਚਾਹੀਦਾ ਮੈਂ ਤਾਂ ਤੈਨੂੰ ਪਿਆਰ ਹੀ ਤਾਂ ਹੀ ਕੀਤਾ ਸੀ ਬੰਦਾ ਤੂੰ ਚਾਹੇ ਜਿਹੋ ਜਿਹੀ ਮਰਜ਼ੀ ਹੁੰਦਾ ਪਰ ਉਹ ਤਾਂ ਲਾਉਣਾ ਚਾਹੀਦਾ ਸੀ ਮਤਲਬ ਕਲੀਅਰ ਕੱਟ ਫੰਡਾ ਹੈ ਕਿੰਦਰ ਦਾ ਪਿਆਰ ਤੇ ਵਿਆਹ ਉਹਦੇ ਨਾਲ ਹੋ ਜਿਹੜਾ ਉਹਨੂੰ ਬਾਹਰ ਲੈ ਕੇ ਜਾਓ ਆਹੀ ਮਸਲਾ ਹੈ ਆਹੀ ਨਹੀਂ ਸਿਰਫ ਇਹੀ ਲੈ ਇਹ ਕਿਹੜੀ ਗੱਲਾਂ ਚੋਂ ਗੱਲ ਹੈ ਸਾਲ ਦਾ 150 ਬੰਦਾ ਮੈਂ ਬਾਹਰ ਨੂੰ ਭੇਜਦਾ ਆਪਾਂ ਆਪ ਜਾ ਕੇ ਵੀ ਬਾਹਰ ਸੈਟਲ ਹੋ ਜਾਾਂਗੇ ਬਾਅਦ ਚ ਕਿਹੜੀ ਗੱਲਾਂ ਚੋਂ ਗੱਲ ਹੈ ਤੂੰ ਝੂਠ ਤਾਂ ਨਹੀਂ ਬੋਲ ਰਿਹਾ ਨਾ ਨਾ ਆ ਦੇਖ ਮੇਰੇ ਆ ਮਾਂ-ਬਾਪ ਦੀਆਂ ਰੂਹਾਂ ਮੈਨੂੰ ਉੱਪਰੋਂ ਵੇਖ ਰਹੀਆਂ ਪੁੱਛ ਲੈ ਮੈਂ ਕਦੇ ਜ਼ਿੰਦਗੀ ਝੂਠ ਬੋਲਿਆ ਸੌਂ ਲੱਗੇ ਭਾਵੇਂ ਪਾਪਾਈ ਦੀ ਕਦੇ ਝੂਠ ਬੋਲਿਆ ਨੈਵਰ ਠੀਕ ਹੈ ਮੈਂ ਤੈਨੂੰ ਇੱਕ ਵਾਰੀ ਮਾਫ ਕੀਤਾ ਪਰ ਗੱਲ ਤਾਂ ਬਣੂ ਜੇ ਤੂੰ ਮੈਨੂੰ ਬਾਹਰ ਲੈ ਕੇ ਜਾਏਂਗਾ ਤਾਂ ਚਾਹ ਪੀਏਂਗਾ ਪੀਤੀ ਤੇ ਨਹੀਂ ਕਦੀ ਵੈਸੇ ਪਰ ਅੱਜ ਮੈਂ ਮਨਾ ਨਹੀਂ ਕਰ ਸਕਦਾ ਪੀ ਲਾਂਗੇ ਚੱਲ ਦਿਸ਼ਾ ਮੈਂ ਮੰਨਦਾ ਮੈਂ ਗਲਤ ਕੀਤਾ ਪਰ ਜੋ ਵੀ ਕੀਤਾ ਤੈਨੂੰ ਪਾਉਣ ਲਈ ਕੀਤਾ ਦਿਸ਼ਾ ਦਿਸ਼ਾ ਮੇਰੀ ਗੱਲ ਤਾਂ ਸੁਣ ਦਿਸ਼ਾ ਪਲੀਜ਼ ਇੰਨੀ ਵੱਡੀ ਸਜ਼ਾ ਤਾਂ ਨਾ ਦੇ ਮੈਨੂੰ ਪਲੀਜ਼ ਪਲੀਜ਼ ਦਿਸ਼ਾ ਦਿਸ਼ਾ ਤੂੰ ਪਹਿਲੀ ਤੇ ਆਖਰੀ ਕੁੜੀ ਹੈ ਜਿਹਦੇ ਮੈਂ ਹਾੜੇ ਕੱਢ ਰਿਹਾ ਮੈਡਮ ਯੈਸ ਪਿਆਰ ਕਰਨਾ ਕੋਈ ਬੁਰੀ ਗੱਲ ਹੈ ਨਹੀਂ ਨਹੀਂ ਕੌਣ ਕਹਿੰਦਾ ਸੁਣਿਆ ਦਿਸ਼ਾ ਬਾਈ ਜੀ ਕਿਸੇ ਨੂੰ ਪਾਣੀ ਝੂਠ ਬੋਲਣਾ ਪਾਪ ਹੈ ਛੋਟਾ ਮੋਟਾ ਤਾਂ ਝੂਠ ਚੱਲਦਾ ਹੈ ਕਾਕਾ ਮੈਡਮ ਜੇ ਦਿਲੋਂ ਕੋਈ ਸੌਰੀ ਕਵੇ ਮਾਫ ਕਰਨਾ ਚਾਹੀਦਾ ਕਿ ਨਹੀਂ ਮੈਂ ਤਾਂ ਕਰ ਦਾਂਗੀ ਸੁਣਿਆ ਸੁਣਿਓ ਬਾਈ ਜੀ ਸੁਣ ਸਕਦਾ ਬਾਈ ਜੀ ਪਲੀਜ਼ ਬੇਨਤੀ ਸੁਣੋ ਮੈਡਮ ਇਸ ਬੀਬੀ ਨੂੰ ਮੈਂ ਪਿਆਰ ਕਰਦਾ ਇੱਕ ਛੋਟਾ ਜਿਹਾ ਝੂਠ ਬੋਲਿਆ ਸੀ ਮੈਂ ਕਿਸੇ ਲਾਲਚ ਚ ਨਹੀਂ ਇਹਨੂੰ ਪਾਉਣ ਲਈ ਉਹ ਵੀ ਇਹਦੇ ਡੈਡੀ ਕਰਕੇ ਤੇ ਅੱਜ ਮੈਂ ਤੋਂ ਮਾਫੀ ਮੰਗਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਲੈ ਆ ਲੈ ਮਾਫ ਕਰ ਦੇ ਮੈਨੂੰ ਮੈਂ ਤੇਰਾ ਗੁਨਹਗਾਰ ਹਾਂ ਬਹੁਤ ਹੋ ਗਿਆ ਹੁਣ ਤੂੰ ਇਹ ਡਰਾਮਾ ਬੰਦ ਕਰੇਗਾ ਕਿ ਨਹੀਂ ਹੱਦ ਹੈ ਯਾਰ ਮੇਰੀ ਜ਼ਿੰਦਗੀ ਦਾ ਸਵਾਲ ਹੈ ਤੂੰ ਡਰਾਮਾ ਕਹੀ ਜਾਨੀ ਤੂੰ ਚਾਹੁੰਦਾ ਕੀ ਹੈ ਤੈਨੂੰ ਚਾਹੁੰਦਾ ਤੇ ਆਪਣੀ ਗਲਤੀ ਦੀ ਮਾਫੀ ਚਾਹੁੰਦਾ ਝੂਠਾ ਹੈ ਤੂੰ ਡਰਾਮੇਬਾਜ਼ ਹੈ ਧੋਖਾ ਦਿੱਤਾ ਮੈਨੂੰ ਮੇਰੇ ਕੋਲ ਹੋਰ ਚਾਰਾ ਨਹੀਂ ਸੀਗਾ ਮੇਰੇ ਘਰਦਿਆਂ ਨਾਲ ਗੱਲ ਕਰ ਲੈਂਦਾ ਮੇਰਾ ਹੱਥ ਮੰਗਦਾ ਬੰਦਿਆਂ ਮੰਗਿਆ ਸੀ ਮੇਰੇ ਡੈਡ ਨੇ ਤੇਰੇ ਡੈਡ ਨੂੰ ਫੋਨ ਵੀ ਕੀਤਾ ਸੀ ਉਹ ਕਹਿੰਦੇ ਸਾਨੂੰ ਐਨ ਆਰ ਆਈ ਮੁੰਡਾ ਚਾਹੀਦਾ ਝੂਠ ਬੋਲਦਾ ਤੂੰ ਸੌਣ ਲੱਗੇ ਮੈਨੂੰ ਮੈਨੂੰ ਮੇਰੀ ਮਾਂ ਦੀ ਸੌਂ ਉਡੀਕਾਂਗਾ ਕੱਲ ਤੈਨੂੰ ਬੰਬੀ ਤੇ ਮੈਨੂੰ ਯਕੀਨ ਸੀ ਮੇਰੀ ਉਡੀਕ ਖਾਲੀ ਨਹੀਂ ਜਾਊਗੀ ਮੈਨੂੰ ਅਜੇ ਵੀ ਤੇਰੇ ਤੇ ਯਕੀਨ ਨਹੀਂ ਹੈ ਜੇ ਯਕੀਨ ਨਾ ਹੁੰਦਾ ਤੂੰ ਇੱਥੇ ਨਹੀਂ ਆਉਂਦੀ ਮੈਂ ਸਿਰਫ ਆਪਣਾ ਫੈਸਲਾ ਸੁਣਾਉਣਾ ਹੀ ਹਾਂ ਤੂੰ ਤੇ ਮੈਂ ਕੌਣ ਹੁੰਦੇ ਫੈਸਲਾ ਕਰਨ ਵਾਲੇ ਸਾਡਾ ਫੈਸਲਾ ਤਾਂ ਰੱਬ ਨੇ ਕਰਤਾ ਹੈ ਸਾਰੀ ਉਮਰ ਇਕੱਠਿਆਂ ਰਹਿਣ ਦਾ ਮੈਂ ਇੱਦਾਂ ਮਗਰ ਲੱਗਣ ਵਾਲੀ ਨਹੀਂ ਹਾਂ ਤੈਨੂੰ ਮਗਰ ਲੱਗਣ ਨੂੰ ਕੌਣ ਕਹਿੰਦਾ ਹੈ ਅਸੀਂ ਹੈਗੇ ਹਾਂ ਤੇਰੇ ਪਿੱਛੇ ਪਿੱਛੇ
ਕਲਨ ਦਾ ਪੀਰ ਹੈ ਤੂੰ, ਝੂਠਾ ਹੈ, ਸਿਰੇ ਦਾ ਡਰਾਮੇਬਾਜ਼। ਬਹੁਤ ਰੁਆਇਆ ਮੈਨੂੰ। ਤੂੰ ਕੱਲੀ ਤਾਂ ਨਹੀਂ ਰੋਈ, ਮੈਂ ਵੀ ਤਾਂ ਰੋਇਆ ਤੇਰੇ ਨਾਲ। ਇੱਕ ਵਾਰ ਤਾਂ ਮਨ ਚ ਆਇਆ ਮਰੀ ਜਾਵਾਂ, ਹੁਣ ਜੋਕੀ ਕੀ ਕਰਦਾ? ਤੂੰ ਦੱਸ ਮੈਂ ਕੀ ਕਰਦਾ? ਤੇਰੇ ਡੈਡੀ ਨੂੰ ਇੱਕ ਕਿਨਾਰੇ ਮੁੰਡੇ ਚਾਹੀਦਾ ਸੀ। ਜੇ ਮੈਨੂੰ ਕੁਛ ਹੋ ਜਾਂਦਾ? ਇਹ ਥੋੜਾ ਕੱਲਿਆਂ ਜਾਣ ਦੇਣਾ ਸੀ ਤੈਨੂੰ। ਬਹੁਤ ਰੁਆਇਆ ਮੈਨੂੰ, ਹੁਣ ਛੱਡ ਕੇ ਨਾ ਜਾਈ। ਚੰਗੀ ਭਲੀ ਕੁੜੀ ਨੂੰ ਵਿਗਾੜ ਕੇ ਰੱਖਦਾ ਇਸ ਬਦਮਾਸ਼ ਨੇ। ਜੋ ਮਰਜ਼ੀ ਕਹਿ ਲੈ, ਹੁਣ ਤੂੰ ਸਾਡੀ ਬੇਗਮ ਤੇ ਅਸੀਂ ਤੇਰੇ ਚਾਕਰ। ਇੱਥੇ ਤੁਸੀਂ ਆਪਣਾ ਨੇਮ ਫਿਲ ਕਰਨਾ, ਇੱਥੇ ਐਡਰੈਸ, ਓਕੇ? ਆ ਗਈ ਨਾ ਸਮਝ? ਓਕੇ ਮੈਮ। ਐਕਸਕਿਊਜ਼ ਮੀ ਸਰ, ਸਰ ਇੱਕ ਮੈਡਮ ਤੇ ਇੱਕ ਸਰ ਤੁਹਾਨੂੰ ਮਿਲਣ ਲਈ ਆਏ ਬੈਠੇ ਨੇ ਤੁਹਾਡੇ ਆਫਿਸ 'ਚ। ਮੈਡਮ ਤੇ ਸਰ ਜੀ, ਇਹਦਾ ਮਤਲਬ ਕਿੰਡੀ ਆਪਣੇ ਡੈਡੀ ਨੂੰ ਲੈ ਕੇ ਪਹੁੰਚ ਵੀ ਗਈ ਹੈ। ਹੈ ਬੜੀ ਇੰਟੈਲੀਜੈਂਟ ਹੈ ਯਾਰ, ਕੰਮ ਕਰੋ। ਓਕੇ ਓਕੇ ਸਰ। ਹਾਂਜੀ ਦੱਸੋ। ਸਤਿ ਸ਼੍ਰੀ ਅਕਾਲ, ਹੋ ਗਈ, ਅੱਗੇ ਦੱਸੋ। ਹੈਲੋ ਰਹਿ ਸੀ, ਟੇਕ ਮਾਈ ਹੈਲੋ ਐਂਡ ਲੋਟਸ ਆਫ ਇੰਟਰੋ। ਦਾਸ ਨੂੰ ਮਿੰਟੂ ਕਹਿੰਦੇ ਆ। ਕੌਣ ਕੌਣ ਕਹਿੰਦਾ ਦੱਸੋ, ਆਪਾਂ ਗੱਲ ਕਰ ਲੈਂਦੇ ਹਾਂ। ਕਿਹੜੀ ਗੱਲ? ਉਹ ਨੋਟ 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 ਮੀ ਮਹਿੰਦਰਪਾਲ ਸਿੰਘ, ਦਾਦੀ ਜੀ ਪਿਆਰ ਨਾਲ ਮੈਨੂੰ ਮਿੰਦੂ ਮਿੰਦੂ ਕਹਿੰਦੇ ਆ। ਵੈਸੇ ਵੈਨ ਆਈ ਵਾਜ਼ ਵੇਗ ਦੈਨ ਪੂਆ ਸੈਡ ਮੀ ਮਿੰਟੂ। ਦ ਅਨਦਰ ਥਿੰਗ ਇਜ਼, ਐਕਸਕਿਊਜ਼ ਮੀ, ਜੇ ਨਾਂ ਦੀ ਵਿਆਖਿਆ ਇੰਨੀ ਜ਼ਿਆਦਾ ਹੁੰਦੀ ਤਾਂ ਘੱਟੋ ਘੱਟ ਇਹਨਾਂ ਦਾ ਨਾਂ ਨਾ ਮੈਨੂੰ ਦੱਸਿਓ। ਨਾਓ ਆਈ ਵਿਲ ਟੈਲ ਯੂ ਮਾਈ ਨੇਮ, ਇਟਸ ਲਵਲੀ। ਓਹ ਲਵਲੀ, ਸ਼ਾਰਟ ਐਂਡ ਸਵੀਟ। ਹੈਲੋ, ਵੈਸੇ ਸਾਡਾ ਕਾਰੋਬਾਰ ਵੀ ਸੇਮ ਹੀ ਹੈ। ਜੋ ਦੇ ਤੁਸੀਂ ਇਸ ਕਾਰੋਬਾਰ ਚ ਆਏ ਹੋ, ਸਾਡਾ ਨੁਕਸਾਨ ਬਹੁਤ ਹੋਇਆ। ਦ ਲੋਟਸ ਆਫ ਡਿਫੀਕਲਟੀਜ਼ ਇਨ ਔਨ ਫਰੰਟ ਆਫ ਅਸ ਐਕਚੁਅਲੀ। ਯੈਸ, ਆਈਲੈਂਡਸ ਤੋਂ ਤਾਜ਼ੇ ਤਾਜ਼ੇ ਫੇਲ ਹੋਏ ਲੱਗਦੇ। ਡੇਢ ਕ ਬੈਂਡ ਆ ਗਿਆ ਸੀ ਕਿ ਨਹੀਂ? ਐਕਚੁਅਲੀ ਇਹਨਾਂ ਦਾ ਕਹਿੰਦਾ ਮਤਲਬ ਹੈ ਕਿ ਆਪਾਂ ਮਿਲ ਕੇ ਲੋਟਸ ਆਫ ਮਨੀ ਅਰਨ ਕਰ ਸਕਦੇ ਹਾਂ। ਵਾਟ ਡੂ ਯੂ ਥਿੰਕ? 50-50 ਲੋਟਸ ਆਫ ਪ੍ਰੋਫਿਟ। ਮਤਲਬ? ਮਤਲਬ ਹੈ ਕਿ 10 ਦੋ ਬਾਰ ਭੇਜਾਂਗੇ ਤੇ ਬਾਕੀ ਰਾਮ ਨਾਮ ਸੱਤ ਹੈ। ਸਿੰਪਲ। ਨਹੀਂ ਤੁਸੀਂ ਕੀ ਸੋਚ ਕੇ ਮੇਰੇ ਆਫਿਸ ਦੇ ਵਿੱਚ? ਆਹੀ ਵੀ ਸਰਦਾਰ ਨੂੰ ਬੁਲਾ ਲਾਂਗੇ, ਡੀਲ ਵੀ ਫੀਲ ਗੁੱਡ ਹੋ ਜੂ। ਹੋਰ ਕੀ? ਯੈਸ। ਨਹੀਂ ਡੀਲ ਦਾ ਤਾਂ ਮੈਨੂੰ ਪਤਾ ਨਹੀਂ, ਪਰ ਜਦੋਂ ਮੈਂ ਲੋਟਸ ਆਫ ਜੁੱਤੀਆਂ ਮਾਰੀਆਂ ਨਾ ਤੇਰੇ, ਤੂੰ ਬੜਾ ਬੈਡ ਫੀਲ ਕਰੇਗਾ। ਆ ਲਵਲੀ ਬੀਬੀ ਦਾ ਲਿਹਾਜ਼ ਕਰ ਰਿਹਾ ਮੈਂ, ਵਰਨਾ ਤੇਰੇ ਵਰਗਾ ਤੇ ਹੁਣ ਤੱਕ ਗੰਜਾ ਕੀਤਾ ਹੁੰਦਾ ਮੈਂ। ਓ ਹੈਲੋ ਸਰਦਾਰ, ਕਾਇੰਡ ਬਣਨ ਦੀ ਕੋਸ਼ਿਸ਼ ਨਾ ਕਰ, ਬ੍ਰੇਨ ਯੂਜ਼ ਕਰ, ਲੋਟਸ ਆਫ ਨੁਕਸਾਨ ਹੋ ਜਾਣਾ ਤੇਰਾ। ਆਪਣੀ ਲੱਕ ਨੂੰ ਕਦੇ ਵੀ ਆਪਣੇ ਹੱਥੀ ਲੋਕ ਨਹੀਂ ਲਾਈਦਾ ਹੁੰਦਾ। ਹਾਂ ਮਤਲਬ ਤੂੰ ਹੱਥ ਹੌਲਾ ਕਰਾਏ ਬਿਨਾ ਇੱਥੋਂ ਜਾਣਾ ਨਹੀਂ। ਕੂਲ ਮਿਸਟਰ, ਕੂਲ ਕੂਲ, ਜੇ ਡੀਲ ਮਨਜ਼ੂਰ ਨਹੀਂ ਤਾਂ ਨਾ ਸਹੀ। ਚਲ ਮੈਂ ਟੂ ਅਸੀਂ ਚਲਦੇ ਹਾਂ। ਕਾਲੀ ਵੀ ਕਾਦੀ ਹੈ, ਤੁਸੀਂ ਐਂ ਕਰੋ ਚਾਹ ਮੰਗਾ ਲਓ, ਕਈ ਵਾਰੀ ਬੰਦੇ ਦਾ ਨਾ ਮਨ ਬਦਲ ਜਾਂਦਾ ਹੈ। ਨੋ ਪ੍ਰੋਬਲਮ। ਬੈਲ ਬੜੀ ਥੱਲੇ ਲਵਾਈ ਹੈ ਤੇਰੇ ਵਾਸਤੇ, ਤਾਂ ਪਹਿਲਾਂ ਦੁੱਧ ਚਪਾਤੀ ਪਵਾ ਹੀ ਲਵਾਂ ਮੈਂ। ਓ ਯੂ ਲਵ ਕ੍ਰਿਕਟ ਹੈ ਨਾ, ਚਲੋ ਬਾਲ ਲੈ ਕੇ ਆਈਏ, ਕਿਸੇ ਦਿਨ ਫੇਰ ਖੇਡਾਂਗੇ ਵੀਰ ਜੀ। Nice meeting. You'll come sometime, huh? Me permanent. Follow me. Chal. Shut up, sweet. Ow. Ow. ਹਾਂਜੀ ਸਰਦਾਰ ਜੀ, ਕਿੱਥੇ ਪਹਿਲਾਂ ਪਈ ਜਾਂਦੇ ਹੋ? ਪਹਿਲਾਂ ਸਵਾਹ ਪਾਣੀ ਹੈ, ਫਿਰ ਖੰਭ ਝੜੇ ਪਏ ਨੇ, ਤੈਨੂੰ ਪਤਾ ਹੀ ਹੈ। ਬੈਟਰੀ ਚਾਰਜ ਕਰ ਲੈ ਹਾਰਡ ਦੀ, ਗੱਡੀ ਰਾਤ ਚੜ ਗਈ ਹੈ, ਸਭ ਕੁਝ ਸੈਟਲ ਹੋ ਗਿਆ। ਕੀ ਸੌਖਾ ਵੱਡੇ ਬਾਬੇ ਦੀ? ਉਹ ਦਮ ਰੱਖ, ਮਿਲ ਕੇ ਦੱਸਦਾ ਸਾਰਾ ਕੁਝ। ਇਨਵੀਟੇਸ਼ਨ ਆਇਆ ਜੋਤੀ ਦੀ ਮੈਰਿਜ ਐਨਵਰਸਰੀ ਦਾ। ਇਹ ਜੋਤੀ ਉਹੀ ਨੀ ਜਿਹਦੇ ਕਰਕੇ ਆਪਣੀ ਗਾਨੀ ਦੇ ਮਣਕੇ ਖਿੰਡ ਗਏ ਸੀ? ਆਹੋ ਉਹੀ, ਅੱਜ ਉਹਦੇ ਹੀ ਫੰਕਸ਼ਨ ਤੇ ਸਾਰੇ ਮਣਕੇ ਦੁਬਾਰਾ ਤੋਂ ਪਰੋ ਦੇਣੇ ਆ। ਤੇ ਗੱਲ ਸੁਣ, ਟੌਰ ਕੱਟ ਕੇ ਆਈ, ਐਵੇਂ ਨਾ ਕਿਤੇ ਲੱਸੀ ਕਰਾ ਦੇਈਂ। ਓ ਜੀ ਓ ਪੁੱਤਰਾ, ਖੁਸ਼ ਕੀਤਾ ਈ। ਇਹਨਾਂ ਮਜ਼ਾ ਆ ਰਿਹਾ ਸੀ ਨਾ, ਮੈਨੂੰ ਲੱਗ ਰਿਹਾ ਸੀ ਜਿੱਦਾਂ ਮੈਂ ਆਪਣੇ ਵਿਆਹ ਦੇ ਵਿੱਚ ਹੀ ਭੰਗੜਾ ਪਾ ਰਿਹਾ। ਸੱਚ ਦੱਸਾਂ, ਫੀਲਿੰਗ ਮੈਂ ਵੀ ਇਹੀ ਲੈ ਰਹੀ ਸੀ। ਚੱਕੋ ਫਿਰ ਤਿਆਰੀ, ਪ੍ਰੋਬਲਮ ਕੀ ਹੈ? ਕਿਉਂ ਮੈਡਮ, ਕਦੋਂ ਪਾਣਾ ਸ਼ਗਨਾਂ ਦਾ ਜੋੜਾ? ਇੰਨਾ ਸੌਖਾ ਨਹੀਂ। ਕਿਉਂ, ਹੁਣ ਕੀ ਪ੍ਰੋਬਲਮ ਹੈ? ਹਾਈ ਕੋਰਟ ਰੈਡੀ ਹੈ ਤਾਂ? ਪਰ ਸੁਪਰੀਮ ਕੋਰਟ ਨਹੀਂ ਰੈਡੀ। ਸੁਪਰੀਮ ਕੋਰਟ? ਮੇਰੇ ਪਾਪਾ। ਚੱਕ ਕੇ ਦੱਸ ਦੇ ਆਪਣੇ ਪਾਪਾ ਨੂੰ ਸਾਰਾ ਕੁਝ। ਮੈਂ ਆਪਣੇ ਪਾਪਾ ਨੂੰ ਤੁਹਾਡੇ ਬਾਰੇ ਦੱਸਾਂ? ਹੋਰ ਤੁਹਾਡਾ ਤਾਂ ਪਤਾ ਨਹੀਂ, ਮੈਨੂੰ ਕੈਨੇਡਾ ਤੋੜ ਦੇਣਾ ਪਾਪਾ ਨੇ। ਕਿਹੜਾ ਕੈਨੇਡਾ? ਕੋਈ ਹੈ ਕੈਨੇਡਾ ਤੋਂ,
ਪਾਪਾ ਨੇ ਉਹਨੂੰ ਵੀ ਹੋਲ ਤੇ ਰੱਖਿਆ ਹੋਇਆ ਹੈ। ਬੜਾ ਸਕੀਮੀ ਹੈ ਤੇਰਾ ਬੋੜਾ। ਐਕਸਕਿਊਜ਼ ਮੀ, ਤਮੀਜ਼ ਨਾਲ। ਓਕੇ ਸੌਰੀ, ਆਪ ਜੀ ਪਲੀਜ਼ ਜਾ ਕੇ ਆਪਣੇ ਪਾਪਾ ਜੀ ਨੂੰ ਮਨਾਓ, ਐ ਗੱਲ ਨਹੀਂ ਬਣਨੀ। ਤੁਸੀਂ ਕੁਝ ਕਰੋ ਨਾ, ਮੈਨੂੰ ਡਰ ਲੱਗਦਾ, ਮੈਂ ਨਹੀਂ ਕਰ ਸਕਦੀ। ਲੈ ਅਸੀਂ ਕਿਵੇਂ ਜਾ ਕੇ ਦੱਸ ਸਕਦੇ ਹਾਂ ਤੇਰੇ ਪਾਪਾ ਨੂੰ ਕਿ ਅਸੀਂ ਫਰਾਡ ਕੀਤਾ ਉਹਨਾਂ ਦੇ ਨਾਲ? ਨਹੀਂ ਨਹੀਂ, ਮੁੰਡੇ ਵਾਲੇ ਵੈਸੇ ਵੀ ਜਾਂਦੇ ਨਹੀਂ ਚੰਗੇ ਲੱਗਦੇ, ਨਾਲੇ ਜਿੱਦਾਂ ਦਾ ਗੁੱਸਾ ਹੈ ਨਾ ਤੇਰੇ ਡੈਡੀ ਦਾ, ਉਹਨਾਂ ਤੇ ਡਾਂਗ ਦੀ ਲੋੜ ਨਹੀਂ, ਉਹਨਾਂ ਮੁੱਛਾਂ ਨਾਲ ਹੀ ਕੁੱਟ ਕੁੱਟ ਕੇ ਮਾਰ ਦੇਣਾ ਸਾਨੂੰ। ਤੇ ਹੋਰ ਸਾਰਾ ਦਿਨ ਅਖਬਾਰ ਚ ਵੜੇ ਰਹਿੰਦੇ ਹੋ ਨਾ, ਕਦੇ ਕੁੜੀ ਦੀ ਵੀ ਸਾਰ ਲੈ ਲਿਆ ਕਰੋ, ਮਸੇ ਇੱਕ ਦਿਨ ਵਾਸਤੇ ਆਈ ਹੈ ਮੇਰੀ ਧੀ। ਕਿੱਥੇ ਮੇਰੀ ਦਿਸ਼ੂ? ਉੱਥੇ ਕਿਉਂ ਖੜੀ ਪੁੱਤ? ਆ ਜਾ ਇੱਥੇ, ਆ ਜਾ ਬਹਿ ਜਾ। ਹੈ ਕਮਲੀ, ਮੈਂ ਤੇਰੇ ਨਾਲ ਗੱਲ ਕਰਨੀ ਸੀ। ਪਾਪਾ ਮੈਂ ਵੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਉਹ ਤੇਰੀ ਸੁਣਦੇ ਆ, ਪਹਿਲਾਂ ਆ ਦੇਖ ਅਖਬਾਰ ਦੀ ਸੁਣ, ਆ ਦੇਖ ਦੁਨੀਆਂ ਦਾ ਹਾਲ। ਵਿਦੇਸੀ ਲਾੜਾ ਨਿਕਲਿਆ ਦੇਸੀ ਹੈ ਕਿਵੇਂ? ਉਹ ਰੂਪਨਗਰ ਚ ਕਿਸੇ ਨੇ ਕੁੜੀ ਦਾ ਵਿਆਹ ਕੀਤਾ, ਕਹਿੰਦੇ ਜੀ ਮੁੰਡਾ ਅਮਰੀਕਾ ਤੋਂ ਹੈ ਪਰ ਨਿਕਲਿਆ ਮੋਹਾਲੀ ਤੋਂ। ਵਾਹਿਗੁਰੂ ਵਾਹਿਗੁਰੂ ਨਾ, ਇਹੋ ਜਿਹਿਆਂ ਨੂੰ ਤਾਂ ਥਾਣੇ ਦੇਣਾ ਚਾਹੀਦਾ। ਥਾਣੇ? ਮੈਂ ਗੋਲੀ ਮਾਰ ਦਿੰਦਾ ਸਾਲੇ ਇਹੋ ਜਿਹਿਆਂ ਨੂੰ। ਸ਼ਰਮ ਆਈ ਛੱਡਤੀ ਲੋਕਾਂ ਨੇ, ਕਿਸੇ ਦੀ ਧੀ ਭੈਣ ਦੀ ਜ਼ਿੰਦਗੀ ਖਰਾਬ ਕਰਨ ਵੇਲੇ ਸੋਚਦੇ ਹੀ ਨਹੀਂ ਕੁਛ, ਧੀ ਵਾਲੇ ਵੀ ਰਿਸ਼ਤਾ ਕਰਨ ਵੇਲੇ ਅੱਖਾਂ ਮੀਚ ਲੈਂਦੇ ਆ। ਚੱਲ ਛੱਡ, ਤੂੰ ਦੱਸ ਤੂੰ ਕੀ ਕਹਿ ਰਹੀ ਸੀ? ਮੈਂ ਕਹਿ ਰਹੀ ਸੀ ਕਿ ਤੁਸੀਂ ਨਾ ਮੇਰੀ ਟੈਨਸ਼ਨ ਨਾ ਲਿਆ ਕਰੋ। ਉਹ ਤਾਂ ਤੂੰ ਤਾਂ ਮੇਰੀ ਟੈਨਸ਼ਨ ਦੂਰ ਕਰਤੀ। ਦੱਸ ਕਦੋਂ ਬੁਲਾਵਾਂ ਯੂਕੇ ਵਾਲਿਆਂ ਨੂੰ? ਜਿਵੇਂ ਤੁਹਾਨੂੰ ਠੀਕ ਲੱਗੇ ਪਾਪਾ, ਤੁਹਾਡੀ ਮਰਜ਼ੀ। ਮੈਂ ਕੀ ਕਹਿ ਸਕਦੀ ਹਾਂ ਪਾਪਾ, ਚਾਹ ਪੀਓਗੇ? ਮੈਂ ਤੁਹਾਡੀ ਚਾਹ ਭੇਜਦੀ ਹਾਂ। ਆਈ ਦੇਖਿਆ ਕਿੰਨੀ ਸਿਆਣੀ ਹੈ ਮੇਰੀ ਧੀ, ਸਿੱਖ ਲੈ ਕੁਝ ਉਦੋਂ। ਨਾ ਕਦੇ ਆਪ ਵੀ ਸਿੱਖ ਲੋ ਕੁਛ, ਸਾਰੀ ਉਮਰ ਦੂਜਿਆਂ ਨੂੰ ਸਿਖਾਉਣ ਸੀ ਕੱਢਤੀ। ਤੂੰ ਸਿੱਧੀ ਗੱਲ ਨਾ ਕਰੀ ਕਦੇ, ਤੇਰੇ ਕਰਕੇ ਮੈਂ ਜਰਮਨ ਛੱਡ ਦਿੱਤਾ, ਪਰ ਤੂੰ ਆਪਣੀ ਕੀ ਕਢਾਇਆ ਨਾ ਛੱਡੀ। ਆਪਣੇ ਤੋਂ ਅਮੀਰ ਕੁੜੀ ਨਾਲ ਵਿਆਹ ਕਰਨਾ ਹੀ ਨਹੀਂ ਚਾਹੀਦਾ ਜੀ, ਸੁਣਦੀ ਹੀ ਨਹੀਂ। ਮੈਂ ਆਪਣੇ ਪਾਪਾ ਨੂੰ ਅਸਲੀਅਤ ਨਹੀਂ ਦੱਸ ਸਕਦੀ, ਉਹਨਾਂ ਨੇ ਤੁਹਾਨੂੰ ਦੋਨਾਂ ਨੂੰ ਗੋਲੀ ਮਾਰ ਦੇਣੀ ਹੈ। ਦੋਵਾਂ ਨੂੰ ਕਿਹੜੀ ਗੱਲੋਂ? ਗਲਤੀ ਇਹਦੀ, ਮੈਂ ਤੇ ਐਵੇਂ ਹੀ ਵਿੱਚ ਲਪੇਟੇ ਜੀ ਆ ਗਿਆ। ਟੱਪੀ ਜਾਨਾ ਹੈ, ਆਈਡੀਆ ਤਾਂ ਤੇਰਾ ਹੀ ਸੀ ਨਾ, ਯੂਕੇ ਵਾਲੇ ਬਣ ਕੇ ਜਾਓ ਲੱਗ ਮੂਰੇ ਹੁਣ। ਸੌਰੇ ਜਾਨ ਨੂੰ ਬਾਂਦਰੀ ਡੰਡੇ ਖਾਣ ਨੂੰ ਰਿਚ ਹੈ। ਬਾਂਦਰੀ ਕਿਹਨੂੰ ਕਿਹਾ? ਉਹ ਹਰ ਗੱਲ ਨੂੰ ਸੀਰੀਅਸਲੀ ਨਹੀਂ ਲਈਦਾ ਹੁੰਦਾ, ਕਹਾਵਤ ਹੈ ਆਪਣੇ ਤੇ ਨਹੀਂ ਲਈਦੀ ਹੁੰਦੀ ਗੱਲ। ਲਿਸਨ, ਜੇ ਤੁਸੀਂ ਫਾਲਤੂ ਦੀਆਂ ਗੱਲਾਂ ਕਰਨੀਆਂ ਨੇ ਤਾਂ ਮੇਰੇ ਕੈਨੇਡਾ ਜਾਣ ਤੋਂ ਬਾਅਦ ਕਰਿਓ। ਉਹ ਯਾਰ ਇੱਕ ਤਾਂ ਤੇਰਾ ਬੁੜਾ ਵੀ ਨਾ, ਡੈਡ ਤੇਰਾ। ਚੱਲ ਐਨੀਵੇਜ਼ ਅੱਗੇ ਦੱਸ ਹੁਣ ਕੀ ਬਣੂ? ਬਣਨਾ ਉਹੀ ਆ ਜੋ ਪਹਿਲੇ ਬਣੇ ਸੀ, ਯੂਕੇ ਵਾਲੇ ਬਣੇ ਰਹੋ। ਤੂੰ ਆਪਣੇ ਘਰ ਵਾਲਿਆਂ ਨੂੰ ਨਾਲ ਲੈ ਕੇ ਮੇਰੇ ਘਰ ਰਿਸ਼ਤਾ ਲੈ ਕੇ ਆ ਜਾ, ਮੌਕਾ ਆਉਣ ਤੇ ਆਪਾਂ ਪਾਪਾ ਨੂੰ ਸਾਰੀ ਗੱਲ ਕਲੀਅਰ ਕਰ ਦਾਂਗੇ। ਆਪਣੇ ਘਰਦਿਆਂ ਨੂੰ ਲੈ ਕੇ ਆਵਾਂ ਤੇਰੇ ਘਰੇ? ਲੈ ਦੱਸ। ਹਾਂ, ਜਾਲੀ ਯੂਕੇ ਵਾਲੇ ਬਣਾ ਕੇ। ਉਹ ਇਹ ਨਹੀਂ ਹੋ ਸਕਦਾ, ਇਹ ਹੋ ਹੀ ਨਹੀਂ ਸਕਦਾ। ਕਿਉਂ ਨਹੀਂ ਹੋ ਸਕਦਾ? ਇਹ ਜਾਣਦੀ ਨਹੀਂ ਮੇਰੇ ਡੈਡ ਨੂੰ, ਕੁੱਟ ਕੁੱਟ ਬੱਦਰੀ ਬਣਾ ਦੇਣੀ ਉਹਨੇ, ਕੁਝ ਹੋਰ ਸੋਚੋ। ਠੀਕ ਹੈ, ਮੇਰੇ ਕੋਲ ਤਾਂ ਰਾਹ ਹੈਗਾ ਕੈਨੇਡਾ ਦਾ, ਵੈਸੇ ਮੁੰਡਾ ਵੀ ਬੁਰਾ ਨੀਗਾ, ਤੂੰ ਕੁਝ ਸੋਚ ਲੈ। ਉਹ ਮੇਰੇ ਘਰਦਿਆਂ ਨੇ ਨੇਰੀ ਬੰਨ ਦੇਣੀ ਹੈ ਮੇਰੀ। ਜੁਗਾੜੀ ਤੂੰ ਸੋਚ ਕੁਛ। ਵਾਹ, ਸਾਰੇ ਜੁਗਾੜ ਮੇਰੇ ਕੋਲੋਂ ਕਰਾਈ, ਆਪ ਕੁਛ ਨਾ ਕਰੀ, ਮੈਨੂੰ ਤਾਂ ਗੂਗਲ ਹੀ ਸਮਝ ਰੱਖਿਆ ਯਾਰ ਨੇ, ਸਾਰੀਆਂ ਸਰਚਾਂ ਮੇਰੇ ਤੇ ਹੀ ਮਾਰਦਾ। ਆਹੋ, ਤੇਰਾ ਸਿਸਟਮ ਤਾਂ ਪਹਿਲਾਂ ਹੀ ਹੈਂਗ ਹੋਇਆ ਪਿਆ। ਦੇਖੋ ਇਹ ਜਿਹੜੇ ਪਿਆਰ ਮੁਹੱਬਤ ਹੁੰਦੇ ਨਾ, ਦਿਲਾਂ ਦੇ ਖੇਲ ਹੁੰਦੇ ਨੇ, ਗੱਲਾਂ ਨਾਲ ਥੋੜੀ ਨਿਭਦੇ ਨੇ, ਇਹਦੇ ਚ ਦਿਲ ਰੱਖਣਾ ਪੈਂਦਾ ਹੁੰਦਾ। ਕੁੜੀ ਵੇਖ ਕੇ ਮੈਂ ਡਟ ਕੇ ਖੜੀ ਹੈ, ਤੈਨੂੰ ਡਰਨਾ ਕੰਮ ਬਛੜਿਆ ਪਿਆ ਯਾਰ ਦਾ। ਲੈ, ਡਰਦਾ ਡਰਦਾ ਨਹੀਂ ਮੈਂ ਕਿਸੇ ਤੋਂ, ਇਹ ਤਾਂ ਉਹੀ ਮਾੜਾ ਜਿਹਾ ਡਰ ਚਲਾ। ਨਹੀਂ ਡਰਦਾ ਤੇ ਫਿਰ ਕਰ ਜੋ ਕੁੜੀ ਕਹਿੰਦੀ ਹੈ, ਹੈਂ ਗੱਡ ਦੇ ਝੰਡਾ ਪਾ ਦੇ ਰੌਲਾ, ਅਗਲੀ ਵੀ ਆਪਣੇ ਘਰਦਿਆਂ ਨੂੰ ਜਾ। ਨਹੀਂ ਤਾਂ ਭੁੱਲ ਜਾ ਮੈਨੂੰ। ਉਹ ਤੂੰ ਵੀਰੇ ਆਜ ਰੋਟੀ ਖਾ ਲਓ। ਹੁਣ ਮੈਂ ਤੈਨੂੰ ਲਿਖ ਕੇ ਦਵਾਂ ਨਹੀਂ ਖਾਣੀ,
ਇੱਕ ਵਾਰੀ ਕਹਿਤਾ ਨਹੀਂ ਤੇ ਨਹੀਂ। ਰੋਟੀ ਨਾਲ ਕਾਹਦਾ ਗੁੱਸਾ ਵੀਰੇ, ਜਿੱਦ ਨਾ ਕਰੋ, ਆ ਜਾਓ। ਤੁਸੀਂ ਰਾਤ ਵੀ ਨਹੀਂ ਖਾਧੀ। ਨਹੀਂ ਮੈਂ ਕੀ ਕਹਿ ਰਿਹਾ, ਮਗਜ ਕਪਾਈ ਨਾ ਕਰ, ਜਾ ਆਪਣਾ ਕੰਮ ਕਰ, ਭੱਜ ਇੱਥੋਂ। ਕੀ ਹੋ ਗਿਆ, ਇਹੋ ਜਿਹਾ ਮੂੰਹ ਕਿਉਂ ਬਣਾਇਆ ਹੋਇਆ? ਵੀਰੇ ਨੂੰ ਰੋਟੀ ਪੁੱਛਣ ਗਈ ਸੀ ਚਾਚੀ ਜੀ, ਕਹਿੰਦੇ ਮੈਂ ਨਹੀਂ ਖਾਣੀ ਤੇ ਉੱਤੋਂ ਮੈਨੂੰ ਘੂਰਿਆ ਵੀ। ਕਿਉਂ ਬਈ, ਕਿਉਂ ਨਹੀਂ ਖਾਣੀ? ਪਤਾ ਨਹੀਂ, ਤੇ ਰਾਤ ਵੀ ਨਹੀਂ ਖਾਧੀ ਰੋਟੀ। ਹੈਂ, ਤੂੰ ਮੈਨੂੰ ਦੱਸਿਆ ਕਿਉਂ ਨਹੀਂ? ਤਬੀਅਤ ਤਾਂ ਠੀਕ ਆ ਉਹਦੀ, ਮੈਂ ਕਰਦਾ ਪਤਾ। ਨਹੀਂ ਜੀ, ਰਹਿਣ ਦਿਓ, ਮੈਂ ਜਾ ਕੇ ਗੱਲ ਕਰਦੀ ਹਾਂ ਰੁਪਿੰਦਰ ਨਾਲ। ਹਾਂਜੀ ਮਾਲਕੋ, ਕੀ ਬਣਦਾ? ਮੈਂ ਠੀਕ ਹਾਂ। ਮੈਂ ਤਾਂ ਕੱਲ੍ਹ 'ਚ ਪੂਰਾ ਮਾਹੌਲ ਬਣਾਤਾ ਤੇਰੇ ਹੱਥ 'ਚ ਕਿ ਤੁਸੀਂ ਆਓਗੇ। ਇੱਥੇ ਵੀ ਪੂਰਾ ਮਾਹੌਲ ਸੈੱਟ ਕੀਤਾ ਪਿਆ ਖਲਾਰਾ ਪਾ ਕੇ। ਜੋ ਵੀ ਕਰਨਾ ਹੈ ਜਲਦੀ ਕਰ। ਕਰਦੇ ਤਾਂ ਜੀ ਕਨਫਿਊਜ਼ ਫਿਰਦੇ ਨੇ, ਪਰ ਮੈਂ ਮਨਾ ਲੈਣਾ ਕਿਵੇਂ ਨਾ ਕਿਵੇਂ। ਮਨਾ ਲੈ ਜਲਦੀ, ਨਹੀਂ ਤਾਂ ਮੇਰੀ ਡੋਲੀ ਤੇ ਵਾੜੀ ਪਾਣ ਨੂੰ ਚੱਕਣ ਜੋਗਾ ਹੀ ਰਹਿ ਜਾਏਗਾ। ਓ ਤੂੰ ਘਬਰਾ ਨਾ, ਐ ਨਹੀਂ ਹੋਣ ਦੇਣਾ ਯਾਰਾ ਨੇ। ਹੈਂ, ਕੋਈ ਆ ਰਿਹਾ ਮੈਂ ਬੈਕ ਕਾਲ ਕਰ। ਰੁਪਿੰਦਰ, ਰੁਪਿੰਦ, ਰਾਤ ਤਾਂ ਤੂੰ ਕੁਛ ਨਹੀਂ ਖਾਤਾ, ਐ ਨਾ ਕਰ ਪੁੱਤ। ਮੈਨੂੰ ਭੁੱਖ ਨਹੀਂ। ਕੀ ਗੱਲ ਹੈ, ਕੋਈ ਗੁੱਸਾ ਗਿਲਾ ਹੈ ਤਾਂ ਦੱਸ ਨਾ, ਅੱਜ ਤੱਕ ਇਸ ਤੇਰੀ ਕੋਈ ਗੱਲ ਨਹੀਂ ਮੋੜੀ। ਪਰ ਹੁਣ ਮੋੜੋਗੇ? ਹਾਂ ਦੱਸ। ਹਾਂ ਰੂਪ, ਮੰਨ ਗਿਆ ਘਰ ਦੇ ਕੇ? ਨਹੀਂ ਨਹੀਂ, ਮੈਨੂੰ ਪਤਾ ਲੱਗ ਗਿਆ ਇਸ ਘਰ 'ਚ ਮੇਰਾ ਕੋਈ ਮੋਹ ਨਹੀਂ। ਹਾਏ ਮੈਂ ਮਾਰਸ਼ਾ। ਓਏ ਏਦਾਂ ਨਾ ਕਹੋ ਭਰਾਵਾ, ਤੇਰੇ ਗੱਡੇ ਨਾਲ ਹੀ ਮੇਰਾ ਬੱਚਾ ਬੰਨਿਆ। ਤੂੰ ਸਹੀ ਕਹਿ ਰਿਹਾ, ਸਾਨੂੰ ਸਾਰਾ ਕੁਝ ਛੱਡ ਛੜਾ ਕੇ ਨਾ ਸਾਧ ਬਣ ਜਾਣਾ ਚਾਹੀਦਾ। ਨਾ ਪੁੱਤ ਨਾ। ਮੈਂ ਤੈਨੂੰ ਕਦੋਂ ਸਲਾਹ ਦਿੱਤੀ ਹੈ ਸਾਧ ਬਣਨ ਦੀ? ਉਹ ਤੂੰ ਕਹਿ ਤਾਂ ਰਿਹਾ, ਚੱਲ ਕਰਦਾ ਮੈਂ। ਰੁਪਿੰਦਰ, ਆ ਕੀ ਕਹਿ ਰਿਹਾ ਪੁੱਤ ਤੂੰ? ਤੇਰੀ ਕਿਹੜੀ ਗੱਲ ਨਹੀਂ ਮੰਨੀ ਅਸੀਂ ਅੱਜ ਤੱਕ? ਤੂੰ ਮੈਨੂੰ ਦੱਸ, ਮੈਂ ਤੇਰੀ ਗੱਲ ਮੰਨੂ? ਪੱਕਾ? ਤੇਰੀ ਸੌਂ ਪੁੱਤ। ਪਰ ਡੈਡ ਨੇ ਨਹੀਂ ਮੰਨਣਾ। ਫਿਰ ਤੂੰ ਆਪਣੀ ਮੋਮ ਨੂੰ ਨਹੀਂ ਜਾਣਦਾ, ਉਹਨਾਂ ਨੂੰ ਮਨਾਉਣਾ ਮੇਰਾ ਕੰਮ, ਤੂੰ ਬਸ ਮੈਨੂੰ ਗੱਲ ਦੱਸ। ਹਾਂ ਬਾਈ ਸਰਦਾਰਨੀ, ਹੈ ਕਿਵੇਂ ਰੁਪਿੰਦਰ, ਖਾਧਾ ਪੀਤਾ ਹੋਣਾ ਕੁਛ? ਓਏ ਹੈਲੋ, ਮੈਂ ਤੈਨੂੰ ਪੁੱਛ ਰਿਹਾ। ਉਹ ਕੰਨਾਂ ਚ ਰੂਤਾ ਨੀ ਪਸਾ ਲਈ? ਤੂੰ ਤਾਂ ਯੋਗਾ ਕਰਦੀ ਨੀ, ਚੁੱਪ ਕਰਦੀ ਹੁੰਦੀ, ਅੱਜ ਕਿਵੇਂ ਮੌਨ ਤਾਰ ਲਿਆ? ਚੱਲ ਨਾ ਬੋਲ, ਨਹੀਂ ਬੋਲਣਾ ਤਾਂ। ਚੰਨੋ, ਬ੍ਰੇਕਫਾਸਟ ਮੈਂ ਤਾਂ ਕਰ ਲਿਆ ਜੀ। ਓਏ ਮੈਂ ਆਪਣੇ ਲਈ ਮੰਗਿਆ। ਤੁਹਾਡੇ ਲਈ ਤਾਂ ਜੀ ਬਣਿਆ ਨੀ ਕਿਸੇ ਦਾ। ਕੀ ਮਤਲਬ? ਚਾਚੀ ਜੀ ਦਾ ਆਰਡਰ ਹੈ ਜੀ, ਵੀ ਘਰ ਵਿੱਚ ਰੋਟੀ ਨਹੀਂ ਬਣੂ ਕਿਸੇ ਦੀ। ਓਏ ਮੈਂ ਕੀ ਸੁਣ ਰਿਹਾ ਮੈਡਮ? ਓਏ ਮੈਂ ਤੇਰੇ ਨਾਲ ਗੱਲ ਕਰ ਰਿਹਾ ਸਰਦਾਰਨੀ, ਇਹ ਕੀ ਹੋ ਰਿਹਾ ਘਰ ਚ? ਭੁੱਖ ਹੜਤਾਲ ਦੇ ਨਾਲ ਨਾਲ ਮੌਨ ਵਰਤ ਵੀ ਹੈ ਚਾਚਾ ਜੀ। ਇਹ ਚੰਨੋ ਕੀ ਕਹਿ ਰਹੀ ਹੈ ਬਈ? ਇਹ ਤਾਂ ਧੱਕਾ ਹੈ ਯਾਰ, ਸ਼ਰੇਆਮ ਬਲੈਕਮੇਲ ਕਰਨ ਵਾਲੀ ਗੱਲ ਹੈ। ਓਏ ਮੈਂ ਪਾਗਲ ਹੋ ਜਾਣਾ, ਮੈਨੂੰ ਕਾਰਨ ਦਾ ਤਾਂ ਪਤਾ ਲੱਗੇ ਇਸ ਘਰੇਲੂ ਅਨਸ਼ਨ ਦਾ। ਓਏ ਹੈਲੋ ਸਰਦਾਰਨੀ ਹੈ? ਓਏ ਵਾਸਤਾ, ਓਏ ਰੱਬ ਦਾ ਮੈਨੂੰ ਹੋਰ ਨਾ ਸਤਾਓ, ਗੱਲ ਦੱਸੋ ਹੈ ਕੀ? ਬਿਨਾਂ ਸ਼ਰਤ ਤੋਂ ਕੋਰੇ ਕਾਗਜ਼ ਤੇ ਦਸਤਖਤ ਕਰਨਾ ਪੈਣਾ ਹੈ ਤੁਹਾਨੂੰ। ਓਏ ਕੋਰੇ ਕਾਗਜ਼ ਤੇ ਭਾਵੇਂ ਮੈਥੋਂ ਪੰਜਾ ਲਵਾਲਾ। ਖੇੜੀ ਵਾਲੇ ਢਿੱਲੋ ਸਾਹਿਬ ਦੀ ਕੁੜੀ ਦਿਸ਼ਾ ਨਾਲ ਵਿਆਹ ਕਰਾਉਣਾ ਹੈ ਰੁਪਿੰਦਰ ਦਾ। ਓ ਜੀ ਦੀ, ਮੈਂ ਫੋਨ ਤੇ ਲਾਪਾ ਕੀਤੀ ਸੀ, ਉਹੀ ਹੈ। ਰੁਪਿੰਦਰ ਉਸ ਕੁੜੀ ਨੂੰ ਚਾਹੁੰਦਾ ਹੈ ਤੇ ਕੁੜੀ ਵਾਲੇ ਰਿਸ਼ਤਾ ਕਰਨ ਨੂੰ ਤਿਆਰ ਵੀ ਹੋ ਗਏ ਨੇ। ਤੇ ਚੱਲੋ ਫਿਰ ਜਨ ਲੈ ਕੇ, ਮੈਂ ਕਦੋਂ ਨਾ ਆਖੀਏ। ਪਰ ਉਹਦੇ ਲਈ ਨਾ ਆਪਾਂ ਦੋਨਾਂ ਨੂੰ ਯੂਕੇ ਵਾਲੇ ਬਣਨਾ ਪੈਣਾ। ਯੂਕੇ ਵਾਲੇ? ਹਾਂ। ਉਹ ਕਿਵੇਂ ਬਣੀ ਦੇ? ਉਹ ਕੀ ਹੈ ਨਾ ਜੀ, ਰੁਪਿੰਦਰ ਉੱਥੇ ਯੂਕੇ ਵਾਲਾ ਮੁੰਡਾ ਬਣ ਕੇ ਉਹਨਾਂ ਨੂੰ ਮਿਲ ਕੇ ਆਇਆ, ਇਸ ਲਈ ਸਾਨੂੰ ਵੀ ਇਹ ਡਰਾਮਾ ਆਪਣੇ ਮੁੰਡੇ ਲਈ ਕਰਨਾ ਪੈਣਾ। ਤੇਰਾ ਦਿਮਾਗ ਤਾਂ ਠੀਕ ਹੈ, ਮੈਥੋਂ ਨਹੀਂ ਹੋਣਾ ਜਾਂ ਕੁਛ। ਠੀਕ ਹੈ ਫਿਰ, ਧਰਨਾ ਜਾਰੀ ਹੈ। ਇਹ ਰੁਪਿੰਦਰ ਕਿੱਥੇ ਹੈ? ਓਏ ਰੁਪਿੰਦਰ! ਓ ਜੀ, ਤੁਹਾਨੂੰ ਮੇਰੀ ਸੌਂ ਹੈ ਜੇ ਮੁੰਡੇ ਨੂੰ ਕੁਛ ਕਿਹਾ? ਰੁਪਿੰਦਰ, ਇਹ ਕੀ ਸੁਣ ਰਿਹਾ ਮੈਂ? ਬਹੁਤ ਅਫਸੋਸ ਹੋਇਆ, ਤੂੰ ਮੇਰੇ ਕੋਲ ਗੱਲ ਕੋਈ, ਆਪਣੇ ਡੈਡ ਕੋਲੋਂ ਇੱਕ ਵਾਰ ਤਾਂ ਗੱਲ ਕਰਦਾ ਮੇਰੇ ਨਾਲ,
ਨਾਲੇ ਇਹ ਤੂੰ ਕਿਵੇਂ ਸੋਚ ਲਿਆ ਕਿ ਮੈਂ ਤੇਰੇ ਨਾਲ ਨਹੀਂ ਖੜੂੰਗਾ? ਸੌਰੀ ਡੈਡ, ਲਵ ਯੂ ਡੈਡ। ਦਿਲ ਨਹੀਂ ਛੱਡੀਦਾ ਹੁੰਦਾ ਤੈਨੂੰ, ਜਿਹੜਾ ਪੰਜਾਬ ਨੂੰ ਲਾਈਟਲੀ ਲੈਂਦਾ ਨਾ, ਹੁਣ ਇਹਨੂੰ ਦੱਸਾਂਗੇ ਯੂਕੇ ਵਾਲੇ ਬਣ ਕੇ ਕੀ ਭਾਅ ਵਿਕਦੀ ਹੈ। ਓਏ ਖੜੀ ਕੀ ਕਰਦੀ ਹੈ ਭਲੀਏ ਮਾਨਸੇ, ਖਿੱਚ ਤਿਆਰੀ। ਯੈਸ ਯੈਸ ਆਲਰਾਈਟ ਆਲਰਾਈਟ। ਓ ਨਹੀਂ ਯਾਰ, ਇਹ ਨਹੀਂ ਠੀਕ। ਓ ਮੈਡਮ, ਆ ਕਿਹੜੇ ਯੱਬ ਨੂੰ ਪੜਾਤਾ ਯਾਰ ਮੈਨੂੰ? ਸਰਦਾਰ ਸਾਹਿਬ, ਜ਼ਰਾ ਸਿੰਸੀਅਰਲੀ ਯਾਦ ਕਰੋ। ਓ ਯਾਦ ਹੀ ਤਾਂ ਕਰੀ ਜਾਂਦੇ ਆ ਕਦੋਂ ਦੇ। ਚਲੋ ਹੁਣ ਮੇਰਾ ਵੀ ਸੁਣ ਲਓ। ਉਹ ਕਿੱਦਾਂ ਮੈਂ ਨੂੰ ਤਾਂ ਪੰਜਾਬ ਤੋਂ ਲਿਆਉਣੀ ਸੀ, ਨਹੀਂ ਮੰਗਾਉਣੀ ਸੀ, ਮੰਗਾਉਣੀ ਨਹੀਂ ਇਹ ਵੀ ਨਹੀਂ ਸੀ। ਕਿੱਦਾਂ ਮੈਂ ਨੂੰ ਤਾਂ ਪੰਜਾਬ ਤੋਂ ਹੀ ਮੰਗਦੀ ਸੀ, ਇਹ ਮੰਗਦੀ ਆ ਤੇ ਹੁੰਦੇ ਬਾਹਰਲੇ। ਲੈ ਹੁਣ ਮੈਥੋਂ ਵੀ ਸੁਣ। ਉਹ ਕਿੱਦਾਂ ਜੀਆਂ ਜਿੱਦਾਂ ਅੱਗੇ ਨੀ ਡਾਉਣ ਕਰਨੇ ਹੀ ਪੈਂਦੇ ਆ। ਆ ਗਿਆ ਪਕੜ ਚ, ਹੁਣ ਨਹੀਂ ਆਪਾਂ ਲਈਦੇ। ਆ ਗਿਆ ਦੀ ਤਿਆਰੀ ਇਸ ਤਰ੍ਹਾਂ ਫੇਲੀਅਰ ਹੁੰਦੀ ਦੇਖੀ ਜਿੱਦਾਂ। ਹਾਂ ਲੈ ਮੈਨੂੰ ਵੀ ਬੋਲਣਾ ਆ ਗਿਆ ਜਿੱਦਾਂ। ਇੰਨਾ ਟਾਈਮ ਹੋ ਗਿਆ ਫੇਸਬੁੱਕ ਤੇ ਸਟੇਟਸ ਪਾਈ, ਮੁੰਡੇ ਦੇ ਪੁੱਤਰੇ ਹੋਣਗੇ। ਵੇ ਮੁੰਡਿਓ, ਆ ਲੋ ਪ੍ਰਸ਼ਾਦ, ਅੱਜ ਸੰਗਰਾਂਦ ਹੈ। ਵਾਹਿਗੁਰੂ ਬੇਨਤੀ ਕੀਤੀ ਜਾਂਦੀ ਹੈ। ਦੋ ਨਕਲੀ ਯੂਕੇ ਵਾਲੇ ਪਿੰਡ ਚ ਫਿਰਦੇ ਆ, ਕੁੰਡੇ ਜਿੰਦੇ ਲਾ ਲੋ। ਦਲੀਪ ਸਿੰਘ ਦੀ ਕੁੜੀ ਨੂੰ ਖਤਰਾ। ਤੂੰ ਤਾਂ ਦਿਲ ਨੂੰ ਲਾ ਗਿਆ, ਮੈਂ ਤਾਂ ਚੌੜ ਕਰਦਾ ਸੀ ਯਾਰ। ਤੇਰੀ ਚੌੜ ਚ ਸਾਡਾ ਝੁੱਗਾ ਚੌੜ ਹੋ ਜਾਣਾ ਟਕਿਆ ਰੇ। ਰੂ ਭਾਈ, ਮੈਨੂੰ ਲੱਗਦਾ ਤੇਰੇ ਵਾਲੀ ਕਹਾਣੀ ਨਾ ਧੀਦੋ ਰਾਂਝੇ ਦੀ ਕਹਾਣੀ ਨੂੰ ਵੀ ਖੂੰਜੇ ਲਾਓ। ਲੈ ਕਿੱਦਾਂ ਬੈਠ ਬੈਠ ਗੱਲਾਂ ਖਾਦਾ ਆ ਧੀਦੋ ਰਾਂਝੇ ਤੇ, ਕਿੱਦਾਂ ਮੈਨਸਾ ਦੇ ਮਗਰ ਫੈਰ ਫੋੜ ਕੇ ਕਿਤੇ ਸਾਧ ਵੱਲ ਨੂੰ ਹੋ ਤੁਰਿਆ ਸੀ, ਅਸੀਂ ਤਾਂ ਕਿੱਦਾਂ ਵਿਆਹ ਕੇ ਲੈ ਕੇ ਜਾਣੀ ਆ ਕਿੱਦਾਂ। ਹਾਂ ਚਿੰਤਾ ਨਾ ਕਰੋ, ਗੁਰੂ ਦਾ ਪ੍ਰਸ਼ਾਦ ਮਿਲ ਤਾਂ ਗਿਆ, ਹੁਣ ਤਾਂ ਬਾਜੇ ਵਾਲਿਆਂ ਨੂੰ ਸਾਈ ਬੜਾਓ ਬਸ। ਕਦ ਬੁਲਾਈਏ ਘਰਦਿਆਂ ਨੂੰ? ਨੇ ਕੰਮ ਚ ਦੇਰ ਕਾਹਦੀ, ਹੱਥ ਨੂੰ ਨਹੀਂ ਜਾਣਾ। ਆਹ ਬਣੀ ਨਾ ਗੱਲ। ਨਾ ਨਾ ਹੱਥ ਨੂੰ ਕਾਹਨੂੰ ਹੁਣੇ ਜਾਇਆ, ਹੱਥ ਨੂੰ ਸਹੁਰਿਆ ਤੂੰ ਜਾਣ ਜੋਗਾ ਨੀ ਰਹਿੰਦਾ। ਬਾਲਾ ਬੇਤੀ ਹੋ ਗਿਆ ਮੇਰਾ। ਕੀ ਨਾਂ ਆ ਬੀਬਾ ਦਾ ਜੀ? ਗੁਰਦਿਸ਼ਾ। ਗੁਰੂਦਿਸ਼ਾ, ਨਾਈਸ ਨੇਮ ਆ, ਜਿੱਦਾਂ ਕਿ ਬਹੁਤ ਹੀ ਰੇਅਰ ਨਾਂ ਰੱਖਿਆ ਹੈ ਧੀ ਰਾਣੀ ਦਾ। ਓ ਯਾ ਯਾ ਯਾ, ਜਿੱਦਾਂ ਦਾ ਨਾਂ ਆ ਓਦਾਂ ਦੀ ਸੂਰਤ ਸੀਰਤ ਆ ਤੁਹਾਡੀ ਬੇਟੀ ਦੀ। ਹੁਣ ਤਾਂ ਤੁਹਾਡੀ ਹੋਈ ਬੇਟੀ ਹੈ ਜੀ, ਸਾਡੇ ਕੋਲ ਤਾਂ ਇਹ ਹੁਣ ਗੈਸਟ ਬਣ ਕੇ ਆਇਆ ਕਰੂ। ਸਾਡੇ ਵੀ ਨਹੀਂ ਪਾਵਾਂ, ਦੂਜੇ ਦਿਨ ਗੇੜਾ ਮਾਰਿਆ ਕਰੇ, ਅਸੀਂ ਕਿਹੜੇ ਸਹੁਰੇ ਵਾਂਗੂ ਰੱਖਣੀ ਹੈ। ਯੂਸੀ ਯੂਸੀ ਬੋਲਦਾ ਆ ਨਾ 30 ਸਾਲ ਪਹਿਲਾਂ ਵਾਂਗ। ਯੂ ਨੋ ਮੈਂ ਮੇਰੀ ਵਾਈਫ ਨੂੰ ਕਿਹਾ ਸੀ ਕਿ ਮੈਂ ਪੰਜਾਬ ਚ ਦੇਸੀ ਬੋਲਣ ਦੀ ਟ੍ਰਾਈ ਕਰਾਂਗਾ, ਪਰ ਮੈਂ ਕਿਹਾ ਸੀ ਨਹੀਂ ਬੋਲ ਸਕੋਗੇ, ਭੁੱਲ ਗਏ ਹੋਗੇ। ਕਿੱਥੇ ਭੁੱਲਿਆ ਡਾਲ, ਕਿੱਥੇ ਭੁੱਲਿਆ। ਹੇ ਡੈਡ, ਯੂ ਸਪੀਕ ਸੋ ਵੈਲ, ਕਿਦਾਂ ਲਾਇਕ ਨਾਈਸ ਆ। ਮੈਂ ਤਾਂ ਆਪ ਹੁਣ ਅੰਕਲ ਕੋਲੋਂ ਦੇਸੀ ਬੋਲਣ ਦੀ ਕਿਦਾਂ ਕੋਚਿੰਗ ਲੈਣੀ ਆ। ਚਲੋ ਜੀ, ਇਹ ਗੱਲਾਂ ਤਾਂ ਸਾਰੀ ਉਮਰ ਹੁੰਦੀਆਂ ਰਹਿਣੀਆਂ ਨੇ, ਹੁਣ ਆਪਾਂ ਇਹ ਦੇਖੀਏ ਵੀ ਮੰਗਣੀ ਕਰਦੀ ਰੱਖਣੇ ਤੇ ਵਿਆਹ ਕਰਦਾ ਕਿਉਂ ਜੀ। ਵਿਚੋਲਾ ਤਾਂ ਵਿਹਲਾ ਹੋਣ ਨੂੰ ਫਿਰਦਾ ਹੈ, ਸਾਨੂੰ ਤਾਂ ਜਿਵੇਂ ਭੈਣ ਜਿਵੇਂ ਕਹਿਣਗੇ ਮਨਜ਼ੂਰ ਹੈ ਜੀ। ਦੇਖੋ ਜਿੱਦਾਂ ਅਸੀਂ ਨਾ ਸ਼ੋਅ 'ਚ ਬਿਲਕੁਲ ਬਿਲੀਵ ਨਹੀਂ ਕਰਦੇ, ਅਸੀਂ ਬੇਟੀ ਨੂੰ ਨਾ ਜਿੱਦਾਂ ਲਾਈਕ ਚੁੰਨੀ ਚੜਾ ਕੇ ਲੈ ਜਾਂਗੇ, ਨੋ ਫਾਲਤੂ ਮਨੀ ਵੇਸਟ ਕਰਨਾ ਜਿੱਦਾਂ, ਤੇ ਨਾ ਹੀ ਕੋਈ ਗਿਫਟ ਲੈਣਾ ਆ। ਉਹ ਅੱਜ ਕੱਲ ਕੀ ਪੰਜਾਬ 'ਚ ਰਿਵਾਜ ਆ, ਬੈਠ ਗਿਆ ਕੀ ਆਂਦੇ ਆ ਉਹਨੂੰ, ਦਾਦੇ ਜੀ। ਯਾ ਯਾ ਯਾ, ਨੋ ਦਾਜ ਨੋ ਦਹੇਜ, ਓਨਲੀ ਬੇਟੀ। ਮਤਲਬ ਵੀ ਵਿਚੋਲੇ ਨੂੰ ਵੀ ਛਾਂਪ ਨਹੀਂ ਪਊਗੀ? ਲੈ ਕਿੱਦਾਂ ਕਹਿੰਦੇ ਆ ਨਾ, ਚੋਰ ਨਾਲੋਂ ਪੰਡ ਕਾਲੀ ਆ, ਤੈਨੂੰ ਕਿੱਦਾਂ ਪਹਿਲਾਂ ਸੱਗੀ ਫੁੱਲ ਕਢਾ ਦੇਵਾਂਗੇ। ਹੋਰ ਕੁੜੀਆਂ ਲਈ ਹੁੰਦਾ ਡੀਜੇ, ਹੁਣ ਨਾ ਕਹਦੀ ਵੀ ਸੇਮ ਹੀ ਆ। ਕਿੱਦਾਂ ਭਰਾਵਾ ਤੂੰ ਕਿੰਨਾ ਹੀ ਉਦਾਂ ਠੀਕ ਆ, ਤੇਰੀ ਕੰਟਰੀ ਆ। ਵੇਖੋ ਜੀ, ਤਾਜ ਦਹੇਜ ਵਾਲੀ ਗੱਲ ਨਾ ਕਰਿਓ ਜਿੱਦਾਂ। ਖੁਸ਼ ਕੀਤਾ ਗਰੇਵਾਲ ਸਾਹਿਬ, ਇਹ ਹੈ ਜੀ ਬਾਹਰਲਿਆਂ ਦੀ ਸੋਚ, ਇਸੇ ਕਰਕੇ ਮੈਂ ਆਪਣੀ ਧੀ ਦਾ ਵਿਆਹ ਬਾਹਰ ਕਰਨਾ ਚਾਹੁੰਦਾ।
ਮੈਂ ਤਾਂ ਕਹਿੰਦਾ ਆ ਫਿਰ ਕਮਿੰਗ ਸੰਡੇ ਨੂੰ ਆਪਾਂ ਸਾਰਾ ਕੁਝ ਕਿਦਾਂ ਫਾਈਨਲ ਕਰ ਲੈਣੀ ਆ। ਕਿਦਾਂ ਕਹਿੰਦੀ ਤੂੰ ਕੀ ਕਹਿੰਦੀ ਆ? ਜਿਵੇਂ ਵੱਡੇ ਫੈਸਲਾ ਕਰਨਗੇ ਕਿੰਦਰੋਂ ਮੈਂ ਆਪਣੇ ਡੈਡੀ ਨੂੰ ਦੱਸ ਦੇਗੀ। ਓ ਆਲਰਾਈਟ ਯਾ, ਕਿਦਾਂ ਸੰਡੇ ਫਾਈਨਲ ਕਰ ਲੈਣੀ ਆ? ਯਾ ਯਾ ਬੜਾ ਕਾਲਾ ਹੋਇਆ ਆ ਕਿਦਾਂ ਹੈ? ਵੱਡਿਆਂ ਚ ਨਹੀਂ ਬੋਲੀਦਾ ਹੁੰਦਾ ਪੁੱਤਰ, ਪਰ ਆਲਰਾਈਟ ਯਾ ਆਲਰਾਈਟ ਯਾ। ਹਾਂਜੀ ਫਿਰ ਸੰਡੇ ਨੂੰ ਆਉਣੇ ਜੀ ਜਿੱਦਾਂ ਤੁਹਾਡੇ ਕੋਲ ਹੈ। ਸਤ ਵਚਨ ਜੀ। ਢਿੱਲੋਂ ਸਾਹਿਬ, ਹੀਰ ਆਈ ਬਟ ਦੱਸੋ ਤਾਂ ਸਹੀ ਹੋਇਆ ਕੀ ਹੈ? ਦੇਖੋ ਜੀ, ਮੈਂ ਜਾਣਦਾ ਤੁਸੀਂ ਅੱਛੇ ਲੋਕ ਹੋ, ਪਰ ਮੈਂ ਕਿਤੇ ਹੋਰ ਹਾਂ ਕਰ ਦਿੱਤੀ ਹੈ। ਉਹ ਮੁੰਡਾ ਵੀ ਤਾਂ NRI ਹੈ। ਡਸ ਨਾਟ ਗੁੱਡ ਲੁੱਕ ਢਿੱਲੋਂ ਸਾਹਿਬ, ਪਤਾ ਮੈਂ ਲੋਟਸ ਆਫ ਕੁੜੀਆਂ ਵਿੱਚੋਂ ਇੱਕ ਵੀ ਕੁੜੀ ਨਹੀਂ ਦੇਖੀ, ਬਿਕੋਜ਼ ਮੀ ਵੈਰੀ ਮਚ ਲੁੱਕ ਔਨ ਯੂ। ਢਿੱਲੋਂ ਸਾਹਿਬ, ਮੈਂ ਤਾਂ ਹੋਰ ਗੱਲ ਨਹੀਂ ਹੋ ਰਹੀ, ਪਲੀਜ਼ ਟਾਕ ਟੂ ਲਵਲੀ। ਗੱਲ ਕਰੇ ਤਾਂ ਮੁੱਕਰ ਗਿਆ। ਢਿੱਲੋਂ ਸਾਹਿਬ, ਕੀ ਹੋਇਆ? ਦੇਖੋ ਲਵਲੀ ਜੀ, ਅਸੀਂ ਤੁਹਾਨੂੰ ਕੋਈ ਹਾਂ ਤਾਂ ਕੀਤੀ ਨਹੀਂ ਸੀ, ਪਰ ਸਾਨੂੰ ਤਾਂ ਪੂਰੀ ਹੋਪ ਸੀ ਢਿੱਲੋਂ ਸਾਹਿਬ। ਤੁਹਾਨੂੰ ਪਤਾ ਸਾਡਾ ਵਿਚਾਰਾ ਮਿੰਟੂ ਪੂਰਾ ਦਿਨ ਫੇਸਬੁੱਕ ਤੇ ਤੁਹਾਡੀ ਬੇਟੀ ਦਾ ਫੇਸ ਦੇਖਦਾ ਰਹਿੰਦਾ ਹੈ, ਦੇਖਦਾ ਰਹਿੰਦਾ ਹੈ। ਕੋਈ ਗੱਲ ਨਹੀਂ ਜੀ, ਹੁਣ ਤੁਸੀਂ ਮਿੰਟੂ ਨੂੰ ਕਹਿ ਦਿਓ ਕਿ ਦਿਸ਼ਾ ਦਾ ਫੇਸ ਫੇਸਬੁੱਕ ਤੇ ਦੇਖਣਾ ਬੰਦ ਕਰ ਦੇ। ਚੰਗਾ ਜੀ, ਸਤਿ ਸ੍ਰੀ ਅਕਾਲ। ਹੈਲੋ ਹੈਲੋ, ਕੱਟ ਗਿਆ। ਹਾਏ ਰੱਬਾ, ਪਤਾ ਨਹੀਂ ਕਿਹੜਾ ਬਹਿ ਗਿਆ ਸਾਡੇ ਜੋੜਾਂ ਚ। ਆਈ ਨੋ, ਬੈਡ ਲੱਕ ਬੈਡ ਲੱਕ ਤਾਂ ਹੁਣ ਗੁੱਡ ਕਰਕੇ ਹਟੂ, ਸਾਮੀ ਤਕੜੀ ਹੈ। ਸੋਰੀ ਡਾਰਲਿੰਗ, ਮੈਂ ਗੁੱਸੇ ਨਾਲ ਥੋੜੀ ਕਿਹਾ ਸੀ, ਨਾਲੇ ਆਪਾਂ ਦੁਨੀਆ ਤੇ ਟੈਨਸ਼ਨ ਲੈਣ ਨੀ, ਟੈਨਸ਼ਨ ਦੇਣ ਆਇਆ। ਕਰਦੇ ਕੁਛ ਬਰੀ ਵੀ ਨੋਟ। ਯੈਸ, ਇੱਕ ਤਾਂ ਪਲੀਜ਼ ਆਪਣੀ ਅੰਗਰੇਜ਼ੀ ਮੇਰੇ ਤੇ ਨਾ ਝਾੜਿਆ ਕਰ। ਓ ਸੋਰੀ, ਮੈਂ ਭੁੱਲ ਗਿਆ ਸੀ, ਤੂੰ ਤਾਂ ਮੇਰੇ ਘਰ ਦੇ ਘਰ ਵਾਲੀ ਹੈ। ਕਦੇ ਕਦੇ ਤਾਂ ਸੀਰੀਅਸ ਹੋ ਜਾਇਆ ਕਰ, ਆਲ ਦਾ ਟਾਈਮ ਕਾਮੇਡੀ 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 ਹੈ। ਕਾਮੇਡੀ ਕਹਿੰਦੀ, ਸੀਰੀਅਸ ਹੋ ਜਾਇਆ ਕਰ। ਓਏ, ਆਪਾਂ ਥੋੜੀ ਸੀਰੀਅਸ ਹੋਣਾ ਹੈ, ਸੀਰੀਅਸ ਤਾਂ ਲੋਕਾਂ ਨੂੰ ਕਰਨਾ ਹੈ। ਤੂੰ ਤਾਂ ਵਿਆਹ ਤੋਂ ਪਹਿਲਾਂ ਹੀ ਕਿਦਾਂ ਮੇਰਾ ATM ਕਾਰਡ ਖਾਲੀ ਕਰਤਾ ਹੈ, ਵਿਆਹ ਤੋਂ ਬਾਅਦ ਤਾਂ ਇਹਨੇ ਮੇਰੇ ਕ੍ਰੈਡਿਟ ਕਾਰਡ ਵੀ ਰਗੜ ਦੇਣੇ ਆ। ਤੂੰ ਤਾਂ ਹੁਣੇ ਹੱਥ ਖੜੇ ਕਰ ਗਿਆ, ਅਸਲੀ ਸ਼ਾਪਿੰਗ ਤਾਂ ਮੈਂ UK ਜਾ ਕੇ ਕਰਨੀ ਆ। ਇਹ ਸਾਰੇ ਬਿੱਲ ਆਪੇ ਪੇ ਕਰੀ ਜਾਂਦੀ ਹੈ, ਮੈਨੂੰ ਢਿੱਲੀ ਨਹੀਂ ਕਰਨ ਦਿੰਦੀ ਪਾਕਟ। ਫਿਕਰ ਨਾ ਕਰੋ, ਵਿਆਹ ਤੋਂ ਬਾਅਦ ਕੈਂਚੀ ਤੁਹਾਡੇ ਪਾਕਟ ਤੇ ਚੱਲਣੀ ਹੈ। ਅੱਛਾ, ਮੈਨੂੰ ਨਹੀਂ ਸੀ ਕਿਦਾ ਪਤਾ ਵਿਆਹ ਦੇ ਵਿੱਚ ਇਦਾਂ ਪਾਪੜ ਵੀ ਲੈਣੇ ਪੈਂਦੇ। ਹਾਂ ਮੀਨ, ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਵਿਆਹ ਤੁਹਾਡੇ ਲਈ ਪਾਪੜ ਹੈ? ਓਕੇ ਵੇਟ, ਇੱਕ ਡਰੈਸ ਮੈਂ ਹੋਰ ਲੈ ਕੇ ਆਉਂਦੀ ਹਾਂ। ਸੌਰੀ ਗਾਇਸ, ਇਫ ਆਈ ਵਾਸ ਨਾਟ ਰੋਂਗ, ਦੈਟ ਗਰਲ ਢਿੱਲੋਂ ਦੀ ਕੁੜੀ ਨਹੀਂ। ਇਹ ਕੁੜੀ ਕਿਤੇ ਪਾਗਲ ਹੈ, ਇਹ ਕਿਤੇ ਸ਼ੁਰੂ ਤੋਂ ਪਾਗਲ ਸੀ ਕਿ ਕਿਦਾਂ ਹੋਣਾ ਹੋਈ ਹੈ? ਤੁਹਾਨੂੰ ਤਾਂ ਪਤਾ ਹੋਣਾ ਤੇਰੀ ਪੁਰਾਣੀ ਜਾਨ। ਹਾਂ ਓਏ, ਇਹ ਤਾਂ ਹੋਈ ਹੈ ਮਿੰਟੂ, ਪਰ ਛੱਡ ਪਰਾਂ, ਹੁਣ ਸਾਨੂੰ ਕੀ ਲੈਣਾ? ਇੱਕ ਮਿੰਟ ਇੱਕ ਮਿੰਟ, ਆ ਜਿਹੜਾ ਸਰਦਾਰ ਹੈ ਇਹ ਉਹੀ ਨਹੀਂ ਬਾਏ ਬਾਏ ਇੰਡੀਆ ਵਾਲਾ? ਵੈਸੇ ਤੇ ਕਿਦਾਂ ਮੈਂ ਟੂਣੇ ਟਾਮਣੇ ਤੇ ਯਕੀਨ ਕਿਦਾਂ ਕਰਦਾ? ਹਾਂ ਉਹੀ ਹੈ, ਮੈਨੂੰ ਲੱਗਦਾ ਦਿਸ਼ਾ ਦਾ ਰਿਸ਼ਤਾ ਨਾ ਇੰਨੇ ਹੀ ਕਰਾਇਆ ਹੋਣਾ। ਆ ਜਿਹੜਾ ਨਾਲ ਤੁਰਿਆ ਫਿਰਦਾ ਜੈਂਕੀ ਜਿਹਾ ਮੁੰਡਾ, ਇਹਦੇ ਨਾਲ ਹੀ ਕਰਾਇਆ ਹੋਣਾ? ਕਿਦਾਂ ਲੱਗਦਾ ਹੈ ਮੈਨੂੰ ਤਵੀਤ ਕਰਾ ਕੇ ਦੇਣਾ ਪੈਣਾ ਹੀ ਹੈ ਕਿਦਾਂ? ਮਿੰਟੂ ਮੁੰਡਾ ਤੇ ਘੈਂਟ ਹੈ, ਬੜੀ ਛੇਤੀ ਨੀਤ ਫਿੱਟੀ ਤੇਰੀ। ਮੈਂ ਤਾਂ ਉਂਝ ਹੀ ਕਹਿ ਰਹੀ ਸੀ, ਸਾਨੂੰ ਯਾਰ ਇਹਨਾਂ ਗੱਲਾਂ 'ਚ ਕਿਤੇ ਸਮਝ ਹੀ ਨਹੀਂ ਹੈ। ਇਹ ਸਰਦਾਰ ਲੋਟਸ ਆਫ ਦੰਦੀਆਂ ਕਿਉਂ ਕੱਢ ਰਿਹਾ? ਵਟ ਆਈ ਵਾਸ ਨਾਟ ਅੰਡਰਸਟੈਂਡ, ਯੂ ਕੈਨ ਅਬਮ ਕਿਉਂ ਬੋਲ ਰਿਹਾ? ਆਈ ਨੋ ਮਿੰਟੂ, ਇਸ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ। ਫਿਰ ਸੋਚ, ਇਹਨੂੰ ਜਦ ਤੱਕ ਇਹਦਾ ਹੁਣ ਵਿਆਹ ਨਹੀਂ ਨਾ ਹੋ ਜਾਂਦਾ, ਮੈਂ ਤਾਂ ਕਿੱਦਾਂ ਹੁਣ UK ਵਾਲਿਆਂ। ਆਈ ਥੌਟ ਦੇ ਆਰ ਆਰ ਐਲੀਫੈਂਟ ਟੀਥ। ਐਲੀਫੈਂਟ ਟੀਥ ਫਾਰ ਈਟਿੰਗ ਹੋਰ ਫਾਰ ਚੀਟਿੰਗ ਹੋਰ? ਹਾਂ ਮਤਲਬ ਗੇਮ, ਲੱਗਦਾ ਉੱਪਰ ਵਾਲੇ ਨੇ ਗੇਮ ਦੁਬਾਰੇ ਆਪਣੇ ਹੱਥਾਂ ਵਿੱਚ ਦੇ ਦਿੱਤੀ। ਹੁਣ ਫਿਰ ਖੇਡਾਂਗੇ, ਚੱਲ। ਓ ਸ਼ੀ ਇਜ਼ ਦੇਅਰ ਨਾਓ, ਲੁੱਕ ਐਟ ਹਰ। ਉਹਦੇ ਵੱਲ ਕੀ ਦੇਖੀ ਨਹੀਂ ਹੈ? ਜਸਟ ਫੋਰਗੋਟ ਹਿਮ, ਰਿਮੈਂਬਰ ਮੀ, ਆਈ ਐਮ ਪਰਮਾਨੈਂਟ। ਚੱਲ ਜਸਟ ਫੋਲੋ ਮੀ। ਓ ਹੈਲੋ, ਚੱਲ ਹੁਣ। ਕੀ ਸੋਚ ਰਹੇ ਹੋ ਦਿਸ਼ਾ ਜੀ, ਕੋਈ ਟੈਨਸ਼ਨ? ਟੈਨਸ਼ਨ ਹੀ ਟੈਨਸ਼ਨ ਹੈ, ਕਿੰਨੀ ਦੇਰ ਲੁਕੋ ਕੇ ਰੱਖਾਂਗੇ ਸੱਚ ਨੂੰ? ਲੈ, ਜਦੋਂ ਤੈਨੂੰ ਠੀਕ ਲੱਗਿਆ ਜਾ ਕੇ ਦੱਸ ਦਈ ਆਪਣੇ ਘਰਦਿਆਂ ਨੂੰ। ਮੈਂ ਤੈਨੂੰ ਕਿਹਾ ਨਾ ਮੈਂ ਨਹੀਂ ਦੱਸਣਾ, ਤੂੰ ਦੱਸਣਾ ਹੈ ਜਾਂ ਤੇਰੇ ਘਰਦਿਆਂ ਨੇ? ਹੈਲੋ, ਕੀ ਗੱਲ? ਅੱਜ ਬੜੀ ਕਾਲੀ ਅਲਾਮਾ ਲੈਣ ਦੀ। ਕਿੱਦਾਂ ਕੀ ਮਤਲਬ? ਮਤਲਬ ਕਲਗੀਆਂ ਲਾ ਲੀਆਂ, ਫੇਰੇ ਬੰਨ ਲੈ। ਕਿੱਦੇ ਤੋਂ ਹੈ ਕੌਣ? ਜਿਹਨੇ ਜਾਣਾ ਸੀ ਵਿਆਹਣ,
But you boys entered with jolly IDs. Yaar tu gal kar ta teri problem ki hai? Lots of clevery chaddo nakli UK wale ho. Eh meri gal Rupinder Garewal nu vi samjha di. Gillan wale nu. Main kida tere na gal. Hello. Time waste na kar Diljit Jugadi. Came to me at the spot of Mitra da Tapa. Hello. ਅੱਜ ਨਵਾਂ ਸਿਆਪਾ ਕਿਹੜਾ ਪੈ ਗਿਆ ਵਿੱਚ ਯਾਰ। ਹੈਲੋ, ਹਾਂ ਰੂਪ, ਆਪਣੀ ਕੀਤੀ ਕਰਾਈ ਖੂਹ ਚ ਪੈ ਚੱਲੀ ਸਾਰੀ। ਉਹ ਕੀ ਹੋ ਗਿਆ, ਧੂਆਂ ਕਿਉਂ ਛੱਡੀ ਜਾਂਦਾ? ਬਸ ਕਬਾੜਾ ਹੋ ਗਿਆ ਆਪਣਾ, ਵਿਆਹਾਂ ਤੋਂ ਪਹਿਲਾਂ ਹੀ ਤਲਾਕ ਹੋ ਜਾਣੀ। ਦਿਮਾਗ ਠੀਕ ਹੈ ਤੇਰਾ? ਮੇਰਾ ਠੀਕ ਹੈ, ਪਰ ਕਿਸੇ ਪਤੰਦਰ ਦਾ ਸੈੱਟ ਕਰਨ ਵਾਲਾ ਹੋਇਆ। ਤੂੰ ਇਦਾਂ ਕਰ, ਫਟਾਫਟ ਮੇਰੇ ਕੋਲ ਆ ਜਾ, ਬਸ ਉੱਡ ਕੇ ਆ ਜਾ। ਓਕੇ ਮੈਂ ਹੁਣ। Yes. Baitho. Sahi pehchan rahe ho Sardar Sahab. Na je pehla deal kar lende change na rehnde. Tu chahunna ki hai? Tillon di kudi nu wife type banauna. Main gatta la dena tera. Na. 302 ban ju marju putt vagana. Main hunne phone karke Tillon naal gal kar lenda. Who are you in the truth of life? Ek minute. Pehla ida sanu bulaya kyon hai? ਡੀਲ ਕਰਨੀ ਚਾਹੁੰਦਾ, ਉਹ ਵੀ ਸਿਰਫ 1 ਕਰੋੜ ਦੇ ਵਿੱਚ। ਨਹੀਂ ਤਾਂ ਮੈਂ ਰੌਂਡ ਕਾਲ ਆ ਦੇਣੀ ਹੈ ਸ਼ੁਭ ਆਨੰਦ ਕਾਰਜ ਤੇ ਜਾ ਕੇ। ਕਿਵੇਂ ਕਰੀਏ? ਕਰਨਾ ਕੀ, ਦੇ ਦਿੰਦੇ ਆ ਕਰੋੜ ਰੁਪਈਆ, ਇੰਨਾ ਕੁ ਤਾਂ ਬਣਦਾ ਉਹਦਾ ਅਗਲੇ ਦਾ। ਕੈਸ਼ ਪਏ ਤੇਰੇ ਕੋਲ? ਹੈਗੇ ਮੇਰੇ ਕੋਲ, ਆਫਿਸ ਪਏ। ਡੀਲ ਡਨ ਮਿੱਤਰਾ, ਪਰ ਇਹਦੇ ਵਾਸਤੇ ਮੇਰੇ ਆਫਿਸ ਚੱਲਣਾ ਪੈਣਾ ਕਿਉਂਕਿ ਪੈਸੇ ਉੱਥੇ ਪਏ ਆ। ਡੋਂਟ ਆਈ ਮਾਈ, ਕਿਤੇ ਵੀ ਲੈ ਚੱਲੋ, ਫੁੱਲ ਮਨੀ full deal. So sweet of you. Levi, karti teri payment. Dolli turant takar gini chali. Oh, Peer ji, main ta kidding kar reha siga. Mainu pata hai, tusi bhi kidding kar rahe ho na. Ek ta crore hai. Oh, crore rupiya vadh lagda Peer ji. Ta lakh de do. Hun hazaran di gal karde, tusi bhi change hi lagde na Peer ji. Bada besharam aadmi yaar. Peer ji, gal suno. Chahe di mainu 2005 to pehla note de do. ਮੈਂ ਉਹ ਵੀ ਚਲਾ ਲੂੰਗਾ। ਹੋਰ ਦੱਸੋ ਮੈਂ ਕੀ ਡਿਸਕਾਊਂਟ ਦੇਵਾਂ? ਹੋਰ ਲੱਸੀ ਚੱਲ ਰੱਸੀ ਦਾ ਪੁੱਠੇ ਹੱਥ ਹੀ ਮਾਰਾਂ ਮੈਂ ਤੇਰੇ ਬਾਂਦਰ ਤੇ। ਓ ਫਿਟੇ ਮੂੰਹ ਨਾਲਿਆ ਕਰੋ, ਕਿਤੇ ਬਿਸ਼ਰਮਾ ਕਿੰਨੀ। ਓ ਕੱਪੜੇ ਕਿੱਧਰ ਵੀਰ ਜੀ, ਗੱਲ ਤਾਂ ਹੈਲੋ ਵੀਰ ਜੀ, ਮੇਰੇ ਕੱਪੜੇ ਤਾਂ। ਓਏ ਬਕਵਾਸ ਨਾ ਕਰ, ਸਾਰੇ ਨੂੰ ਮਿਲਿਆ ਥੋੜੇ ਜਿਹਾ ਰੱਖ ਲੈ। ਓ ਮੈਂ ਕੱਪੜੇ ਤਾਂ ਉਹ ਵਿਚਾਰਾ ਕਿੱਦਾਂ ਪਾਣੀ ਤਾਂ ਉਹ ਹੁੰਦਾ ਹੋਣਾ ਹੈ ਕਿਹੜਾ ਉੱਥੇ ਬੰਨਿਆ ਹੈ ਆਪਾਂ। ਪਤੰਦਰ ਕਿੱਦੇ ਸਾਡੇ ਨਾਲ ਸਿੰਘ ਫਸਾਉਂਦਾ ਸੀ। ਦੇਖੋ ਜੀ, ਵਿਆਹ ਹੋਵਨ ਤੇ ਇੰਜ ਹੋਵਨ, ਨਾ ਹੀ ਕੋਈ ਰੌਲਾ ਰੱਪਾ ਹੋਵੇ ਤੇ ਨਾ ਹੀ ਕੋਈ ਬਹੁਤਾ ਕੱਠ ਹੋਵੇ। ਚਾਵਲਾ ਸਾਹਿਬ, ਇੰਡੀਆ 'ਚ ਤੁਸੀਂ ਕਿਸ ਨੂੰ ਸਮਝਾਓਗੇ? ਇੱਥੇ ਤਾਂ ਸੋਸੇਬਾਜ਼ੀ ਇਜ਼ ਇਕੁਅਲ ਟੂ ਮੈਰਿਜ। ਐਕਸਕਿਊਜ਼ ਮੀ ਟਿਲਨ ਸਾਹਿਬ, ਲੇਟ ਕਾਹਨੂੰ ਕਰਨਾ ਆ? ਜੇ ਤੁਸੀਂ ਠੀਕ ਸਮਝੋ ਰਿੰਗ ਸੈਰੇਮਨੀ ਕਰਵਾ ਲਈ। ਸ਼ੁਕਰ ਹੈ ਇਹਨਾਂ ਨੂੰ ਵੀ ਯਾਦ ਆਈ, ਵਰਨਾ ਮੈਨੂੰ ਸੀ ਕਿਤੇ ਡਿਲੇ ਪੈ ਗਈ ਤੇ ਮਾਮਲਾ ਹੀ ਨਾ ਘੜੇ ਜੋ ਜਿਵੇਂ ਜਿੱਦਾਂ ਕੰਡਕਟਰ ਚ ਰਹੇ ਕਿਤੇ ਬਣੀ ਬਣੀ ਖੀਰ ਚ ਪਾਣੀ ਨਾ ਪੈ ਜਾਵੇ। ਕੀ ਕਿਆ ਕੀ ਦੀ ਗੱਲ ਕਰ ਰਹੇ ਹੋ? ਹੁਣ ਤੁਹਾਡੇ ਕੋਲ ਤਾਂ ਟਾਈਮ ਹੈ ਨਹੀਂ ਸਾਡੇ ਕੋਲ ਆਉਣ ਦਾ। ਮੈਂ ਡੀਜੇ ਨੂੰ ਕਹਿ ਰਿਹਾ ਸੀ ਇਸ ਸੂਟ 'ਚ ਤੁਸੀਂ ਸੋਹਣੇ ਬਹੁਤ ਲੱਗ ਰਹੇ ਹੋ। ਐਂਡ ਟੋਟਾ ਆਰਡਰ ਵਿੱਚ ਕਿਦਾਂ ਮੇਰੇ ਵਾਲੇ ਵੀ ਧੂੜਾਂ ਪੱਟੀ ਜਾਂਦੀ ਅੱਜ ਸੰਗ ਜੀ। ਹੈਲੋ ਹੈਲੋ ਐਨੀ ਲੰਮੀ ਹੈਲੋ
ਲੱਗਦਾ ਕੰਮ ਬਣ ਗਿਆ ਹੈ ਨਾ ਉਹ ਮੇਰੀ ਗੇਮ ਨੀਅਰ ਟੂ ਐਂਡ ਹੈ ਕਮਰ ਲਈ ਮੈਨੂੰ ਡੀਜੇ ਨੇ ਆਪਣੇ ਆਫਿਸ ਬੰਦ ਰੱਖਿਆ ਛੇਤੀ ਆ ਓ ਮਾਈ ਗੋਡ ਡੋਂਟ ਵਰੀ ਮੈਂ ਹੁਣੇ ਓਕੇ ਡੋਂਟ ਵਰੀ ਹਾਂ ਠੀਕ ਹੈ ਇੱਕ ਗੱਲ ਸੁਣ ਕੱਪੜੇ ਨਾਲ ਚੱਕ ਕੇ ਲੈ ਗਿਆ ਹੀ ਤੇ ਮੇਰਾ ਹੈਲੋ ਹੈਲੋ ਕੱਟ ਗਿਆ ਇੱਕ ਤਾਂ ਜਨਾਨੀਆ ਪੂਰੀ ਗੱਲ ਵੀ ਨਹੀਂ ਸੁਣਦੀਆਂ ਉਹ ਚਾਹੀਦੀ ਘੰਟਾ ਗੱਲਾਂ ਮਰ ਜਾਣ ਕੰਮ ਦੀ ਗੱਲ ਨਹੀਂ ਸੁਣਨੀ ਬਸ ਬੇਟਾ ਜੀ ਆ ਜਾਓ ਜਿੱਦਾਂ ਕਿ ਰਿੰਗ ਸੈਰੇਮਨੀ ਸ਼ੁਰੂ ਕਰੀਏ ਹਾਂਜੀ ਇਹ ਮੁੰਦਰੀ ਨੀ ਪੁੱਤ ਸਾਰੀ ਉਮਰ ਲਈ ਜੂੜ ਪੈ ਚੱਲਿਆ ਨਾ ਕੱਚਾ ਪਾ ਕੇ ਤੁਰੀ ਫਿਰਦਾ ਵਿਆਹ ਚ ਸ਼ਰਮ ਨੀ ਆਉਂਦੀ ਤੈਨੂੰ ਲੋਟ ਸੋ ਮਾਰਾਂ ਇਹਨਾਂ ਦੋਨਾਂ ਨੇ ਬਣਾਇਆ ਦੈਟ ਵਾਸ ਸਿਟਿੰਗ ਔਨ ਚੇਅਰਸ ਮੈਂ ਸੱਚ ਕਹਿ ਰਿਹਾ ਢਿੱਲੋਂ ਸਾਹਿਬ ਇਹ ਮੈਰਿਜ ਕੈਂਸਲ ਕਰੋ ਉਹ ਤੂੰ ਹੁੰਦਾ ਕੌਣ ਹੈ ਓਏ ਮੈਰਿਜ ਕੈਂਸਲ ਕਰਾਉਣ ਵਾਲਾ ਤੁਹਾਡੇ ਨਾਲ ਧੋਖਾ ਹੋਇਆ ਢਿੱਲੋਂ ਸਾਹਿਬ ਇਹ ਮੁੰਡੇ ਹੀ ਉੱਕੇ ਸ਼ੁਕੇ ਤਾਂ ਨਹੀਂ ਹੈਗੇ ਅੱਛਾ ਤੇਰੇ ਕਜ਼ਨ ਨਾਲ ਵਿਆਹ ਨਹੀਂ ਕੀਤਾ ਇਸ ਕਰਕੇ ਤੁਸੀਂ ਇਹ ਸਰਕਤ ਤੇ ਆ ਗਏ ਇਹ ਦੋਨੇ ਐਨਆਰਆਈ ਨਹੀਂ ਦੇਸੀ ਨੇ ਵਨ ਮੋਮੈਂਟ ਕਿਤੇ ਤੇਰਾ ਨਾਮ ਇੰਦਰਪਾਲ ਸਿੰਘ ਨਹੀਂ ਆ ਯੈਸ ਸਾਈ ਬਾਸ ਮਤਲਬ ਹੈਗਾ ਕਿਦਾ ਤੂੰ ਦੱਲੇ ਪਿੰਡ ਦਾ ਨਹੀਂ ਆ ਆਹੋ ਹੈਗਾ ਨਹੀਂ ਨਹੀਂ ਤੁਸੀਂ ਕਿਦਾ ਦੋਨੋਂ ਆਪਸ ਵਿੱਚ ਹਸਬੰਡ ਵਾਈਫ ਨਹੀਂ ਆ ਹਾਂ ਹੈਗੇ 100% ਆ ਲੋ ਗੱਲ ਗੱਲੋ ਗੱਲੋ ਇਹਨੇ ਘਟਿਆ ਬੰਦੇ ਹੋ ਤੁਸੀਂ ਉਹ ਤੁਸੀਂ ਤੀਵੀਂ ਆਦਮੀ ਹੋ ਸਾਰਿਆ ਬੀਟ ਮੀ ਪਰ ਟਰੁੱਥ ਇਜ਼ ਟਰੁੱਥ ਇਹ ਦੋਵੇਂ ਜਾਲੀ ਨੇ ਇਹ ਤਾਂ ਕਦੇ ਗੁਵਾਰੀ ਟੱਪੇ ਯੂਕੇ ਸਵਾ ਜਾਣਾ ਇਹਨਾਂ ਨੇ ਓਏ ਤੂੰ ਖੁਦ ਫਰਾਡ ਹੈ ਦੂਜਿਆਂ ਨੂੰ ਬਦਨਾਮ ਕਰਦਾ ਇਹ ਤੇਰਾ ਜਵਾਈ ਗਿੱਲਾਂ ਦਾ ਰੁਪਿੰਦਰ ਸਿੰਘ ਗਰੇਵਾਲ ਹੈ ਤੇ ਜਿਹੜਾ ਡੀਜੇ ਬਣਿਆ ਫਿਰਦਾ ਇਹ ਹੈ ਦਲਜੀਤ ਸਿੰਘ ਜੁਗਾੜੀ ਜਿਹੜਾ ਜੀਰਕਪੁਰ ਦੀ ਗੰਦੀ ਜੀ ਬੀਹੀ ਦੇ ਵਿੱਚ ਬਾਏ ਬਾਏ ਇੰਡੀਆ ਨਾਮ ਦੀ ਕੰਪਨੀ ਚਲਾਉਂਦਾ ਹੈ ਜੀ ਹਾਂ ਤੇ ਸਾਰਾ ਡਰਾਮਾ ਨਾ ਇਹਨਾਂ ਦਾ ਹੀ ਰਚਿਆ ਹੋਇਆ ਤੇ ਮੈਂ ਦੱਸਾਂ ਨਾਲ ਮਾਂ ਪਿਓ ਵੀ ਰਲੇ ਹੋਏ ਨੇ ਗਰੇਵਾਲ ਸਾਹਿਬ ਚੁੱਪ ਕਿਉਂ ਮੂੰਹ ਬੰਦ ਕਰ ਰਹੇ ਨਾ ਬਦਮਾਸ਼ਾਂ ਦਾ ਬੋਲੋ ਹੁਣ ਗਰੇਵਾਲ ਸਾਹਿਬ ਕਿੱਦਾਂ ਜੂਕੀ ਵਾਲਿਆਂ ਦੇ ਦੰਦਲ ਪੈ ਗਈ ਹੁਣ ਵੇਖੋ ਢਿੱਲੋ ਸਾਹਿਬ ਗੱਲ ਇਹ ਹੈ ਹਾਂ ਤਾਂ ਅਸੀਂ ਗਿੱਲਾਂ ਦੇ ਇੱਕ ਮਿੰਟ ਤੁਸੀਂ ਉਹੀ ਗਿੱਲਾਂ ਤੋਂ ਗਰੇਵਾਲ ਨਹੀਂ ਨਾ ਜਿਹਨੇ ਮੈਨੂੰ ਇੱਕ ਵਾਰੀ ਫੋਨ ਕੀਤਾ ਸੀ ਸਾਡੀ ਕੁੜੀ ਲਈ ਹਾਂ ਸਾਵਾਂ ਹੀ ਆ ਮੈਂ ਤੈਨੂੰ ਜਵਾਬ ਦਿੱਤਾ ਸੀ ਕੋਰਾ ਬਈ ਮੁੜ ਕੇ ਮੈਨੂੰ ਫੋਨ ਨਾ ਕਰੀ ਪਰ ਤੂੰ ਇੰਨਾ ਘਟੀਆ ਨਿਕਲਿਆ ਸਿੱਧਾ ਜੰਨ ਲੈ ਕੇ ਆ ਗਿਆ ਲਾਣਾ ਤੇ ਤੇਰੇ ਤੇ ਸ਼ਰਮ ਆਉਣੀ ਚਾਹੀਦੀ ਤੈਨੂੰ ਸ਼ਰਮ ਓਏ ਸ਼ਰਮ ਤਾਂ ਤੈਨੂੰ ਆਉਣੀ ਚਾਹੀਦੀ ਹੈ ਜਿਹਨੂੰ ਸਾਰੇ ਪੰਜਾਬ 'ਚ ਕੋਈ ਮੁੰਡਾ ਹੀ ਨਹੀਂ ਲੱਭਿਆ ਆਪਦੀ ਕੁੜੀ ਨੂੰ ਮੇਰੀ ਕੁੜੀ ਹੈ ਮੈਂ ਜਿੱਥੇ ਮਰਜ਼ੀ ਵਿਆਹਾਂ ਤੂੰ ਕੌਣ ਹੁੰਦਾ ਬੋਲਣ ਵਾਲਾ ਓਏ ਮੈਂ ਹੁੰਨਾ ਉਸ ਮੁੰਡੇ ਦਾ ਪਿਓ ਜਿਹੜਾ ਤੇਰੀ ਕੁੜੀ ਨੂੰ ਪਿਆਰ ਕਰਦਾ ਇਹਦਾ ਮਤਲਬ ਝੂਠ ਬੋਲ ਕੇ ਪਖੰਡ ਰਚ ਕੇ ਵਿਆਹ ਕਰਵਾ ਲੋ ਔਰ ਤੂੰ ਕੋਈ ਹੋਰ ਰਾਹ ਛੱਡੇ ਹੀ ਨਹੀਂ ਇਹਨਾਂ ਲਈ ਗਲਤੀ ਮੇਰੀ ਹੈ ਅੰਕਲ ਮੇਰੇ ਮਾਮ ਡੈਡ ਨੂੰ ਕੁਛ ਨਾ ਕਹੋ ਮੈਂ ਹੀ ਇਹਨਾਂ ਨੂੰ ਮਜਬੂਰ ਕੀਤਾ ਸੀ ਢਿੱਲੋ ਸਾਹਿਬ ਚਾਹੀਦੀਆਂ ਤਾਂ ਬੱਚਿਆਂ ਦੀਆਂ ਖੁਸ਼ੀਆਂ ਨੇ ਨਾ ਕੀ ਫਰਕ ਪੈਂਦਾ ਸ਼ਾਬਾਸ਼ ਇਹਦਾ ਮਤਲਬ ਸਾਰੇ ਰਲ ਕੇ ਮੈਨੂੰ ਬੇਵਕੂ ਬਣਾ ਰਹੇ ਸੀ ਮੇਰੀ ਕੁੜੀ ਨੂੰ ਵੀ ਧੋਖੇ ਚ ਰੱਖਿਆ ਨਹੀਂ ਪਾਪਾ ਮੈਨੂੰ ਸਭ ਪਤਾ ਸੀ ਮੈਂ ਕਈ ਵਾਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਪਰ ਹਿੰਮਤ ਨਹੀਂ ਕਰ ਸਕੀ ਥੋੜੀ ਤਜ਼ਿਦ ਸੀ ਨਾ ਮੈਨੂੰ ਬਾਹਰ ਵਿਆਹੁੰਦੀ ਮੈਂ ਤੈਨੂੰ ਕਿਸੇ ਬਾਹਰਲੇ ਨਾਲ ਵਿਆਹ ਲਈ ਜ਼ਬਰਦਸਤੀ ਤਾਂ ਨਹੀਂ ਕੀਤੀ ਨਾ ਹਮੇਸ਼ਾ ਤੇਰੀ ਰਾਏ ਪੁੱਛੀ ਹੈ ਮੈਂ ਚਾਹ ਕੇ ਵੀ ਤੁਹਾਨੂੰ ਦੱਸ ਨਾ ਸਕੀ ਸੋਚਿਆ ਤਾਂ ਅਸੀਂ ਮੌਕਾ ਆਉਣ ਤੇ ਤੁਹਾਨੂੰ ਦੱਸ ਦਿਆਂਗੇ ਪਰ ਅਸੀਂ ਡਰਦੇ ਹੀ ਰਹਿ ਗਏ ਹਮੇਸ਼ਾ ਆਪਣੀ ਕੀਤੀ ਹੈ ਕਦੇ ਤਾਂ ਦੂਜਿਆਂ ਦੀ ਵੀ ਮੰਨ ਲਿਆ ਕਰੋ ਬੋਲੇ ਸਭ ਦੇ ਲਈਆਂ ਸਫਾਈਆਂ ਨਾ ਜੇ ਦਿਸ਼ੋ ਮੈਨੂੰ ਦੱਸ ਦਿੰਦੀ ਬਈ ਮੁੰਡਾ ਮੈਨੂੰ ਪਸੰਦ ਹੈ ਮੈਂ ਕਿਹੜਾ ਮਨਾ ਕਰ ਦੇਣਾ ਸੀ ਮਤਲਬ ਤੇਰੀ ਹਾਂ ਹੈ ਹੁਣ ਵਾਹ ਓਏ ਢਿੱਲੋਂ ਬਾਹਰ ਜਾਣ ਪਿੱਛੇ ਇੰਨਾ ਕਮਲਾ ਹੋ ਗਿਆ ਕਿ ਆਪਣੇ ਵਿਹੜੇ ਦੀਆਂ ਖੁਸ਼ੀਆਂ ਨਹੀਂ ਮਾਣ ਸਕਿਆ ਕਦੇ ਭੁੱਲ ਹੀ ਗਿਆ
ਕਿ ਇੱਥੇ ਵੀ ਇੱਕ ਦੁਨੀਆ ਵਸਦੀ ਹੈ। ਕੀ ਸਮਝੀਏ, ਹਾਂ ਹੈ ਕਿ ਨਾ ਹੈ? ਉਹ ਹੁਣ ਲਿਖ ਕੇ ਦਵਾਂ ਤੈਨੂੰ। ਪਾ ਬਈ ਮੁੰਦਰੀਆਂ। ਰਿਸ਼ਤੇਦਾਰਾ, ਐਵੇਂ ਨਾਰਾਜ਼ ਹੋਇਆ ਖੜਾ ਹੈ, ਜੱਫੀ ਤਾਂ ਪਾਲਾ ਇੱਕ। ਕਿਹਦੇ ਨਾਲ? ਯੂਕੇ ਵਾਲੇ ਨਾਲ ਕਿ ਗਿਲ ਨਾਲੇ ਨਾਲ? ਉਹ ਯੂਕੇ ਵਾਲੀ ਤਾਂ ਜਿੱਦਾਂ ਹੈਲੂ ਹੀ ਕਰਦੇ ਹੁੰਦੇ ਆ, ਜੱਫੀ ਤਾਂ ਹੁਣ ਗਿੱਲਾਂ ਵਾਲੇ ਨਾਲ ਹੀ ਪਾਉਣੀ ਪੈਣੀ ਹੈ। ਆ ਜਾ। ਹੈਲੋ, ਯਾ ਓਕੇ 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 ਓਕੇ। ਪੁਲਿਸ ਦਾ ਫੋਨ ਸੀ? ਫਗਵਾੜੇ ਤੋਂ ਹੁਣੇ ਕੁੜੀ ਦੀ ਦੱਸ ਪਈ ਹੈ, ਬਹੁਤ ਮੋਟੀ ਸਾਮੀ ਹੈ। ਵੇਅਰ ਦਰ ਇਜ਼ ਅ ਟੀ, ਸਮਝੋ ਗੱਲ ਬਣ ਗਈ। ਕੀ? ਜਿੱਥੇ ਚਾਹ ਉੱਥੇ ਰਾਹ, ਅੰਗਰੇਜ਼ੀ ਵੀ ਨਹੀਂ ਆਉਂਦੀ ਘਟੀਆ ਲੋਕਾਂ ਨੂੰ। ਕੀ ਕੁਛ ਮਤਲਬ ਹੋ ਰਹੀ ਹੈ? ਕੁਛ ਨੀ ਵੀਰ ਜੀ, ਮੈਂ ਕਿਹਾ ਉੱਪਰੋਂ ਸ਼ਗਨ ਪੈਣ ਲੱਗ ਗਏ, ਇੱਕ ਵਾਰੀ ਜਾ ਕੇ ਦੇਖ ਕੇ ਆਉਂਗੇ ਵੀ 100-100 ਦੇ ਟੁੱਟੇ ਹੈਗੇ ਉਹਨਾਂ ਕੋਲੇ। ਜਾਇਓ ਜੀ। ਮੈਂ ਤਾਂ ਮਿਲਖਾ ਸਿੰਘ ਬਣ ਲੱਗਿਆ, ਜੇ ਤੇ ਤੂੰ ਪੀ ਟੀ ਊਸ਼ਾ ਬਣ ਹੁੰਦਾ ਤਾਂ ਬਣ ਲੈ। ਆ ਜਾ ਭੱਜ ਲੈ। ਮੇਰਾ ਸਪੌਂਜਰ ਦਾ ਦਿਲ ਨਾ ਕਿਦਾਂ ਤੇਰੀ ਕਾਟਨ ਵਰਗੀ ਉਂਗਲ ਦੇ ਵਿੱਚ ਰਿੰਗ ਪਾਉਣਾ ਮੰਗਦਾ ਆ। ਫੇਰ ਪਰਮੇ ਦੇ ਸੱਚ ਪਾਰੇ ਲੈ, ਇੱਡਾ ਤਾਂ ਕਿਦਾਂ ਜੀਰਖੋਰ ਵਾਲਾ ਲੁੱਟਿਆ ਜਾਣਾ ਆ, ਇੱਡਾ ਘੱਟ ਐਕ ਚ ਕਿਦਾਂ ਹੁਣ ਪਵਾ ਲਾ, ਬਾਕੀ ਨੌ ਦੇ ਵਿੱਚ ਜੂਕੇ ਜਾ ਕੇ ਪਾ ਦੇਵਾਂਗੇ। ਵੈਸੇ ਆਪਾਂ ਵਿਆਹ ਤੋਂ ਬਾਅਦ ਜਾਣਾ ਕਿੱਥੇ ਆ? ਹਨੀਮੂਨ ਤੇ। ਹੋਰ ਕੀ, ਤੀਰਥ ਯਾਤਰਾ ਤੇ ਜਾਵਾਂਗੇ? ਹਾਂ, ਪਰ ਲੈ ਕੇ ਕਿੱਥੇ ਜਾਵੇਂਗਾ? ਉਹ ਵੀ ਤੀ। ਇਹ ਕਿਹੜੀ ਕੰਟਰੀ ਆ? ਉਸੇ ਬੰਬੀ ਤੇ ਜਿੱਥੇ ਤੂੰ ਯੈਸ ਕੀਤੀ ਸੀ। ਰਹਿਣਾ ਦੇਸੀ ਦਾ ਦੇਸੀ, ਬੰਬੀ ਤੇ। ਸਾਊਥ ਹਾਲ ਚ ਬੰਬੀ ਵੇਖੀਏ। ਮਤਲਬ ਅਸੀਂ ਯੂਕੇ ਜਾ ਰਹੇ ਹਾਂ? ਹਾਂਜੀ। ਕਿੱਦਾਂ ਹੁਣ ਤਾਂ ਯੂਕੇ ਦੇ ਮੁੰਡਿਆਂ ਦਾ ਯੂਕੇ ਜਾਣਾ ਬਣਦਾ ਆ, ਕੀ ਕਹਿੰਦੇ ਆ?